ਸੰਗਤ ਟੀਵੀ ਦੇ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਆਪ ਸੰਗਤਾਂ ਦਾ ਸਵਾਗਤ ਹੈ। ਸੰਗਤ ਏਡ ਦੇ ਰਾਹੀਂ ਜੋ ਪਰਉਪਕਾਰ ਦੇ ਕਾਰਜ ਪਿਛਲੇ ਕਾਫੀ ਅਰਸੇ ਤੋਂ ਕੀਤੇ ਜਾ ਰਹੇ ਨੇ ਉਸੇ ਲੜੀ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ। ਜਿਵੇਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਅੱਖਾਂ ਦੇ ਫ੍ਰੀ ਟ੍ਰੀਟਮੈਂਟ ਕੈਂਪ ਜਿਹੜੇ ਨੇ ਉਹਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। 3 ਕੈਂਪ ਜੋ ਹਨ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਸੰਪੂਰਨ ਹੋ ਚੁੱਕੇ ਨੇ ਅਤੇ ਚੌਥੇ ਦੀ ਤਿਆਰੀ ਹੋ ਰਹੀ ਹੈ। ਸੋ ਅੱਜ ਅਸੀਂ ਉਸੇ ਪ੍ਰਥਾ ਹੀ ਕੁਝ ਵਿਚਾਰਾਂ ਦੀ ਸਾਂਝ ਕਰਨ ਵਾਸਤੇ ਆਪ ਜੀ ਦੇ ਸਨਮੁੱਖ ਹੋਏ ਹਾਂ। ਸਾਡੇ ਨਾਲ ਸ਼੍ਰੀਮਾਨ ਬਾਬਾ ਨਿਰਮਲ ਦਾਸ ਜੀ ਰਾਏਪੁਰ ਰਸੂਲਪੁਰ, ਜੋ ਕਿ ਸੰਤ ਬਾਬਾ ਪ੍ਰੀਤਮ ਦਾਸ ਜੀ ਉਹਨਾਂ ਦੇ ਪਵਿੱਤਰ ਸਥਾਨ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਜੋ ਹੋਸਪਿਟਲ ਵੀ ਜਿੱਥੇ ਕਿ ਕੈਂਪ ਲਗਾਏ ਗਏ ਸਨ। ਸੋ ਬਾਬਾ ਜੀ ਦੀਆਂ ਬੇਅੰਤ ਸੇਵਾਵਾਂ ਪ੍ਰਾਪਤ ਹੋ ਰਹੀਆਂ ਨੇ ਸਮਾਜ ਨੂੰ, ਅਤੇ ਨਾਲ ਸਾਡੇ ਭਾਈ ਜੀਤ ਸਿੰਘ ਜੀ ਸੰਗਤ ਟੀਵੀ ਤੋਂ ਸੋ ਹਾਜ਼ਰ ਨੇ। ਸੋ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ, ਪਹਿਲਾਂ ਆਪ ਜੀ ਪਾਸੋਂ ਸ਼ੁਰੂਆਤ ਕਰਦੇ ਹਾਂ ਕਿ ਇਹ ਜੋ ਹੁਣ ਚੌਥਾ ਕੈਂਪ ਉਲੀਕਿਆ ਜਾ ਰਿਹਾ ਅਤੇ ਇਸ ਦੀ ਜਿਹੜੀ ਤਰੀਕ ਹੈ, ਮੈਂ ਸਮਝਦਾ ਕਿ ਇੱਕ ਤਾਂ ਪਹਿਲਾਂ ਆਪ ਜੀ ਉਹ ਅਨਾਊਂਸ ਕਰੋ ਅਤੇ ਫਿਰ ਆਪਾਂ ਪਿਛਲਿਆਂ ਦਾ ਥੋੜ੍ਹਾ ਲੇਖਾ ਜੋਖਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ, ਜਿੱਥੇ ਵੀ ਦਰਸ਼ਕ ਸੰਗਤ ਟੀ ਵੀ ਦੁਆਰਾ ਇਹ ਚੈਨਲ ਨੂੰ ਦੇਖ ਰਹੇ ਆ, ਔਰ ਜੋ ਹਰ ਰੋਜ਼ ਦੀਆਂ ਗਤੀਵਿਧੀਆਂ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਆਗਮਨ ਗੁਰਪੁਰਬ ਨੂੰ ਮੁੱਖ ਰੱਖ ਕੇ ਮਹਾਂਪੁਰਸ਼ਾਂ ਨੇ ਇਹ ਕਾਰਜ ਆਰੰਭੇ ਸੀ ਸੰਗਤ ਏਡ ਨੇ, ਉਸ ਦੇ ਵਿੱਚੋਂ ਦੋ ਜੋ ਕੈਂਪ ਹੈ, ਇੱਕ ਕੈਂਪ ਸੁਲਤਾਨਪੁਰ ਵਿਖੇ ਔਰ ਦੂਸਰਾ ਗੋੜੇ ਪਿੰਡ ਕੁਰਾਇਆ ਦੇ ਨਜ਼ਦੀਕ, ਔਰ ਇੱਕ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹੋਸਪਿਟਲ ਵਿਖੇ ਲਗਾਇਆ ਗਿਆ, ਔਰ ਚੌਥਾ ਜੋ ਹੈ ਉਹ ਅਸੀਂ ਸੰਗਤ ਦੀ ਪ੍ਰੇਰਣਾ ਦੇ ਨਾਲ ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਕੰਢੀ ਦਾ ਇਲਾਕਾ ਜਿੱਥੇ ਕੋਈ ਡਾਕਟਰ ਨਹੀਂ ਜਾਂਦੇ, ਜਿੱਥੇ ਕੋਈ ਖਾਸ ਕੋਈ ਸੇਵਾਵਾਂ ਜੋ ਨਹੀਂ ਨਿਭਾ ਰਹੇ, ਤਾਂ ਉੱਥੇ ਬਿਮਾਰੀ ਦਾ ਵੀ ਬਹੁਤ ਇਸ ਤਰ੍ਹਾਂ ਦੇ ਬੜੇ ਪਰੇਸ਼ਾਨੀਆਂ ਦੇ ਜੋ ਦੇਖਣ ਨੂੰ ਆਉਂਦੇ ਆ, ਉਹ ਇਲਾਕਾ ਕੰਢੀ ਦਾ ਗਰੀਬ ਲੋਕ ਹੈ ਸਾਰੇ, ਅਤੇ ਕੋਈ ਇੱਦਾਂ ਦੀਆਂ ਸੜਕਾਂ ਵਗੈਰਾ ਹੋਸਪਿਟਲ ਵਗੈਰਾ ਜਾਂ ਕੋਈ ਸੰਸਥਾਵਾਂ ਨਹੀਂ ਹੈਗੀਆਂ ਜੋ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਨੂੰ ਸੇਵਾਵਾਂ ਜੋ ਮੁਹੱਈਆ ਕਰਾ ਸਕਣ। ਅਤੇ ਅਸੀਂ ਸਭ ਤੋਂ ਪਹਿਲਾਂ ਸੰਗਤ ਏਡ ਦਾ ਧੰਨਵਾਦ ਕਰਦੇ ਹਾਂ, ਔਰ ਸਾਰੀ ਟੀਮ ਦਾ ਔਰ ਸਾਰੇ ਸਹਿਯੋਗੀ ਜਨਾਂ ਦਾ ਔਰ ਸੰਗਤ ਦਾ, ਜਿਤਨੀ ਵੀ ਸੰਗਤ ਨਾਲ ਜੁੜੀ ਹੋਈ ਆ, ਅਸੀਂ ਸਾਰਿਆਂ ਦਾ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸੋਚ ਕੇ ਇਹਨਾਂ ਗਰੀਬਾਂ ਲਈ, ਔਰ ਸਰਕਾਰਾਂ ਜਿਹੜਾ ਕੰਮ ਨਹੀਂ ਕਰ ਸਕਦੀਆਂ ਉਹ ਸੰਗਤ ਏਡ ਨੇ ਬਹੁਤ ਵਿਸਥਾਰ ਦੇ ਨਾਲ ਕੀਤਾ। ਆਪ ਜੀ ਨੇ ਚੰਗੇ ਵਿਸਥਾਰ ਦੇ ਨਾਲ ਦੇਖਿਆ ਹੋਵੇਗਾ ਕਿ ਕੋਈ ਲੁਕੀ ਛੁਪੀ ਗੱਲ ਨਹੀਂ ਹੈ, ਕੋਈ ਫੋਰਮੈਲਿਟੀ ਨਹੀਂ ਹੈ, ਇਹਦੇ ਵਿੱਚ ਸੱਚ ਆ, ਜੋ ਦਿਖਾਇਆ ਗਿਆ, ਜੋ ਸੁਣਾਇਆ ਗਿਆ, ਜੋ ਕੀਤਾ ਗਿਆ, ਉਹ ਸਾਰਾ ਹੀ ਸੱਚ ਹੈ, ਔਰ ਸੱਚ ਦੇ ਨਾਲ ਜੁੜ ਕੇ ਇਹ ਸਾਰੇ ਕਾਰਜ ਕੀਤੇ ਜਾਂਦੇ ਆ। ਤੋ ਜੋ ਮਹਾਂਪੁਰਸ਼ਾਂ ਦੇ ਦੁਆਰਾ ਕੀਤੇ ਜਾਣ, ਜਿਸ ਤਰ੍ਹਾਂ ਬੱਦਲਾਂ ਦੁਆਰਾ ਪਾਣੀ ਆਪਾਂ ਪੀਂਦੇ ਹਾਂ ਉਹ ਅੰਮ੍ਰਿਤ ਹੁੰਦਾ ਜੀ, ਅਤੇ ਜੇ ਅਸੀਂ ਸਿੱਧਾ ਸਾਗਰ 'ਚੋਂ ਪੀਏ ਤਾਂ ਉਹ ਕੌੜਾ ਹੁੰਦਾ। ਤੋ ਜੋ ਮਹਾਂਪੁਰਸ਼ਾਂ ਦੇ ਦੁਆਰਾ ਇਹ ਸਾਰੇ ਕਾਰਜ ਕੀਤੇ ਜਾਂਦੇ ਉਹ ਸੰਗਤ ਦੇ ਭਲੇ ਲਈ ਹੁੰਦਾ ਔਰ ਸੰਗਤਾਂ ਦੇ ਸੁੱਖ ਲਈ ਹੁੰਦਾ। ਅਤੇ ਅੱਜ 26 ਤਰੀਕ ਦਿਨ ਬੁੱਧਵਾਰ ਹੁਸ਼ਿਆਰਪੁਰ ਮਾਲਪੁਰ ਦੇ ਨਜ਼ਦੀਕ ਸੰਤ ਬਾਬਾ ਨਰਾਇਣ ਦਾਸ ਮਹਾਰਾਜ ਜੀ ਦਾ ਬਹੁਤ ਹੀ ਤਪ ਅਸਥਾਨ, ਜਿੱਥੇ ਉਹਨਾਂ ਨੇ 116 ਸਾਲ ਦੀ ਉਮਰ ਬਤੀਤ ਕੀਤੀ ਔਰ ਉਹਨਾਂ ਨੇ ਸਿਮਰਨ ਕੀਤਾ, ਤੋਂ ਪਹਿਲਾਂ ਵੀ ਉੱਥੇ ਕੈਂਪ ਲਗਾਏ ਗਏ ਔਰ ਸੰਗਤ ਏਡ ਦਾ ਇਹ ਪਹਿਲਾ ਕੈਂਪ ਆ। ਅਤੇ ਅਸੀਂ ਸੰਗਤਾਂ ਨੂੰ ਪ੍ਰੇਰਨਾ ਕਰਾਂਗੇ, ਅਸੀਂ ਸੰਗਤਾਂ ਨੂੰ ਲਿਆਵਾਂਗੇ ਔਰ ਸੰਗਤਾਂ ਤੱਕ ਇਹ ਮੈਸੇਜ ਪਹੁੰਚਾਵਾਂਗੇ, ਤੋਂ ਵੱਧ ਇਸ ਇਲਾਕੇ ਵਿੱਚ ਸੰਗਤਾਂ ਇਸਦਾ ਇਸ ਕੈਂਪ ਦਾ 26 ਤਰੀਕ ਦਿਨ ਬੁੱਧਵਾਰ 26 ਫਰਵਰੀ ਨੂੰ ਸੰਗਤਾਂ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣਗੀਆਂ ਜੀ। ਸੋ ਬਿਲਕੁਲ ਸੰਗਤ ਜੀ, ਜਿਹੜੇ ਲੋੜਵੰਦ ਪਰਿਵਾਰ ਹੁੰਦੇ ਨੇ, ਜਿਵੇਂ ਕਿ ਬਾਬਾ ਜੀ ਨੇ ਸਾਡੇ ਨਾਲ ਹੁਣੇ ਵਿਚਾਰ ਸਾਂਝੀ ਕੀਤੀ ਹੈ,
ਇਹ ਕੰਡੀ ਦਾ ਖੇਤਰ ਜਿਹੜਾ ਇਹਨੂੰ ਪਛੜਿਆ ਖੇਤਰ ਮੰਨਿਆ ਜਾਂਦਾ ਹਰ ਸਰਕਾਰੀ ਪੱਖੋਂ ਵੀ, ਕਿਉਂਕਿ ਉੱਥੇ ਓਨੀਆਂ ਸੁੱਖ ਸਹੂਲਤਾਂ ਉਪਲਬਧ ਨਹੀਂ ਹੁੰਦੀਆਂ ਅਤੇ ਥੋੜ੍ਹਾ ਜਿਹਾ ਜਗ੍ਹਾ ਵੀ ਉੱਚੀ ਨੀਵੀਂ ਹੋਣ ਕਰਕੇ ਅਤੇ ਜਿਹੜੇ ਡਾਕਟਰ ਜਾਂ ਹੋਰ ਜਿਹੜੇ ਇੱਦਾਂ ਦੇ ਪੜ੍ਹੇ ਲਿਖੇ ਲੋਕ ਨੇ ਉਹ ਉਹਨਾਂ ਖੇਤਰਾਂ ਦੇ ਵਿੱਚ ਡਿਊਟੀ ਕਰਨ ਤੋਂ ਵੀ ਕਤਰਾਉਂਦੇ ਨੇ। ਪਰ ਐਸੇ ਜਿਹੜੇ ਪਰਉਪਕਾਰ ਦੇ ਕਾਰਜ ਨੇ ਇਹਨਾਂ ਦੇ ਵਾਸਤੇ ਉਹਨਾਂ ਖੇਤਰਾਂ ਦੀ ਚੋਣ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਸਹੂਲਤਾਂ ਪਹੁੰਚ ਸਕਣ ਜਿਹੜੇ ਇਹਦੇ ਤੋਂ ਮਰਹੂਮ ਨੇ। ਸੋ ਸੰਗਤ ਏਡ ਸਦਾ ਹੀ ਐਸੇ ਪ੍ਰੋਗਰਾਮਾਂ ਦੇ ਵਾਸਤੇ ਤਤਪਰ ਰਹਿੰਦਾ। ਮੈਂ ਚਾਹਾਂਗਾ ਕਿ ਭਾਈ ਜੀਤ ਸਿੰਘ ਜੀ ਤੁਸੀਂ ਥੋੜ੍ਹਾ ਜਿਹਾ ਇਸ ਗੱਲ ਦੇ ਵਿੱਚ ਹੋਰ ਐਡ ਆਨ ਕਰੋ ਕਿ ਕਿਸ ਢੰਗ ਦੇ ਨਾਲ, ਕਿਉਂਕਿ ਅਸੀਂ ਤਾਂ ਇੱਥੋਂ ਸਾਰਾ ਕਵਰੇਜ ਕਰਕੇ ਭੇਜਿਆ, ਉੱਥੇ ਕਿਵੇਂ ਦਾ ਰਿਸਪੋਂਸ ਪ੍ਰਾਪਤ ਹੋਇਆ ਜਿਹੜੇ ਪਹਿਲੇ ਆਪਾਂ ਕੈਂਪ ਲਗਾਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ, ਕਿਉਂਕਿ ਇਹਨਾਂ ਨੇ ਜਿਹੜੇ 3 ਕੈਂਪ ਲੱਗੇ ਹੈਗੇ ਆ ਉਹਨਾਂ ਦੇ ਵਿੱਚ ਇਹ ਨਹੀਂ ਭਈ ਡਾਕਟਰ ਭੇਜ ਦਿੱਤੇ ਉਹਨਾਂ ਨੇ ਕਾਲੇ, ਇਹਨੀ ਆਪ ਹਰ ਇੱਕ ਥਾਂ 'ਤੇ ਜਾ ਕੇ ਨਾਲ ਨਾਲ ਸੰਗਤਾਂ ਨੂੰ ਨਾਲ ਨਾਲ ਮਦਦ ਕੀਤੀ, ਹਰ ਇੱਕ ਥਾਂ 'ਤੇ ਉਹਨਾਂ ਨੂੰ ਦੱਸਿਆ ਕਿ ਕੀ ਕਰਨਾ ਕਿੱਦਾਂ ਆ, ਅਤੇ ਇੰਨੇ ਪ੍ਰਸੰਨ ਹੋਏ ਜਿਸ ਤਰ੍ਹਾਂ ਇਹਨਾਂ ਨੇ ਸੇਵਾ ਨਿਭਾਈ ਉੱਥੇ, ਅਤੇ ਮਨ ਬਹੁਤ ਹੀ ਖੁਸ਼ ਹੋਇਆ ਕਿ ਪਿਛਲੇ 2 ਕੈਂਪਾਂ ਦੇ ਵਿੱਚ ਆਪਣੇ ਬਾਕੀ ਹੋਰ ਟਰੱਸਟੀ ਵੀ ਨਾਲ ਆਏ ਹੋਏ ਸੀਗੇ, ਅਤੇ ਉਹਨਾਂ ਨੇ ਵੀ ਸਾਰਿਆਂ ਨੇ ਦੇਖਿਆ ਕਿੱਦਾਂ ਉਹਨਾਂ ਨੂੰ ਲੰਗਰ ਪਾਣੀ ਖਿਲਾਇਆ ਗਿਆ, ਇੱਥੇ ਉਹਨਾਂ ਦੀ ਸੇਵਾ ਕੀਤੀ, ਓਪਰੇਸ਼ਨ ਹੋਏ, ਉਹ ਤੋਂ ਬਾਅਦ ਵੀ ਰਹਿਣ ਦੀ ਰਿਹਾਇਸ਼ ਲਈ ਵੀ ਸਾਰਾ ਇੱਥੇ ਇੰਤਜ਼ਾਮ ਸੀਗਾ, ਸਵੇਰ ਨੂੰ ਵੀ ਲੰਗਰ ਸੀ ਉਹਨਾਂ ਦੇ ਲਈ, ਬਾਅਦ ਜਾਂਦਿਆਂ ਨੂੰ ਕੰਬਲ ਵੀ ਦਿੱਤੇ ਗਏ, ਠੰਡ ਦਾ ਮੌਸਮ ਆ ਰਿਹਾ ਸੀਗਾ, ਸੋ ਇਸ ਤਰ੍ਹਾਂ ਦੇਖਭਾਲ ਕੀਤੀ ਗਈ। ਔਰ ਉੱਥੋਂ ਜੋ ਸੰਗਤ ਦਾ ਸਹਿਯੋਗ ਆਪਾਂ ਨੂੰ ਮਿਲਿਆ ਉੱਥੇ ਵੀ ਬਹੁਤ ਸੰਗਤ ਨੇ ਸਹਿਯੋਗ ਦਿੱਤਾ, ਕੋਈ ਕਮੀ ਨਹੀਂ ਛੱਡੀ ਹੈਗੀ, ਅਤੇ ਅਸੀਂ ਤਾਂ ਇਹ ਕਹਿੰਦੇ ਹਾਂ ਜਿਨ੍ਹਾਂ ਨੇ ਵੀ ਆਪਣਾ ਇੱਕ ਇੱਕ ਪੈਸਾ ਦਾਨ ਕੀਤਾ ਹੈਗਾ ਆ ਉਹ ਉਹਨਾਂ ਦਾ ਅਸੀਂ ਕਹਿੰਦੇ ਹਾਂ ਇੱਕ ਪੈਸੇ ਦਾ ਸਵਾ ਪੈਸਾ ਲੱਗਿਆ ਇੱਥੇ ਆ ਕੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿੰਨੇ ਵੀ ਸੇਵਾਦਾਰ ਵਾ ਕੋਈ ਇੱਥੋਂ ਕੋਈ ਕਮਿਸ਼ਨ ਨਹੀਂ ਲੈਂਦਾ, ਕੋਈ ਕਿਸ ਤਰ੍ਹਾਂ ਨਹੀਂ ਹੈਗਾ, ਜੋ ਪੈਸਾ ਸੰਗਤ ਦੇ ਰਹੀ ਹੈਗੀ ਆ ਜਿੰਨਾ ਵੀ ਮਾਇਆ ਦਿੱਤੀ ਹੈਗੀ ਆ ਉਹ ਇਹਨਾਂ ਦੇ ਕਾਰਜਾਂ 'ਤੇ ਹੀ ਲੱਗ ਰਹੀ ਹੈਗੀ ਆ ਇੱਕ ਇੱਕ ਪੈਸਾ। ਔਰ ਸੰਗਤ ਨੇ ਬਹੁਤ ਸਹਿਯੋਗ ਦਿੱਤਾ 3 ਕੈਂਪਾਂ ਦੇ ਵਿੱਚ, ਪਹਿਲਾਂ ਆਪਣਾ ਸੁਲਤਾਨਪੁਰ ਲੋਧੀ ਕੈਂਪ ਲੱਗਿਆ ਸੀਗਾ, ਉੱਥੇ ਤਕਰੀਬਨ 44 ਕੋਪਰੇਸ਼ਨ ਹੋਏ ਸੀਗੇ ਉਸ ਵੇਲੇ, 125 OPD ਹੋਏ ਸੀ ਉੱਥੇ, ਪਹਿਲੀ ਵਾਰ ਕੈਂਪ ਲੱਗਿਆ ਸੀ, ਸੰਗਤਾਂ ਨੂੰ ਬਹੁਤਾ ਨਹੀਂ ਸੀ ਪਤਾ। ਅਤੇ ਉਹ ਤੋਂ ਬਾਅਦ ਜਿਹੜਾ ਦੂਜਾ ਕੈਂਪ ਆਪਣੇ ਬਾਬਾ ਪ੍ਰੀਤਮ ਦਾਸ ਇੱਥੇ ਲੱਗਿਆ ਆ ਹੋਸਪਿਟਲ ਦੇ ਵਿੱਚ, ਇੱਥੇ ਤਾਂ ਬੇਅੰਤ ਸੰਗਤ ਸੀਗੀ, ਅਤੇ ਮੇਰਾ ਖਿਆਲ 268 ਜਾਂ 269 ਇੱਥੇ ਕਿਤੇ ਓਪਰੇਸ਼ਨ ਹੋਏ ਉਸ ਵੇਲੇ ਇਸ ਕੈਂਪ ਦੇ ਵਿੱਚ। ਅਤੇ ਤੀਜਾ ਆਪਣਾ ਕੈਂਪ ਪਿੰਡ ਗੁੜੇ ਲੱਗਿਆ, ਬਾਬਾ ਪੂਰਨ ਸਿੰਘ ਹੁਣਾਂ ਦਾ ਜਨਮ ਸਥਾਨ, ਅਤੇ ਉਹਨਾਂ ਦੇ ਉੱਥੇ ਗੁਰਦੁਆਰੇ ਦੇ ਵਿੱਚ ਇਹ ਕੈਂਪ ਲੱਗਿਆ, ਅਤੇ ਉੱਥੇ ਵੀ ਬਹੁਤ ਸੰਗਤ ਆਈ, ਤਕਰੀਬਨ ਮੈਨੂੰ ਲੱਗਦਾ 45-50 ਦੇ ਲਾਗੇ ਓਪਰੇਸ਼ਨ ਉੱਥੋਂ ਵੀ ਹੋਏ ਹੈਗੇ ਆ, ਸੋ ਬਹੁਤ ਸੰਗਤ ਆਈ। ਔਰ ਇੱਕ ਇੰਨੀ ਵਧੀਆ ਗੱਲ ਜਿਹੜੀ ਅਸੀਂ ਦੇਖੀ, ਜੇ ਮਨ ਖੁਸ਼ ਹੋਇਆ ਔਰ ਸੰਗਤਾਂ ਨੇ ਵੀ ਇੰਨਾ ਪ੍ਰੇਜ਼ ਕੀਤਾ, ਕਿਉਂਕਿ ਜਿਨ੍ਹਾਂ ਨੇ ਦਾਨ ਦਿੱਤਾ ਹੁੰਦਾ ਹਰ ਕੋਈ ਚਾਹੁੰਦਾ ਹੁੰਦਾ ਵੀ ਸਾਡਾ ਦਾਨ ਸਹੀ ਲੱਗੇ। ਔਰ ਸੰਗਤਾਂ ਨੇ ਵਾਰ ਵਾਰ ਇੱਕ ਛੋਟੀ ਵੀਡੀਓ ਵਾਇਰਲ ਹੋਈ ਦੇਖੀ, ਅਤੇ ਜਿਹਦੇ ਵਿੱਚ 18 ਸਾਲਾਂ ਵਧੇਕ ਨੂੰ ਉਹ ਕਹਿੰਦਾ ਸੀ 18 ਸਾਲੀ ਲਾਈਟ ਦੇਖੀ, 18 ਸਾਲੀ ਲਾਈਟ ਦੇਖੀ, ਦੇਖੋ ਜੀ ਉਹ ਕਹਿੰਦਾ ਮੇਰੇ ਲਈ ਤਾਂ ਇਹ 550 ਸਾਲਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮੈਨੂੰ ਰੋਸ਼ਨੀ ਮਿਲੀ। ਬਿਲਕੁਲ, ਅਤੇ ਉਹ ਕਿੰਨੇ ਵਡਭਾਗੀ ਆ ਜਿਨ੍ਹਾਂ ਨੇ ਦੇਖੋ ਜੀ ਇਹ 'ਚ ਆਪਣਾ ਦਾਨ ਪਾਇਆ, ਉਹਨਾਂ ਨੂੰ ਕਿੰਨੀਆਂ ਸੀਸਾਂ ਦਿੱਤੀਆਂ ਉਹਨਾਂ ਨੇ ਉਹਨਾਂ ਆਪਣੇ ਦਿਲ ਤੋਂ। ਬਿਲਕੁਲ, ਭਾਈ ਸਾਹਿਬ ਇਹਦੇ 'ਚ ਬੜਾ ਸੰਗਤਾਂ ਦੇ ਮਨਾਂ 'ਚ ਬੜਾ ਚਾਅ ਆਉਂਦਾ ਹੈ। ਮੇਰੇ ਖਿਆਲ 2-3 ਦਿਨ ਪਹਿਲਾਂ ਮੈਨੂੰ ਇੰਗਲੈਂਡ ਤੋਂ ਇੱਕ ਬੀਜੀ ਹੋਰਾਂ ਦਾ ਫੋਨ ਆਇਆ, ਅਤੇ ਉਹ ਕਹਿੰਦੇ ਕਿ ਗੁਰਪ੍ਰੀਤ ਕਦੀ ਸੋਚਿਆ ਨਹੀਂ ਸੀ ਕਿ ਇੱਥੇ ਇੰਨੇ ਪੁੰਨ ਉਪਕਾਰ ਹੋਇਆ ਕਰਨਗੇ। ਬਿਲਕੁਲ ਜੀ, ਜਦੋਂ ਅਸੀਂ ਪਹਿਲਿਆਂ ਸਮਿਆਂ 'ਚ ਜਦੋਂ ਇੰਗਲੈਂਡ ਗਏ ਨੇ ਇੱਥੋਂ ਪੰਜਾਬ ਤੋਂ, ਉਦੋਂ ਤਾਂ ਕਿਰਤ ਵਿਹਾਰ ਦੇ ਵਾਸਤੇ ਹੀ ਪਹਿਲਾਂ ਗਏ। ਬਿਲਕੁਲ, ਉਦੋਂ ਬੜੀ ਮਿਹਨਤ ਮੁਸ਼ਕਤ ਕਰਕੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ। ਹਾਂਜੀ, ਪਰ ਉਹ ਇਹ ਗੱਲਾਂ ਕਰਦਿਆਂ ਵੈਰਾਗੀ ਹੋ ਰਹੇ ਸੀ ਕਿ ਵੇਖੋ ਅਸੀਂ ਉਦੋਂ ਨਹੀਂ ਸੀ ਸੋਚ ਸਕਦੇ ਕਿ ਕੋਈ ਐਸਾ ਸਮਾਂ ਆਏਗਾ ਕਿ ਇੰਗਲੈਂਡ ਦੀ ਧਰਤੀ ਤੋਂ ਐਸੇ ਪੁੰਨ ਉਪਕਾਰ ਹੋਣਗੇ ਕਿ ਗਰੀਬਾਂ ਦੇ ਇੱਦਾਂ ਕਾਰਜ ਹੋਇਆ ਕਰਨਗੇ। ਵੇਖੋ ਅੱਖਾਂ ਤਾਂ ਬਹੁਤ ਵੱਡੀ ਗੱਲ ਹੈ। ਬਿਲਕੁਲ ਜੀ, ਇਹ ਤਾਂ ਮਤਲਬ ਆਪਾਂ ਜੇ ਮਹਿਸੂਸ ਕਰਨਾ ਹੋਏ ਨਾ ਕਿ ਅੱਖਾਂ ਦੀ ਕਿੰਨੀ ਕੁ ਕੀਮਤ ਆ, ਤਾਂ ਮੈਨੂੰ ਲੱਗਦਾ 5 ਮਿੰਟ ਅੱਖਾਂ ਦੇ ਪੱਟੀ ਬੰਨ ਕੇ ਦੇਖ ਲਈਏ। ਬਿਲਕੁਲ ਜੀ, ਸਾਨੂੰ ਅੰਦਾਜ਼ਾ ਹੋ ਜਾਏਗਾ ਕਿ ਅੱਖਾਂ ਤੋਂ ਬਗੈਰ ਦੁਨੀਆ ਕੀ ਹੈ ਕੀ ਆ। ਬਿਲਕੁਲ ਜੀ, ਜੇ ਇਸ ਵਕਤ ਅਸੀਂ ਟੀਵੀ ਦੇ ਉੱਤੇ ਸ਼ੋਅ ਵੀ ਦੇਖ ਰਹੇ ਹਾਂ ਵੀ ਅੱਖਾਂ ਦੇ ਰਾਹੀਂ ਆ, ਅੱਖਾਂ ਦੇ ਰਾਹੀਂ ਆ। ਬਿਲਕੁਲ ਜੀ, ਬਿਲਕੁਲ, ਅੱਖਾਂ ਦੀ ਕੀਮਤ ਬਹੁਤ ਵੱਡੀ ਹੈ, ਅਤੇ ਇਹ ਜੇ ਆਪਾਂ ਕਿਸੇ ਦੇ ਉਹਦੇ ਵਿੱਚ ਪੁੰਨ ਉਪਕਾਰ ਵਿੱਚ ਹਿੱਸਾ ਪਾ ਸਕੀਏ, ਮੈਂ ਸਮਝਦਾ ਬਹੁਤ ਵੱਡੀ ਗੱਲ ਹੋਈ। ਬਿਲਕੁਲ ਜੀ, 26 ਤਰੀਕ ਨੂੰ ਫਿਰ ਹੁਣ ਕੈਂਪ ਲੱਗ ਰਿਹਾ ਹੈਗਾ ਆ,
ਅਤੇ ਮੈਂ ਤਾਂ ਕਹਿੰਦਾ ਉਹ ਬੜੇ ਕਰਮਾਂ ਵਾਲੇ ਆ ਜਿਹੜੇ ਯੋਗਦਾਨ ਇਹਦੇ ਵਿੱਚ ਪਾਉਂਦੇ ਆ, ਕਿਉਂਕਿ ਉਹਨਾਂ ਦਾ ਜੋ ਪੈਸਾ ਪੈਸਾ ਦਿੱਤਾ ਆ ਉਸ ਕਾਰਜ 'ਤੇ ਲੱਗਦਾ ਹੈਗਾ ਆ। ਜਿਹੜੀ ਤੁਸੀਂ ਹੁਣੇ ਪੈਸਾ ਗੱਲ ਕਰ ਰਹੇ ਸੀ ਨਾ ਭਾਈ ਜੀਤ ਸਿੰਘ ਜੀ, ਕਿ ਉਹ ਜੇ ਇੱਕ ਰੁਪਈਆ ਆਉਂਦਾ ਤਾਂ ਸਵਾ ਲੱਗ ਜਾਂਦਾ। ਬਿਲਕੁਲ ਜੀ, ਉਹ ਬਕਾਇਦਾ, ਕਿਉਂਕਿ ਇੱਥੇ ਜਿਹੜਾ ਇਨਫਰਾਸਟ੍ਰਕਚਰ ਪਹਿਲਾਂ ਬਣਿਆ ਹੋਇਆ, ਜਿਹੜੇ ਸੰਗਤਾਂ ਨੇ ਸੇਵਾ ਕਰਕੇ, ਜਿੱਦਾਂ ਚੈਰੀਟੇਬਲ ਹੋਸਪਿਟਲ ਸਾਰਾ ਉੱਥੇ ਮਸ਼ੀਨਾਂ ਆਲਰੇਡੀ ਸਾਰਾ ਕੁਛ ਮੌਜੂਦ ਹੈ। ਬਿਲਕੁਲ, ਉਹਦੇ ਵਾਸਤੇ ਸਾਨੂੰ ਕੋਈ ਐਕਸਟਰਾ ਹਾਇਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਬਾਬਾ ਜੀ ਦਾ ਸਾਰਾ ਇਨਫਰਾਸਟ੍ਰਕਚਰ ਪਹਿਲਾਂ ਹੀ ਮੌਜੂਦ। ਦੇਖੋ, ਨਾਲ ਜਿਹੜਾ ਸਟਾਫ ਵੀ ਤੁਰਿਆ ਫਿਰਦਾ ਉਹ ਸਾਰੇ ਵਲੰਟੀਅਰਸ ਵਾ ਨਾਲ ਜੀ, ਕੋਈ ਕਿਸੇ ਨੂੰ ਪੈਸਾ ਨਹੀਂ ਦੇ ਰਹੇ ਹੈਗੇ, ਸੇਵਾਦਾਰ ਜਿਹੜੇ ਕਿੰਨੇ ਸਾਰੇ ਸੇਵਾ 'ਚ। ਹਾਂਜੀ, ਸੋ ਮਤਲਬ ਬਿਲਕੁਲ ਇਹ ਤੁਹਾਡਾ ਨੁਕਤਾ ਮੈਂ ਸਮਝਦਾ ਕਿ ਬਹੁਤ ਸਹੀ ਹੈ, ਕਿ ਜਿੰਨੀ ਸੇਵਾ ਸੰਗਤ ਭੇਜਦੀ ਉਸ ਤੋਂ ਸਵਾਈ ਹੋ ਕੇ ਇੱਥੇ ਲੱਗਦੀ ਪਈ। ਬਿਲਕੁਲ ਜੀ, ਬਿਲਕੁਲ। ਹਾਂਜੀ ਜੀ, ਬਾਬਾ ਜੀ ਤੁਸੀਂ ਹੁਣ ਇਹਦੇ ਵਿੱਚ ਹੋਰ ਥੋੜ੍ਹਾ ਜਿਹਾ ਆਪਣੇ ਵੱਲੋਂ, ਕਿਉਂਕਿ ਤੁਹਾਡਾ ਵੀ ਬੜਾ ਲੰਬਾ ਤਜਰਬਾ ਹੈ ਐਸੇ ਆਈ ਕੈਂਪਸ ਜਾਂ ਹੋਰ ਪਾਰਕ ਕਰਦੇ ਕਾਰਜ ਕਰਨ ਦਾ। ਸਾਡਾ ਵੈਸੇ ਤਜਰਬਾ ਵੀ ਹੈ, ਪ੍ਰੈਕਟੀਕਲ ਕਾਫੀ ਹੈ ਸਾਡਾ, ਕਿਉਂਕਿ ਅਸੀਂ 2000 ਤੋਂ ਇਹ ਸ਼ੁਰੂ ਕੀਤਾ ਹੋਇਆ। ਪਹਿਲਾਂ ਸਾਡਾ ਮੈਡੀਕਲ ਸੀ, ਮੈਡੀਕਲ ਦੇ ਵਿੱਚ ਜਿਹੜੇ ਬੱਚੇ ਨੌਜਵਾਨ ਨਸ਼ੇ ਕਰਨ ਲੱਗ ਪਏ ਉਹਨਾਂ ਲਈ ਅਸੀਂ ਸੋਚਿਆ ਵੀ ਇਹਨਾਂ ਨੂੰ ਬਚਾਈਏ ਕਿਸ ਤਰ੍ਹਾਂ, ਪਰ ਹੁਣ ਤਾਂ ਅਸੀਂ ਬਹੁਤ ਜ਼ੋਰ ਲਗਾਇਆ, ਜਿੱਦਾਂ ਕਹਿੰਦੇ ਅਤੇ ਅੱਡੀਆਂ ਤੱਕ ਜ਼ੋਰ ਲਾ ਦਿੱਤਾ, ਪਰ ਉਹ ਸਾਡੇ ਕੋਲ ਕੰਟਰੋਲ ਨਹੀਂ ਹੋ ਸਕਿਆ। ਬੱਚੇ ਜਦੋਂ ਉਹਨਾਂ ਦੇ 20-25 ਹਜ਼ਾਰ ਰੁਪਇਆ ਲੱਗਣਾ, ਅਤੇ ਜਦੋਂ ਉਹਨਾਂ ਘਰ ਚਲੇ ਜਾਣਾ ਅਤੇ ਉਹਨਾਂ ਨੇ ਕੰਧਾਂ ਕਟੱਪ ਕੇ ਕਈ ਵਾਰੀ ਉਹ ਦੋਸਤਾਂ ਮਿੱਤਰਾਂ ਨੇ ਉਹਨਾਂ ਨੂੰ ਕੁਛ ਨਾ ਕੁਛ ਨਸ਼ਾ ਵਗੈਰਾ ਦੇ ਦੇਣਾ, ਪਰ ਉਹ ਉੱਥੇ ਗੱਲ ਖੜੀ ਰਹੀ। ਫਿਰ ਅਸੀਂ ਸੋਚਿਆ ਕਿ ਲੜਕੀਆਂ ਜਿਹੜੀਆਂ ਵਿਚਾਰੀਆਂ ਗਰੀਬ ਆ ਉਹਨਾਂ ਦੀ ਸ਼ਾਦੀਆਂ ਕਰੀਏ, ਅਤੇ ਉਹ ਸ਼ਾਦੀਆਂ ਵੀ ਅਸੀਂ ਕੀਤੀਆਂ, ਸਾਡੇ ਮਹਾਂਪੁਰਸ਼ ਕਰਦੇ ਵੀ ਹੈ, ਪਰ ਉਹਦੇ 'ਚ ਵੀ ਪ੍ਰੋਬਲਮ ਆਈਆਂ, ਦੂਜੇ ਦਿਨ ਤਲਾਕ ਹੋ ਜਾਣਾ, ਕਈ ਵਾਰੀ ਸਾਨੂੰ ਬੁਰਾ ਭਲਾ ਕਹਿਣਾ ਉੱਥੇ ਕੀਤਾ ਸੀ, ਇੱਦਾਂ ਕੀਤਾ ਸੀਗਾ, ਅਤੇ ਨਾਲੇ ਪੈਸੇ ਖਰਚਣੇ, ਨਾਲੇ ਲੋਕਾਂ ਦੇ ਕੋਲੋਂ ਅਸੀਂ ਦੋਸਤੀਸਾਂ ਲੈਣੀਆਂ। ਅਤੇ ਜਿਸ ਵੇਲੇ ਅਸੀਂ ਇਸ ਕੈਂਪ ਦੇ ਬਾਰੇ, ਬੇਗਲ ਸਾਹਿਬ ਸਾਡੇ ਸੁੱਚਾ ਸਿੰਘ ਜੀ ਉਹ ਕਹਿਣ ਲੱਗੇ ਕਿ ਮੈਂ ਆਪਣੇ ਪਿਤਾ ਜੀ ਦੇ ਨਾਮ 'ਤੇ ਆਪਣੇ ਪਿੰਡ ਕੈਂਪ ਲਗਾਉਣਾ, ਅਤੇ ਉੱਥੇ ਬੜਾ ਬੁਰਾ ਹਾਲ ਸੀਗਾ, ਉਹਨਾਂ ਨੇ ਫਿਰ ਬਹੁਤ ਛੱਪੜ ਵਗੈਰਾ ਪੂਰ ਕੇ ਉੱਥੇ ਬਣਾਇਆ, ਬਹੁਤ ਵਧੀਆ ਪਾਰਕ ਬਣਾਇਆ, ਅਸੀਂ ਉੱਥੇ ਕੈਂਪ ਲਗਾਇਆ। ਅਤੇ ਉਹਦੇ ਵਿੱਚ ਗੁੱਜਰ ਲੋਕ ਬਹੁਤ ਆਏ, ਔਰ ਗੁਜ਼ਰ ਲੋਕ ਜਿਹੜੇ ਦੁੱਧ ਵਗੈਰਾ ਪਾਉਂਦੇ ਆ, ਪਸ਼ੂ ਵਗੈਰਾ ਚਾਰਦੇ ਆ, ਗਰੀਬ ਲੋਕ ਜਿਹੜੇ ਬਾਹਰੋਂ ਪਾਣੀ ਅੱਖਾਂ 'ਚ ਪਾ ਕੇ ਸਾਫ਼ ਕਰਕੇ ਕਹਿਣਾ ਚਲੋ ਠੀਕ ਹੋ ਗਈਆਂ, ਪਰ ਉਹ ਠੀਕ ਨਹੀਂ ਹੁੰਦੀਆਂ ਜਦੋਂ ਤੱਕ ਪੂਰਾ ਟ੍ਰੀਟਮੈਂਟ ਨਾ ਕੀਤਾ ਜਾਵੇ। ਅਤੇ ਡਾਕਟਰਾਂ ਨੇ ਕਰੋੜਾਂ ਰੁਪਈਏ ਲਾ ਕੇ ਹੋਸਪਿਟਲ ਬਣਾਏ ਆ, ਮਸ਼ੀਨਰੀ ਲਾਈ ਆ, ਅਤੇ ਜਿੰਨੀ ਦੇਰ ਆਪਾਂ ਉਹ ਮਸ਼ੀਨਰੀ ਵਿੱਚ ਨਹੀਂ ਦੇਖਦੇ ਸਾਨੂੰ ਮਸ਼ੀਨਰੀ ਵਿੱਚ ਸਾਰਾ ਪਤਾ ਲੱਗ ਜਾਂਦਾ। ਕਈ ਵਾਰੀ ਐਸੇ ਹੋਏ ਕਿ ਸਾਡੇ ਭਾਈ ਸਾਹਿਬ ਸਿੰਘ ਸਾਹਿਬ ਅਜੀਤ ਸਿੰਘ ਜੀ ਦੇ ਕੋਲ ਜਿਸ ਵੇਲੇ ਨਾ ਕੈਂਪ ਉੱਥੇ ਲਗਾਇਆ ਮਾਲਪੁਰ, ਇੱਕ ਲੜਕਾ ਆਇਆ, ਤੋ ਲੜਕੇ ਨੇ ਆ ਕੇ ਇਹਨਾਂ ਨੂੰ ਕਿਹਾ ਕਿ ਕੈਂਪ ਦੇ ਵਿੱਚ ਮੈਂ ਆਪਣੀ ਅੱਖਾਂ ਦਿਖਾਉਣੀ ਆ, ਪਰ ਉਹਦੀ ਇੱਕ ਅੱਖ ਹੈ ਨਹੀਂ ਸੀ। ਤਾਂ ਅਸੀਂ ਉਹਨੂੰ ਪੁੱਛਿਆ ਵੀ ਕੀ ਹੋਇਆ, ਕਹਿੰਦਾ ਮੇਰੇ ਅੱਖ ਦੇ ਵਿੱਚ ਕੈਂਚੀ ਲੱਗੀ ਅਤੇ ਮੈਨੂੰ ਇੱਥੋਂ ਮੇਰੀ ਅੱਖ ਖਤਮ ਹੋ ਗਈ ਹੈ, ਅਤੇ ਮੈਂ ਦਿਸ ਨਹੀਂ ਰਿਹਾ, ਅਤੇ ਜੇ ਮੇਰੀ ਅੱਖ ਮਾੜੀ ਮੋਟੀ ਕੁਛ ਹੋ ਜਾਵੇ ਤਾਂ ਮੈਨੂੰ ਉਹਦੇ ਬਾਰੇ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ, ਡਾਕਟਰ ਸਾਹਿਬ ਕਹਿਣ ਲੱਗੇ ਅੱਖ ਬਣ ਜਾਏਗੀ ਪਰ ਦਿਸੇਗੀ ਨਹੀਂ, ਦਿਸੇਗਾ ਨਹੀਂ ਉਹਦੇ ਵਿੱਚ ਅੱਖ ਦਾ ਨਾ ਦੂਸਰੇ ਨੂੰ ਨਹੀਂ ਪਤਾ ਲੱਗੇਗਾ, ਅਤੇ ਉਹਨੂੰ ਕੋਈ ਕੰਮ 'ਤੇ ਵੀ ਨਹੀਂ ਸੀ ਰੱਖਦਾ ਕਿਉਂਕਿ ਸ਼ਕਲ ਬੜੀ ਭੈੜੀ ਸੀ। ਅਤੇ ਫਿਰ ਉਹ ਜਿਸ ਵੇਲੇ ਉਹਦੀ ਅੱਖ ਸੀ, ਇਹਨਾਂ ਨੂੰ ਬੇਨਤੀ ਕੀਤੀ ਵੀ ਕੈਂਪ ਤੁਹਾਡਾ ਲੱਗਾ ਆ, ਵੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ, ਕਹਿੰਦੇ ਜਿੱਦਾਂ ਮਰਜ਼ੀ ਪੈਸਾ ਲੱਗ ਜਾਏ ਇਹਦੀ ਜੇ ਅੱਖ ਬਣਦੀ ਆ ਤਾਂ ਮੈਂ ਆਪਣੀ ਪੂਰੀ ਸੇਵਾ ਨਿਭਾਵਾਂਗਾ। ਅਤੇ ਇਹਨਾਂ ਨੇ ਪੈਸਾ ਖਰਚਿਆ, ਉਹ ਬੱਚੇ ਨੂੰ ਫਿਰ ਮਾਲਪੁਰ ਹੀ ਬਹੁਤ ਵਧੀਆ ਇੱਕ ਦੁਕਾਨ 'ਤੇ ਉਹਨੂੰ ਨੌਕਰੀ ਮਿਲੀ, ਅਤੇ ਉਹਨੂੰ ਜਿੱਥੇ ਕੋਈ ਪੁੱਛਦਾ ਨਹੀਂ ਸੀ ਉੱਥੋਂ 15,000 ਰੁਪਇਆ ਲੈਣਾ ਸ਼ੁਰੂ ਕੀਤਾ ਔਰ ਸਾਰਾ ਕਾਰੋਬਾਰ ਉਹਨੂੰ ਸੌਂਪ ਦਿੱਤਾ। ਉੱਥੇ ਬੈਠਿਆਂ ਨੂੰ ਕੋਈ ਹੋਰ ਬੰਦਾ ਮਿਲ ਗਿਆ, ਉਹ ਦੁਬਈ ਚਲੇ ਗਿਆ, ਅਤੇ ਉਹ ਦੇਖ ਉਹਨੂੰ ਦਿਸ ਨਹੀਂ ਰਿਹਾ ਉਸ ਅੱਖ ਵਿੱਚ ਦੀ, ਲੇਕਿਨ ਦੂਸਰੇ ਨੂੰ ਨਹੀਂ ਮਹਿਸੂਸ ਵੀ ਇਹਦੀ ਅੱਖ 'ਚ ਨਜ਼ਰ ਨਹੀਂ ਹੈ। ਅਤੇ ਉਹਦੇ ਵਿੱਚ ਪੈਸੇ ਲੱਗੇ, ਇਹਨਾਂ ਨੇ ਕਾਫ਼ੀ ਮਿਹਨਤ ਕੀਤੀ, ਪਟਿਆਲੇ ਤੋਂ ਡਾਕਟਰ ਲਿਆ ਕੇ ਅਸੀਂ ਕੀਤੇ। ਮੇਰਾ ਭਾਵ ਕਿ ਇਹਨਾਂ ਕੈਂਪਾਂ ਦੇ ਵਿੱਚ ਜਿਸ ਵੇਲੇ ਅਸੀਂ ਇਹ ਕੈਂਪ ਲਗਾਏ ਅੱਖਾਂ ਦੇ, ਇਹਦੇ ਵਿੱਚ ਕਈ ਬੱਚੀਆਂ ਜਿਹੜੀਆਂ ਨੌਜਵਾਨ ਸੀ ਨਹੀਂ ਸੀ ਪੜ੍ਹ ਸਕਦੀਆਂ, ਨਹੀਂ ਸੀ ਜੋਬ ਮਿਲਦੀ, ਤਾਂ ਉਹਨਾਂ ਦੀ ਜਿਹੜੇ ਨਜ਼ਰਾਂ ਦੇ ਵਿੱਚ ਨਜ਼ਰ ਆਪਣੀ ਰੋਸ਼ਨੀ ਆਈ ਅਤੇ ਉਹਨਾਂ ਨੂੰ ਨਵਾਂ ਜੀਵਨ ਮਿਲ ਗਿਆ। ਅਤੇ ਉਹ ਜਿਸ ਵੇਲੇ ਗੱਲ ਕਰਦੇ ਆ ਤਾਂ ਰੋਂਦੇ ਵੀ ਆ ਕਿ ਸਾਨੂੰ ਕੋਈ ਪੁੱਛਦਾ ਨਹੀਂ ਸੀ, ਕਿਉਂਕਿ ਅਮੀਰ ਆਦਮੀ ਤਾਂ ਜਾ ਕੇ ਅਮੈਰੀਕਾ ਤੋਂ ਵੀ ਇਲਾਜ ਕਰਾ ਲੈਂਦਾ, ਵਿਦੇਸ਼ਾਂ ਵਿੱਚ ਜਾ ਕਰਾ ਲੈਂਦਾ, ਅਤੇ ਗਰੀਬ ਆਦਮੀ ਲਈ ਬੜਾ ਔਖਾ ਆ। ਉਹ ਬਾਹਰੋਂ ਲੋਕ ਆ ਜਿਸ ਵੇਲੇ ਆਉਂਦੇ ਆ, NRI ਲੋਕ ਸਾਨੂੰ ਇਹ ਸਾਡੀ ਮਦਦ ਕਰਦੇ ਆ, ਅਤੇ ਗਰੀਬਾਂ ਦਾ ਭਲਾ ਹੁੰਦਾ, ਜਿਹੜਾ ਸਰਕਾਰਾਂ ਨਹੀਂ ਕੰਮ ਕਰ ਸਕਦੀਆਂ, ਸੰਸਥਾਵਾਂ ਜਿਹੜੀਆਂ ਹੋਰ ਨਹੀਂ ਕੰਮ ਕਰ ਸਕਦੀਆਂ, ਉਹਦੇ ਵਿੱਚ ਇਹ ਜਿਹੜੀ ਤੁਹਾਡੀ ਮਾਇਆ ਜਿਹੜੀ ਆ ਸੰਗਤ ਏਡ ਦੁਆਰਾ ਹੋ ਕੇ ਆਉਂਦੀ ਆ ਜਾਂ ਸੰਗਤਾਂ ਦਿੰਦੀਆਂ, ਕਿਉਂਕਿ ਮੈਨੂੰ ਕਈ ਟੈਲੀਫੋਨ ਆਏ ਵੀ ਤੁਸੀਂ ਜਿਸ ਵੇਲੇ ਦੇਖਿਆ ਉਹਨਾਂ ਨੇ ਪ੍ਰੋਗਰਾਮ ਨਾ, ਉਹ ਮੈਨੂੰ ਕਹਿੰਦੇ ਵੀ ਇਹ ਬੰਦ ਨਹੀਂ ਕਰਨਾ, ਇਹਨੂੰ ਵੱਧ ਤੋਂ ਵੱਧ ਆਪਣੇ ਲੋਕਾਂ ਦੇ ਭਰੇ ਤੱਕ ਲਗਾਉਣਾ ਆ, ਅਸੀਂ ਵੀ ਇਹਦੇ ਵਿੱਚ ਆਪਣੀ ਕਿਰਤ ਕਮਾਈ ਜਿੰਨੀ ਸਾਡੇ ਕੋਲ ਹੋਊਗੀ ਅਸੀਂ ਭੇਜਿਆ ਕਰਾਂਗੇ, ਪਰ ਇਹ ਕੈਂਪ ਵੱਧ ਤੋਂ ਵੱਧ ਲਗਾਉਣੇ ਜਿੱਥੇ ਲੋੜ ਹੋਵੇ ਉੱਥੇ ਲਗਾਉਣੇ ਆ, ਪਰ ਅਸੀਂ ਸੋਚਦੇ ਹਾਂ ਉੱਥੇ ਹੀ ਲਗਾਉਂਦੇ ਹਾਂ ਜਿੱਥੇ ਲੋੜ ਆ, ਔਰ ਜਿੱਥੇ ਕੋਈ ਸੰਸਥਾਵਾਂ ਹੋਸਪਿਟਲ ਜਾਂ ਕੋਈ ਜਥੇਬੰਦੀਆਂ ਨਹੀਂ ਪਹੁੰਚਦੀਆਂ
ਨਹੀਂ ਡਾਕਟਰ ਸਾਹਿਬ ਪਹੁੰਚਦੇ, ਇਹ ਪਹਾੜੀ ਇਲਾਕਾ ਆ ਅਤੇ ਪਹਾੜੀ ਇਲਾਕੇ ਦੇ ਵਿੱਚ ਤਾਂ ਗੱਡੀਆਂ ਵਗੈਰਾ ਵੀ ਜਾਣੀਆਂ ਬੜੀਆਂ ਔਖੀਆਂ, ਤੇ ਉਹ ਲੋਕਾਂ ਨੂੰ ਅਸੀਂ ਉਹਨਾਂ ਤੋਂ ਝੁੱਗੀਆਂ ਦੇ ਵਿੱਚੋਂ ਪਹਾੜੀ ਇਲਾਕੇ 'ਚੋਂ ਲਿਆ ਕੇ ਅਸੀਂ ਉਹਨਾਂ ਦਾ ਪੂਰੀ ਤਰ੍ਹਾਂ ਟ੍ਰੀਟਮੈਂਟ ਕਰਾਵਾਂਗੇ। ਔਰ ਇਸ ਕੈਂਪ ਨੂੰ ਲੋਕ ਦੇਖ ਰਹੇ ਆ ਕਿਉਂਕਿ ਇਹਦੀ ਐਡ ਜਿਸ ਵੇਲੇ ਜਾਂਦੀ ਹੈ ਲੋਕਾਂ ਤੱਕ ਗੱਲ ਪਹੁੰਚਦੀ ਆ, ਅਤੇ ਉਹ ਦੂਸਰੇ ਜਿਹੜੇ ਲੋਕ ਆ ਉਹ ਪੈਸੇ ਕਮਾ ਕੇ ਥੋੜ੍ਹਾ ਬਹੁਤਾ ਡਾਕਟਰਾਂ ਨੂੰ ਵੀ ਕਈ ਐਸੇ ਲੋਕ ਅਸੀਂ ਤਾਂ ਆਪਣੇ ਹੋਸਪਿਟਲ 'ਚ ਇਸ ਕਰਕੇ ਕਰਾਈਦਾ ਕਿ ਉਹ ਉਹਨਾਂ ਦੇ ਹੋਸਪਿਟਲ ਜਾਵਾਂਗੇ ਤਾਂ ਉਹ ਚੌਗਣਾ ਖਰਚਾ ਪੈ ਜਾਂਦਾ। ਇਹ ਸਾਡਾ ਆਪਣਾ ਹੋਸਪਿਟਲ ਹੈ, ਗਰੀਬਾਂ ਦਾ ਹੋਸਪਿਟਲ ਆ, ਇਸ ਕਰਕੇ ਗਰੀਬਾਂ ਨੂੰ ਇਸ ਹੋਸਪਿਟਲ ਦੇ ਵਿੱਚ ਵੱਧ ਤੋਂ ਵੱਧ ਲਾਭ ਹੁੰਦਾ। ਜਿਹਨਾਂ ਸੰਗਤਾਂ ਨੇ ਇਸ ਕੈਂਪਾਂ ਦੇ ਵਿੱਚ ਇਹਨਾਂ ਕੈਂਪਾਂ ਵਿੱਚ ਮਾਇਆ ਸਫਲ ਕੀਤੀ ਆ, ਅਸੀਂ ਉਹਨਾਂ ਲਈ ਵੀ ਅਰਦਾਸ ਕਰਦੇ ਹਾਂ। ਔਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਆਪ ਜੀ ਨੂੰ ਕਿ ਸਭ ਤੋਂ ਪਹਿਲਾਂ ਇਹਦੇ ਵਿੱਚ ਵਿਸ਼ੇਸ਼ਤਾ ਇਹ ਆ ਕਿ ਅਸੀਂ ਪਹਿਲਾਂ ਮਰੀਜ਼ਾਂ ਨੂੰ ਸੈੱਟ ਕਰ, ਉਹਨਾਂ ਨੂੰ ਡਾਕਟਰ ਦੁਆਰਾ ਉਹਨਾਂ ਨੂੰ ਦੇਖਿਆ ਜਾਂਦਾ ਔਰ ਉਸ ਤੋਂ ਬਾਅਦ ਉਹਨੂੰ ਸਿਲੈਕਟ ਕੀਤਾ ਜਾਂਦਾ। ਜਿਹੜੇ ਸਾਡੇ ਮਰੀਜ਼ ਸਿਲੈਕਟ ਹੋ ਜਾਂਦੇ ਆ ਉਹ ਅਸੀਂ ਆਪਣੇ ਕੋਲ ਰੱਖਦੇ ਹਾਂ ਔਰ ਉਹਨੂੰ ਆਪਣੇ ਕੋਲ ਰੱਖ ਕੇ ਉਹਨਾਂ ਦਾ ਪੂਰਾ ਟ੍ਰੀਟਮੈਂਟ ਕਰਦੇ ਹਾਂ। ਕੋਈ ਵੀ ਮੈਡੀਕਲ ਸਹੂਲਤ ਜੇ ਉਹਨੂੰ ਸ਼ੂਗਰ ਆ ਜਾਂ ਬਲੱਡ ਪ੍ਰੈਸ਼ਰ ਆ ਅਤੇ ਕਈਆਂ ਨੂੰ ਹੋਰ ਕਈ ਬਿਮਾਰੀਆਂ ਹੁੰਦੀਆਂ, ਹੁਣ ਅਸੀਂ ਜੱਟਾਂ ਰਹਾਣਾ ਜੱਟਾਂ ਅਸੀਂ ਲਗਾਇਆ ਕੈਂਪ ਲਗਾਇਆ ਸੀ ਆਪਣੇ ਵੱਲੋਂ ਅਤੇ ਉੱਥੇ ਸਾਰੇ ਜਿਸ ਵੇਲੇ ਸਾਡੇ ਕੋਲ ਆ ਗਏ ਉਹਦੇ 'ਚ ਕੋਈ 50-55 ਕੁ ਅਸੀਂ ਪ੍ਰਸ਼ਨ ਕੀਤੇ ਅਤੇ ਇੱਕ ਮਾਤਾ ਸੀ ਉਹਨੂੰ ਜਿਸ ਵੇਲੇ ਅਸੀਂ ਰਾਤ ਨੂੰ ਕੋਈ 1:30 ਵਜੇ ਉਹਨੂੰ ਲਟਾ ਕੇ ਆਏ। ਸਾਰੇ ਮਰੀਜ਼ਾਂ ਨੂੰ ਪੁੱਛਿਆ ਲੰਗਰ ਪਾਣੀ ਛਕ ਲਿਆ, ਕਹਿੰਦੇ ਹਾਂਜੀ, ਦਵਾਈਆਂ ਖਾ ਲਈਆਂ, ਕਹਿੰਦੇ ਖਾ ਲਈਆਂ। ਜਿਸ ਵੇਲੇ ਅਸੀਂ ਡੇਰੇ ਆਏ ਅਤੇ ਮਗਰ ਹੀ ਟੈਲੀਫੋਨ ਆ ਗਿਆ 1:30 ਵਜੇ, ਇੱਕ ਮਾਤਾ ਨੂੰ ਬਹੁਤ ਉਲਟੀ ਆਈ ਆ ਅਤੇ ਉਹਦੇ ਨਾਲ ਖੂਨ ਆਉਣਾ ਸ਼ੁਰੂ ਹੋ ਗਿਆ। ਅਸੀਂ ਸਮਝਿਆ ਸ਼ਾਇਦ ਡਾਕਟਰ ਦੇ ਕਰਕੇ ਹੋਇਆ, ਕਹਿੰਦੇ ਡਾਕਟਰ ਨੂੰ ਅਸੀਂ ਇਕੱਠੇ ਕੀਤਾ ਵੀ ਇਹ ਕਿਉਂ ਹੋਇਆ। ਉਹ ਕਹਿਣ ਲੱਗੇ ਕਿ ਇਹਦੀ ਕੋਈ ਆਪਣੀ ਪ੍ਰੋਬਲਮ ਆ ਪਹਿਲਾਂ ਤੋਂ, ਅਤੇ ਉਸ ਵੇਲੇ ਉਹਨਾਂ ਨੇ ਉਹਨਾਂ ਦਾ ਇਲਾਜ ਵਗੈਰਾ ਕੀਤਾ, ਉਹਨਾਂ ਟ੍ਰੀਟਮੈਂਟ ਕੀਤਾ ਅਤੇ ਉਹ ਮਾਤਾ ਕਹਿੰਦੀ ਮੈਂ ਹੁਣ ਠੀਕ ਆ। ਅਤੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਇਹ ਪਹਿਲਾਂ, ਕਹਿੰਦੇ ਮੈਨੂੰ ਪਹਿਲਾਂ ਬਿਮਾਰੀ ਮੇਰੇ ਅੰਦਰ ਨਾ ਅਲਸਰ ਆ, ਮਤਲਬ ਖੋੜਾ ਆ, ਤੋ ਕਿਸੇ ਵੱਲ ਵੀ ਮੈਨੂੰ ਕਈ ਉਲਟੀ ਆ ਜਾਂਦੀ ਆ ਅਤੇ ਘਬਰਾਉਣ ਦੀ ਲੋੜ ਨਹੀਂ, ਪਰ ਉਹਦਾ ਉਹ ਸਾਰਾ ਭਰ ਰਿਹਾ ਸੀ, ਅਸੀਂ ਘਬਰਾ ਗਏ। ਫਿਰ 2 ਘੰਟੇ ਬਾਅਦ ਜਿਸ ਵੇਲੇ 2:30-3 ਵਜੇ ਫਿਰ ਇੱਕ ਉਲਟੀ ਆਈ ਅਤੇ ਅਸੀਂ ਉਹਨੂੰ ਰਾਤ ਨੂੰ ਲੈ ਕੇ ਗਏ 2:30 ਵਜੇ ਹੋਸਪਿਟਲ, ਅਤੇ ਉੱਥੇ ਹੋਸਪਿਟਲ ਲਿਜਾ ਕੇ ਦਾ ਟ੍ਰੀਟਮੈਂਟ 4 ਦਿਨ ਅਸੀਂ ਹੋਸਪਿਟਲ ਰੱਖ ਕੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਅਤੇ ਫਿਰ ਉਹਨਾਂ ਦੇ ਘਰ ਪਹੁੰਚਾਇਆ। ਹੁਣ ਮਾਤਾ ਨਜ਼ਰ ਵੀ ਬਹੁਤ ਵਧੀਆ ਆ ਰਿਹਾ, ਲੇਕਿਨ ਉਹ ਬਿਮਾਰੀ ਦਾ ਵੀ ਜਿਹੜਾ ਇਲਾਜ ਉੱਥੇ ਹੋ ਗਿਆ ਅਤੇ ਉਹ ਕਹਿੰਦੇ ਮੇਰੇ ਮੈਨੂੰ ਕਿਸੇ ਨੂੰ ਪੁੱਛਣਾ ਨਹੀਂ ਸੀਗਾ। ਇਹ ਜਿਹੜੀ ਗੱਲ ਜਿਹੜੀ ਬਾਬਾ ਜੀ ਆਪ ਜੀ ਕਹਿ ਰਹੇ ਹੋ ਨਾ, ਕਿਉਂਕਿ ਆਮ ਤੌਰ 'ਤੇ ਵੇਖੋ ਸਮਾਂ ਇੱਦਾਂ ਦਾ ਅਤੇ ਸਿਸਟਮ ਇੱਦਾਂ ਦਾ ਬਣਿਆ ਹੋਇਆ ਕਿ ਜਿਹੜਾ ਗਰੀਬ ਬੰਦਾ ਹੈ ਨਾ, ਇੱਥੋਂ ਦੀ ਆਪਾਂ ਇਕੋਨਮੀ ਸਾਰੇ ਜਾਣਦੇ ਹੀ ਹਾਂ ਕਿ ਪਿਛਲੇ 5-4 ਸਾਲਾਂ ਤੋਂ ਤਾਂ ਮਤਲਬ ਮਹਿੰਗਾਈ ਵੱਧਦੀ ਜਾ ਰਹੀ ਹੈ ਅਤੇ ਇਨਕਮ ਘੱਟਦੀ ਜਾ ਰਹੀ ਹੈ। ਸੋ ਐਸੇ ਹਾਲਾਤ ਜਿੱਥੇ ਘਰਾਂ ਦਾ ਗੁਜ਼ਾਰਾ ਕਰਨਾ ਔਖਾ ਹੈ, ਉੱਥੇ ਬਜ਼ੁਰਗਾਂ ਦੀ ਜਾਂ ਲੋੜਵੰਦਾਂ ਦੀਆਂ ਅੱਖਾਂ ਕਿੰਨੇ ਠੀਕ ਕਰਾਉਣੀਆਂ। ਬਿਲਕੁਲ, ਜਿੱਥੇ 3 ਵਕਤ ਦੀ ਰੋਟੀ ਜਿਹੜੀ ਆ ਉਹ ਬੱਚਿਆਂ ਨੂੰ ਕਿਵੇਂ ਖਵਾਉਣੀ, ਜਿੱਥੇ ਇਸ ਗੱਲ ਦੀ ਟੈਨਸ਼ਨ ਹੋਏ, ਉੱਥੇ ਇਹ ਗੱਲਾਂ ਜਿਹੜੀਆਂ ਨੇ, ਮੈਂ ਸਮਝਦਾ ਕਿ ਜਿਹੜਾ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਸਿਧਾਂਤ ਆ ਨਾ ਕਿ ਮਾਨਸ ਕੀ ਜਾਤ ਸਭਿਆ ਇੱਕ ਹੈ ਪਹਿਚਾਣ ਕੋ, ਸੋ ਉਹ ਇੱਥੇ ਪ੍ਰਤੱਖ ਆਪਾਂ ਦੇਖਦੇ ਹਾਂ। ਇਹ ਜਿਹੜੀ ਸੇਵਾ ਚੱਲ ਰਹੀ ਹੁੰਦੀ ਹੈ ਆਪਾਂ ਦੇਖਿਆ ਸਾਰੇ ਕੈਂਪਾਂ ਦੇ ਵਿੱਚ, ਹਿੰਦੂ ਤੁਰਕ ਕੋਈ ਰਾਫਜ਼ੀ ਇਮਾਮ ਸਾਫੀ, ਗੁਰੂ ਸਾਹਿਬ ਜੀ ਨੇ ਤਾਂ ਹੋਰ ਪ੍ਰਥਾਏ ਉਸ ਚੀਜ਼ ਦਾ ਉਚਾਰਨ ਕੀਤਾ ਸੀ, ਪਰ ਜਦੋਂ ਆਪਾਂ ਦੇਖਦੇ ਹਾਂ ਇਹ ਸਾਰੇ ਹੀ ਧਰਮਾਂ ਦੇ ਲੋਕ ਜਿਹੜੇ ਲੋੜਵੰਦ ਨੇ ਉੱਥੇ ਆਉਂਦੇ ਨੇ ਅਤੇ ਸਾਰਿਆਂ ਦਾ ਪੂਰੀ ਬਰਾਬਰਤਾ ਦੇ ਨਾਲ ਜਿਹੜਾ ਇਲਾਜ ਕੀਤਾ ਜਾਂਦਾ। ਸੋ ਮੈਂ ਸਮਝਦਾ ਕਿ ਇੱਕ ਬੜਾ ਵੱਡਾ ਸੁਨੇਹਾ ਜਾਂਦਾ ਸੰਗਤ ਏਡ ਦੇ ਰਾਹੀਂ, ਕਿਉਂਕਿ ਸੰਗਤ ਟੀਵੀ ਦਾ, ਸੰਗਤ ਟਰੱਸਟ ਦਾ ਤਾਂ ਮੋਟਿਵ ਹੀ ਇਹ ਹੈ ਕਿ ਆਪਾਂ ਐਸੇ ਪਰਉਪਕਾਰ ਦੇ ਕਾਰਜ। ਮੈਂ ਸਮਝਦਾ ਕਿ ਸਾਡੇ ਟਰੱਸਟੀ ਸਾਹਿਬਾਨ ਮਨਜੀਤ ਸਿੰਘ ਜੀ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਨੇ, ਵਿਸ਼ੇਸ਼ ਰੂਪ ਵਿੱਚ ਆਏ ਹੋਏ ਨੇ ਇੰਗਲੈਂਡ ਤੋਂ। ਇਸ ਪ੍ਰਥਾਏ ਥੋੜ੍ਹਾ ਜਿਹਾ ਸੰਗਤਾਂ ਦੇ ਨਾਲ ਕਿ ਜਦੋਂ ਤੁਸੀਂ ਸੰਗਤ ਟਰੱਸਟ ਦੀ ਸਥਾਪਨਾ ਕੀਤੀ ਉਦੋਂ ਮਨ ਦੇ ਵਿੱਚ ਕੀ ਵਿਚਾਰ ਸੀ ਅਤੇ ਫਿਰ ਸੰਗਤ ਏਡ ਦੇ ਜਿਹੜੇ ਪ੍ਰੋਜੈਕਟ ਲੈ ਕੇ ਚੱਲੇ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਸਾਂਝੀ ਕਰ ਦਿੱਤੀ। ਹਾਂ ਬਿਲਕੁਲ ਜੀ ਗੁਰਪ੍ਰੀਤ ਜੀ, ਸੰਗਤ ਟਰੱਸਟ ਜਦ ਬਣਿਆ ਸੀ ਅਤੇ ਇਹਦੇ ਪਹਿਲਾ ਪ੍ਰੋਜੈਕਟ ਸੀ ਸੰਗਤ ਟੈਲੀਵਿਜ਼ਨ। ਸੰਗਤ ਟੈਲੀਵਿਜ਼ਨ ਧਰਮ ਪ੍ਰਚਾਰ ਲਈ ਰੱਖਿਆ ਗਿਆ ਸੀਗਾ ਅਤੇ ਉਹ ਤੋਂ ਨਾਲ ਨਾਲ ਓਬਵੀਅਸਲੀ ਨਾਲੇ ਨਾਲ ਸੰਗਤ ਏਡ ਉਸੇ ਵੇਲੇ ਲਿਖਿਆ ਗਿਆ ਸੀ ਵੀ ਇਹ ਇਸ ਤੋਂ ਬਾਅਦ ਆਪਣਾ ਪ੍ਰੋਜੈਕਟ ਹੋਊਗਾ ਅਤੇ ਉਹ ਤੋਂ ਬਾਅਦ ਸੰਗਤ ਐਜੂਕੇਸ਼ਨ ਹੋਊਗਾ ਅਤੇ 3-4 ਹੁਣ ਆਪਾਂ ਪਹਿਲੇ ਕਦਮ 'ਤੇ ਹਲੇ ਤਾਂ ਆਏ ਹਾਂ, ਸੰਗਤ ਏਡ ਸ਼ੁਰੂ ਕੀਤਾ ਹੈਗਾ ਅਤੇ ਇਹਦੇ ਵਿੱਚ ਆਪਾਂ ਪਹਿਲਾਂ ਧਾਰਮਿਕ ਫੌਜੀਆਂ ਦੀ ਵੀ ਸੇਵਾ ਕਰ ਚੁੱਕੇ ਹੈਗੇ ਹਾਂ ਅਤੇ ਉੱਤਰਾਖੰਡ ਹੋਇਆ ਉੱਥੇ ਵੀ ਸੇਵਾ ਕੀਤੀ ਸੀ, ਕੇਰਲਾ 'ਚ ਵੀ ਕੀਤੀ ਸੀ ਅਤੇ ਇਸੇ ਤਰ੍ਹਾਂ ਅੱਖਾਂ ਦੇ ਕੈਂਪ ਪਹਿਲਾਂ ਵੀ ਲੱਗ ਚੁੱਕੇ ਹੈਗੇ ਆ, ਮੇਰੇ ਖਿਆਲ 2014 ਵਿੱਚ ਲੱਗੇ ਸੀ ਕੈਂਪ, ਅੱਖਾਂ ਦੇ ਕੈਂਪ ਲਾਏ ਸੀ। ਹਾਂਜੀ ਹਾਂਜੀ,
ਤੇ ਹੁਣ ਜਦ ਪੰਜਾਬ ਫਲੱਡ ਆਏ ਆ ਵਾਪਸ ਤੇ ਉਸ ਵੇਲੇ ਤਾਂ ਸੰਗਤਾਂ ਨੂੰ ਪਤਾ ਹੀ ਆ ਕਿੰਨੀ ਸੇਵਾ ਕੀਤੀ ਆ ਜੋ ਸੰਗਤਾਂ ਨੇ ਦਿੱਤਾ ਇੱਥੇ ਨਾਲ ਦੀ ਨਾਲ ਐਂਬੂਲੈਂਸਾਂ ਭੇਜੀਆਂ ਗਈਆਂ ਤੇ ਨਾਲ ਦੀ ਨਾਲ ਜਿੱਥੇ ਇਨਸਾਨਾਂ ਲਈ ਸੀ ਉੱਥੇ ਪਸ਼ੂਆਂ ਲਈ ਵੀ ਖਾਣਾ ਭੇਜਿਆ ਗਿਆ ਤੇ ਇਹਨੂੰ ਇਹ ਮੁੱਖ ਰੱਖ ਕੇ ਕਿਉਂਕਿ ਸੰਗਤ ਟਰੱਸਟ ਜਿਹੜਾ ਬਣਿਆ ਸੀ ਇਹ ਸੰਗਤ ਟਰੱਸਟ ਇਟਸ ਫੋਰ ਦਾ ਸੰਗਤ ਬਾਏ ਦਾ ਸੰਗਤ ਸੰਗਤ ਦੀ ਚੀਜ਼ ਵਾ ਸੰਗਤ ਦੇ ਲਈ ਇਹ ਬਣਾਇਆ ਗਿਆ ਹੈਗਾ ਆ ਅਤੇ ਇਹ ਸੰਗਤ ਦੀ ਸੇਵਾ ਕਰਨ ਲਈ ਬਣਾਇਆ ਗਿਆ ਹੈ ਇੱਥੇ ਇਹ ਕੋਈ ਇੱਕ ਰਜਿਸਟਰਡ ਚੈਰਿਟੀ ਆ ਇੱਕ ਕੋਈ ਇਹਨੂੰ ਓਨ ਨਹੀਂ ਕਰਦਾ ਹੈਗਾ ਇਹ ਇੱਕ ਸੰਗਤ ਦੀ ਚੀਜ਼ ਹੈਗੀ ਬਣੀ ਆ ਸੋ ਇਹਦੇ ਵਿੱਚ ਅਲੱਗ ਅਲੱਗ ਟਰੱਸਟੀ ਆ ਅਤੇ ਜਿਹਨਾਂ ਸਾਰਿਆਂ ਦਾ ਮੁੱਖ ਇਹੀ ਆ ਵੀ ਆਪਾਂ ਸੰਗਤ ਦੀ ਸੇਵਾ ਕਰਨੀ ਆ ਕਿਸ ਤਰ੍ਹਾਂ ਹੋ ਸਕਦੀ ਹੈ ਕਿਉਂਕਿ ਜਦ ਪਹਿਲਾਂ ਆਪਾਂ ਸਾਰੇ ਇੰਗਲੈਂਡ ਵੀ ਗਏ ਸੀਗੇ ਅਤੇ ਪਹਿਲਾਂ ਅਸੀਂ ਸਾਰਿਆਂ ਨੇ ਆਪਣਾ ਜਿੱਦਾਂ ਕਹਿੰਦੇ ਆਪਣੇ ਰੋਟੀ ਲਈ ਪਹਿਲਾਂ ਅਸੀਂ ਫਿਰ ਆਪਣਾ ਘਰ ਬਾਰ ਬਣਾਈਏ ਹੁਣ ਮਹਾਰਾਜ ਦੀ ਕਿਰਪਾ ਨਾਲ ਸਾਰੇ ਆਪਣੇ ਆਪਣੀ ਜਗ੍ਹਾ 'ਤੇ ਸੈੱਟ ਹੈਗੇ ਆ ਅਤੇ ਉਸ ਵੇਲੇ ਇਨਸਾਨ ਫਿਰ ਸੋਚਦਾ ਮੈਂ ਹੁਣ ਹੋਰ ਕੀ ਕਰਾਂ ਉਹ ਸੇਵਾ ਕਿੱਥੇ ਸੇਵਾ ਕਰਾਂ ਸਹੀ ਸੇਵਾ ਕਰਨ ਦੇ ਲਈ ਵੀ ਬੜਾ ਮੁਸ਼ਕਿਲ ਕੰਮ ਹੋ ਜਾਂਦਾ ਹੈ ਬਿਲਕੁਲ ਇਸ ਤਰ੍ਹਾਂ ਹੀ ਸੰਗਤ ਵੀ ਕਹਿੰਦੀ ਆ ਅਸੀਂ ਸੇਵਾ ਕਰਨੀ ਮਾਇਆ ਦੇ ਨਾਲ ਵੀ ਅਸੀਂ ਕਿੱਥੇ ਕਰੀਏ ਇਹ ਸਹੀ ਲੱਗੂਗੀ ਜਾ ਕੇ ਬਿਲਕੁਲ ਮੈਂ ਉਹ ਪਹਿਲਾਂ ਪਿਛਲੇ ਪ੍ਰੋਗਰਾਮ ਵਿੱਚ ਸੰਗਤ ਜੀ ਇਹ ਗੱਲ ਸਾਂਝੀ ਕੀਤੀ ਸੀ 2011 ਜੁਲਾਈ ਦੇ ਵਿੱਚ ਅਸੀਂ ਫਸਟ ਟਾਈਮ ਜਦੋਂ ਉਸ ਵੇਲੇ ਮੈਂ ਜੀ ਪੰਜਾਬੀ ਦੇ ਨਾਲ ਐਸੋਸੀਏਟਡ ਸੀ ਅਤੇ ਅਸੀਂ ਇੱਕ ਪ੍ਰਧਾਨ ਸਾਹਿਬ ਦੇ ਘਰ ਬੈਠੇ ਸੀ ਅਤੇ ਉਹਨਾਂ ਨੇ ਸਾਡੇ ਨਾਲ ਇਹ ਗੱਲ ਸਾਂਝੀ ਕੀਤੀ ਕਹਿੰਦੇ ਸੰਗਤ ਸੇਵਾ ਬੜਾ ਕਰਨਾ ਚਾਹੁੰਦੀ ਹੈ ਪਰ ਕੋਈ ਜੈਨੂਅਨ ਜਿਹੜਾ ਇੱਦਾਂ ਦਾ ਪਲੇਟਫਾਰਮ ਨਹੀਂ ਮਿਲਦਾ ਕਿਉਂਕਿ ਥੋੜ੍ਹਾ ਜਿਹਾ ਧੁੰਦਲਾ ਜਿਹਾ ਹੋ ਜਾਂਦਾ ਕਿ ਬਿਲਕੁਲ ਇੱਥੋਂ ਸੇਵਾ ਚੱਲ ਜਾਂਦੀ ਹੈ ਅੱਗੇ ਕਿੱਥੇ ਲੱਗੀ ਕਿੱਥੇ ਨਹੀਂ ਲੱਗੀ ਉਹਦਾ ਪਤਾ ਨਹੀਂ ਲੱਗਦਾ ਬਿਲਕੁਲ ਜੀ ਹੁਣ ਸੰਗਤ ਟਰੱਸਟ ਦੇ ਮੁੱਖ ਸੇਵਾਦਾਰ ਸਾਡੇ ਚੇਅਰਮੈਨ ਭਾਈ ਸਾਹਿਬ ਜੀ ਭਾਈ ਮਹਿੰਦਰ ਸਿੰਘ ਹੁਣੀ ਜੀ ਜਿਹਨਾਂ ਨੇ ਪੰਜਾਬ ਤਾਕਤਾਂ ਦੀ ਸੇਵਾ ਕੀਤੀ ਹੈ ਹੋਰ ਬਹੁਤ ਅਣਗਿਣਤ ਸੇਵਾਵਾਂ ਕੀਤੀਆਂ ਹੈਗੀਆਂ ਆ ਔਰ ਸਾਰੀ ਦੁਨੀਆਂ ਨੂੰ ਉਹਨਾਂ 'ਤੇ ਵਿਸ਼ਵਾਸ ਹੈਗਾ ਆ ਇਹ ਉਹਨਾਂ ਦੇ ਅਧੀਨ ਉਹਨਾਂ ਦੀ ਨਿਗਰਾਨੀ ਦੇ ਨਾਲ ਇਹ ਸਾਰਾ ਟਰੱਸਟ ਚੱਲ ਰਿਹਾ ਹੈਗਾ ਆ ਇੱਥੇ ਵੀ ਇਸੇ ਤਰ੍ਹਾਂ ਸੇਵਾ ਹੋ ਰਹੀ ਆ ਵੀ ਜੇ ਕੋਈ ਪਾਉਣ ਦਿੰਦਾ ਨਾ ਵੀ ਅਸੀਂ ਸਵਾ ਪਾਉਣ ਇਹ ਲਾਈਏ ਜਾ ਕੇ ਇਹ ਘਟੇ ਨਾ ਇਹ ਵਧੇ ਹਾਂਜੀ ਸੋ ਸੰਗਤ ਵੀ ਬਹੁਤ ਵਾਰ ਸੋਚਦੀ ਹੈ ਵੀ ਅਸੀਂ ਕਿੱਥੇ ਸੇਵਾ ਲਈਏ ਕਈ ਵਾਰ ਫੋਨ ਆਉਂਦੇ ਆ ਅਸੀਂ ਸੇਵਾ ਕਰਨੀ ਚਾਹੁੰਦੇ ਕਿੱਥੇ ਲਾਈਏ ਯਾਰ ਕਿੱਥੇ ਸਹੀ ਲੱਗੂਗੀ ਇੱਕ ਹੁਣ ਇੱਕ ਇਹ ਪਲੈਟਫਾਰਮ ਬਣ ਗਿਆ ਸੰਗਤ ਦੇ ਲਈ ਜਿੱਥੇ ਅੱਖਾਂ ਬੰਦ ਕਰਕੇ ਉਹ ਸੇਵਾ ਦੇ ਸਕਦੇ ਆ ਔਰ ਉਹਨਾਂ ਦੀ ਸੇਵਾ ਉਸ ਜਗ੍ਹਾ 'ਤੇ ਲੱਗਣੀ ਆ ਜਾ ਕੇ ਕਿਉਂਕਿ ਇਹਦੇ ਨਾਲ ਹੀ ਨਾਲ ਮੀਡੀਆ ਦਾ ਸਦਉਪਯੋਗ ਇਸ ਵਿਸ਼ੇ 'ਤੇ ਅਸੀਂ ਬਹੁਤ ਸਾਰ ਪਹਿਲਾਂ ਕਈ ਵਾਰੀ ਪ੍ਰੋਗਰਾਮ ਵੀ ਕੀਤੇ ਲੈਕਚਰ ਵੀ ਕੀਤੇ ਸੈਮੀਨਾਰ ਵੀ ਹੋਏ ਪਰ ਆਹ ਸਦਉਪਯੋਗ ਕਿ ਮੀਡੀਆ ਦਾ ਇੱਕ ਫਾਇਦਾ ਇਵੇਂ ਦਾ ਵੀ ਲਿਆ ਜਾ ਸਕਦਾ ਕਿ ਜਿਹੜੀ ਡੋਨੇਸ਼ਨ ਸੰਗਤ ਭੇਜਦੀ ਹੈ ਉਹਨੂੰ ਕਿੱਥੇ ਲਗਾਇਆ ਜਾ ਰਿਹਾ ਇਹਦਾ ਨਾਲ ਦੀ ਨਾਲ ਇੱਕ ਬਹੁਤ ਹੀ ਔਥੈਂਟਿਕ ਰਿਕਾਰਡ ਜਿਹੜਾ ਤਿਆਰ ਹੁੰਦਾ ਮੈਂ ਸਮਝਦਾ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਉਦਾਹਰਣ ਬਣਦੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਕਿ ਵੇਖੋ ਜਦੋਂ ਹੜ੍ਹ ਆਏ ਸੀ ਹਾਂਜੀ ਉੱਥੇ ਪਿੰਡਾਂ ਦੇ ਵਿੱਚ ਵਿੱਚ ਜਾ ਕੇ ਮੈਨੂੰ ਵੀ ਬਹੁਤ ਸਾਰੇ ਉਸ ਚੀਜ਼ ਦੇ ਉੱਤੇ ਉਹ ਜਦੋਂ ਬੇੜੀਆਂ ਦੇ ਵਿੱਚ ਜਾ ਕੇ ਤੇ ਉੱਥੇ ਚੀਜ਼ਾਂ ਗੁਰਪ੍ਰੀਤ ਜੀ ਜਿਹੜਾ ਆਪਾਂ ਉੱਥੇ ਪਸ਼ੂਆਂ ਲਈ ਚਾਰਾ ਵੀ ਵੰਡਿਆ ਸਾਡੇ ਕੋਲ ਪੂਰੀ ਲਿਸਟ ਪਈ ਆ ਕਿਹਦੇ ਘਰ ਕਿੰਨੀਆਂ ਬੋਰੀਆਂ ਗਈਆਂ ਉੱਥੇ ਸਰ ਦਸਖਤ ਹੋਏ ਅਗਲੇ ਦਿਨ ਰਿਸੀਵ ਕੀਤੇ ਉਹ ਵੀ ਉੱਦਾਂ ਨਹੀਂ ਕਿਸੇ ਨੂੰ ਦਿੱਤੀਆਂ ਗਈਆਂ ਵੈਰੀਫਾਈ ਕਰਕੇ ਕੋਈ ਆਪਣਾ 150 ਬੰਦਾ ਉਸ ਵੇਲੇ ਲਗਾਇਆ ਸੀ ਔਰ ਸਭ ਸੇਵਾਦਾਰ ਕਿਸੇ ਨੂੰ ਮਾਇਆ ਨਹੀਂ ਮਤਲਬ ਸੇਵਾ ਕਰ ਰਹੇ ਸੀ ਹਾਂਜੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਸਾਰੀ ਸੇਵਾ ਹੋਈ ਸੀ ਸੋ ਮੈਂ ਸਮਝਦਾ ਕਿ ਇਹ ਨਾ ਇੱਕ ਬਿਗਰ ਫੈਮਿਲੀ ਬਣਦਾ ਜਾ ਰਿਹਾ ਬਿਲਕੁਲ ਸੰਗਤ ਏਡ ਦੇ ਰੂਪ ਦੇ ਵਿੱਚ ਜਿੱਥੇ ਆਪਾਂ ਇਕੱਠੇ ਹੋ ਰਹੇ ਹਾਂ ਨਾ ਬਿਲਕੁਲ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਏਡ ਦੇ ਰਾਹੀਂ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਨੇ ਉਹ ਕੌਮ ਨੂੰ ਤਾਂ ਮਿਲਣਗੀਆਂ ਮਿਲਣਗੀਆਂ ਪੂਰੇ ਵਿਸ਼ਵ ਨੂੰ ਕਿਉਂਕਿ 550 ਸਾਲ ਤੇ ਜਿਹੜੀ ਗੱਲ ਇੱਕ ਬੜੀ ਜ਼ੋਰ ਦੇ ਨਾਲ ਉੱਠੀ ਹੈ ਕਿ ਵਿਸ਼ਵ ਸਿੱਖ ਕੌਮ ਵੱਲ ਤੱਕਦਾ ਪਿਆ ਬਿਲਕੁਲ ਜੀ ਦੁਨੀਆਂ ਤੱਕਦੀ ਪਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਬਾਰੇ ਜਿਹਨੂੰ ਜਿੰਨੀ ਜਿੰਨੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਹ ਬੜਾ ਅਟਰੈਕਟ ਹੁੰਦਾ ਹੈ ਅਤੇ ਵਿਸ਼ੇਸ਼ ਰੂਪ ਵਿੱਚ ਗੱਲ ਬਾਬਾ ਜੀ ਮੈਂ ਆਪ ਜੀ ਦਾ ਇਹਦੇ 'ਤੇ ਧਿਆਨ ਦਿਵਾਉਣਾ ਚਾਹਾਂਗਾ ਕਿ ਅੱਜ ਦੁਨੀਆਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਸਿੱਖ ਸਿਰਫ ਗੁਰਬਾਣੀ ਪੜ੍ਹਦੇ ਜਾਂ ਜਾਪ ਹੀ ਨਹੀਂ ਕਰਦੇ ਇਹ ਜਿਹੜੀ ਗੁਰਬਾਣੀ ਦੇ ਵਿੱਚ ਚੀਜ਼ ਕਹੀ ਗਈ ਉਹਨੂੰ ਪ੍ਰੈਕਟੀਕਲੀ ਕਰਕੇ ਦਿਖਾ ਦਿੰਦੇ ਨੇ ਸੋ ਇਹ ਜਿਹੜੀ ਸੇਵਾ ਦੀ ਭਾਵਨਾ ਅੱਜ ਦੁਨੀਆਂ ਦੇ ਵਿੱਚ ਪ੍ਰਗਟ ਹੋ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਮੌਕੇ ਇਹਨੂੰ ਹੋਰ ਆਪਾਂ ਕਿਸ ਢੰਗ ਦੇ ਨਾਲ ਅੱਗੇ ਲਿਜਾ ਸਕੀਏ ਕਿਉਂਕਿ 550 ਸਾਲਾਂ ਦਾ ਵਰਾ ਅਜੇ ਚੱਲ ਰਿਹਾ ਅਤੇ ਪੂਰੀ ਦੁਨੀਆਂ ਦੇ ਵਿੱਚ ਆਪਾਂ ਇਹ ਮੈਸੇਜ ਨੂੰ ਹੋਰ ਵਧੀਆ ਢੰਗ ਨਾਲ ਲੈ ਕੇ ਜਾ ਸਕੀਏ ਦੇਖੋ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ ਜਦੋਂ ਤੱਕ ਸਾਡੇ 'ਚ
ਸਵਾਰਥ ਹੈ ਨਾ, ਉਹਨਾਂ ਦੀ ਕੋਈ ਸੇਵਾ ਨਹੀਂ ਹੈ। ਔਰ ਸਾਡੇ ਕੋਲ ਲੋਕ ਆਉਂਦੇ ਆ, ਜਦੋਂ ਹੁਣ ਕੈਂਪ ਦੀ ਗੱਲ ਕਰੀਏ ਤੇ ਸਾਡੇ ਜਲੰਧਰ ਚ ਕੋਈ ਕਮੀ ਨਹੀਂ, ਲੋਕ ਆ ਕੇ ਕੈਂਪ ਲਗਾਉਂਦੇ, ਸਾਨੂੰ ਟਾਈਮ ਹੀ ਨਹੀਂ ਮਿਲਦਾ ਡਾਕਟਰਾਂ ਦੇ ਕੋਲੋਂ। ਪਰ ਉਹਨਾਂ ਦੀ ਸੇਵਾ, ਉਹ ਵੀ ਸੇਵਾ ਕਰ ਰਹੇ ਆ, ਆਪਾਂ ਵੀ ਸੇਵਾ ਕਰ ਰਹੇ ਆ। ਉਹਨਾਂ ਦੀ ਸੇਵਾ ਜਦੋਂ ਐਨ ਆਰ ਆਈ ਬਾਹਰੋਂ ਆ ਕੇ ਤੇ ਉੱਥੋਂ ਪੈਸੇ ਇਕੱਠੇ ਕਰਕੇ ਲੈ ਕੇ ਆਉਂਦੇ ਆ, ਤੇ ਉਹ ਜਲੰਧਰ ਕੈਂਪ ਲਗਾ ਦਿੱਤਾ। ਔਰ ਜਦੋਂ ਜਲੰਧਰ ਕੈਂਪ ਲਗਾ ਦਿੱਤਾ, ਉਹਨਾਂ ਦੱਸਿਆ ਕਿੰਨੇ ਮਰੀਜ਼ ਸਿਲੈਕਟ ਕੀਤੇ, ਉਹ ਕਹਿੰਦੇ ਜੀ 150 ਕਰ ਦਿੱਤਾ। ਉਹਨਾਂ ਨੂੰ ਜਰਬ ਦੇ ਕੇ ਉਹ ਪੈਸੇ ਰੱਖ ਲੈਂਦੇ ਆ, ਉਹ ਦੇਣੇ ਵਾਲੇ ਨੂੰ ਨਹੀਂ ਪਤਾ ਬਿਲਕੁਲ ਇਹ ਕਿਹੜੇ ਲੈਂਜ਼ ਪਾਏ ਆ, ਕਿਹੜੀ ਦਵਾਈ ਦਿੱਤੀ ਆ, ਤੇ ਕਿਹੜਾ ਕਿਹੜਾ ਰੋਗ ਸੀ ਅੱਖਾਂ ਦੇ ਵਿੱਚ ਜਿਹੜਾ ਤੁਸੀਂ ਦੂਰ ਕੀਤਾ, ਤੇ ਉਹ ਪੈਸੇ ਉਹਨਾਂ ਨੂੰ ਦਿੱਤੇ, ਬਣਾਏ ਕਰਕੇ ਚਲੇ ਗਏ। ਇੱਧਰ ਡਾਕਟਰ ਨੇ ਆਪਣੇ ਪੈਸੇ ਰੱਖ ਕੇ ਖਤਮ ਕਰਤਾ ਕੰਮ, ਤੇ ਉਹ ਮਰੀਜ਼ ਉੱਥੇ ਖੜੇ ਆ, ਉਹਨਾਂ ਤੱਕ ਉਹ ਸਹੂਲਤ ਨਹੀਂ ਪਹੁੰਚੀ। ਕਿਉਂਕਿ ਸਹੂਲਤ ਅਸੀਂ ਲੈਂਜ ਪਾਉਣਾ, ਪਰ ਉਹਨਾਂ ਨੇ ਉਹਨਾਂ ਨੂੰ ਸਾਫ਼ ਕਰਕੇ ਅੱਖਾਂ ਨੂੰ ਤੇ ਕਹਿਤਾ ਚਲੇ ਲੈਂਜ ਪੈ ਗਏ। ਤੇ ਜਿਹੜੀ ਸੇਵਾ ਜਿਹੜੀ ਇਹਦੇ ਵਿੱਚ ਸਵਾਰਥ ਹੈ, ਆਪਾਂ ਸੇਵਾ ਉਹੀ ਕਰਾਂਗੇ ਜੇ ਸਤਿਗੁਰ ਕਾ ਮਨ ਮੰਨੇ। ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਮਨ ਮਹਾਰਾਜ ਕਹਿੰਦੇ ਮਨ ਮਾਨਿਆ ਤਾਂ ਹਰ ਜਾਣਿਆ, ਤੇ ਜਦੋਂ ਤੱਕ ਸਤਿਗੁਰ ਦਾ ਮਨ ਨਹੀਂ ਮੰਨਦਾ, ਸਾਡੀ ਆਪਣੀ ਆਤਮਾ ਨਹੀਂ ਮੰਨਦੀ ਕਿ ਮੈਂ ਸਹੀ ਕਰ ਰਿਹਾ, ਉਹ ਜਿਹੜੇ ਕਰਦੇ ਉਹਨਾਂ ਦੀ ਆਤਮਾ ਵੀ ਬੋਲ ਰਹੀ ਆ ਕਿ ਤੁਸੀਂ ਸਹੀ ਨਹੀਂ ਕਰ ਰਹੇ, ਤੁਸੀਂ ਲੈਂਜ ਨਹੀਂ ਪਾਏ, ਤੁਸੀਂ ਅੱਖਾਂ ਸਾਫ਼ ਕੀਤੀਆਂ। ਔਰ ਕਈਆਂ ਦਾ ਨਕੂਨਾ ਹੁੰਦਾ, ਕਈ ਵਾਰੀ ਮਾਸ ਵੱਧ ਜਾਂਦਾ, ਤੇ ਉਹਨਾਂ ਦੇ ਕਰਕੇ ਨਜ਼ਰ ਕਮਜ਼ੋਰ ਹੁੰਦੀ ਆ, ਤੇ ਉਹ ਮਾਸ ਵਧਣਾ ਜਾਂ ਲੈਂਜ ਪਾਉਣਾ ਜਾਂ ਸਾਫ਼ ਕਰਨਾ, ਤਿੰਨ ਚੀਜ਼ਾਂ ਆ। ਅਸੀਂ ਲੈਂਜ ਵੱਖਰਾ ਪਾਉਂਦੇ ਹਾਂ, ਅੱਖਾਂ ਸਾਫ਼ ਜਿਹੜੀਆਂ ਕਰਨੀ ਉਹ ਵੱਖਰਾ ਪਾਉਂਦੇ ਹਾਂ, ਕਈਆਂ ਦੇ ਰੋਮ ਆ ਜਾਂਦਾ ਪਿਛਲੇ ਪਾਸੇ, ਤੇ ਉਹ ਜਿਹੜਾ ਰਟੀਨਾ ਨਾ ਅੱਖ ਦਾ ਉਹਦੇ ਉੱਪਰ ਉਹ ਘੁੰਮਦਾ, ਕਈ ਵਾਰੀ ਪਰੇਸ਼ਾਨੀ ਹੁੰਦੀ ਹੈ ਉਹ ਮਰੀਜ਼ ਨੂੰ, ਤੇ ਫਿਰ ਪਿੱਛਿਓਂ ਉਹਨੂੰ ਅੱਖ ਨੂੰ ਬਦਲ ਕੇ ਤੇ ਉਹ ਜਿਹੜੇ ਰੋਮ ਕੱਢਣੇ ਪੈਂਦੇ, ਖਤਮ ਕਰਨੇ ਪੈਂਦੇ ਆ, ਤੇ ਉਹਨੂੰ ਉਹ ਰਟੀਨੇ ਦੇ ਪਿੱਛੇ ਆ ਜਾਂਦਾ, ਉਹਨੂੰ ਤਕਲੀਫ਼ ਹੁੰਦੀ ਆ। ਤੇ ਇੱਕ ਤਾਂ ਇਹ ਉਹ ਕਹਿੰਦਾ ਨਹੀਂ, ਇਹ ਵੀ ਲੈਂਜ ਹੀ ਪਾਇਆ, ਜੇ ਉਹਨਾਂ ਨੇ ਉਹਨਾਂ ਦਾ ਨਕੋਨਾ ਕਰਤਾ ਮਤਲਬ ਮਾਸ ਖਤਮ ਕਰਤਾ, ਉੱਤੋਂ ਜਿਹੜਾ ਲੈਂਜ ਦੇ ਮੂਹਰੇ ਆ ਰਿਹਾ ਸੀਗਾ ਜਾਂ ਰਟੀਨੇ ਦੇ ਮੂਹਰੇ ਆ ਰਿਹਾ ਸੀ, ਉਹਨੂੰ ਪਿੱਛੇ ਕਰਦਾ, ਉਹਨੂੰ ਵੀ ਲੈਂਜ ਹੀ ਕਹਿ ਦਿੰਦੇ ਆ। ਇਸ ਕਰਕੇ ਜਿਹੜੀ ਚੀਜ਼ਾਂ ਹੈ ਨਾ, ਇਹ 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 ਦੇਖਣ ਜਿਹੜੇ ਦਾਨ ਵੀ ਕਰਦੇ, ਉਹਨੂੰ ਵੀ ਦੇਖਣਾ ਚਾਹੀਦਾ, ਮੇਰਾ ਜਿਹੜਾ ਦਾਨ ਕੀਤਾ ਹੈ ਉੱਥੇ ਹਾਜ਼ਰ ਹੋ ਕੇ ਦੇਖਣਾ ਚਾਹੀਦਾ ਕਿ ਇਹਨੂੰ ਇਹ ਸਹੂਲਤ ਪਹੁੰਚੀ ਆ। ਮਰੀਜ਼ ਕਹੇ ਕਿ ਮੈਨੂੰ ਆਹ ਸਹੂਲਤ ਮਿਲੀ ਆ, ਪਹਿਲਾਂ ਮੈਂ ਇਸ ਤਕਲੀਫ ਸੀਗਾ, ਹੁਣ ਮੈਂ ਇਸ ਤਕਲੀਫ 'ਚ ਆ। ਤੇ ਲੋਕੀ ਉੱਧਰੋਂ ਆਉਂਦੇ, ਪੈਸੇ ਉਹਨਾਂ ਨੂੰ ਡਾਕਟਰਾਂ ਨੂੰ ਦੇ ਜਾਂਦੇ, ਡਾਕਟਰ ਆਪਣੇ ਹਿਸਾਬ ਨਾਲ ਅੰਦਰ ਲੈ ਜਾਂਦਾ, ਉਹ ਸਾਨੂੰ ਲਿਸਟ ਬਣਾ ਕੇ ਦੇ ਦਿੰਦਾ, ਲਓ ਜੀ ਇੰਨੇ ਅਸੀਂ ਲੈਂਜ਼ ਪਾ ਦਿੱਤੇ ਆ। ਤੇ ਉਹ ਲੈਂਜ਼ ਪੈਣੇ ਜਿਹੜੇ ਉਹ ਸਾਡੇ ਕੋਲ ਰਿਕਾਰਡ ਆ, ਸਾਡੇ ਕੋਲ ਰਿਕਾਰਡ ਇਹ ਵੀ ਆ ਕਿ ਤੁਸੀਂ ਇਹਦਾ ਨਕੋਨਾ ਕੀਤਾ, ਮਤਲਬ ਤੁਸੀਂ ਉਹ ਖੂਨ ਪਿੱਛੇ ਜਿਹੜਾ ਮੋਹਰੇ ਤੁਹਾਡੇ ਮਾਸ ਵਧਿਆ ਸੀ ਉਸ ਅੱਖ ਦਾ ਸਾਫ਼ ਕੀਤਾ, ਜਾਂ ਤੁਸੀਂ ਰੋਮ ਪਿੱਛੋਂ ਠੀਕ ਕੀਤੇ, ਜਾਂ ਅੱਖ ਨੂੰ ਸਾਫ਼ ਕੀਤਾ, ਜਾਂ ਲੈਂਜ਼ ਪਾਇਆ। ਪਰ ਇਹ ਇਹ ਜਿਹੜਾ ਵਿਸਾਰ ਆ ਜਾਂ ਇਹਦੀ ਡਿਟੇਲ ਹੈ ਨਾ, ਉਹ ਸਾਨੂੰ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਦੇਖਣਾ। ਭਾਵੇਂ ਅਸੀਂ ਚੰਗਾ ਹੀ ਕੰਮ ਕਰਦੇ ਹਾਂ, ਸਾਨੂੰ ਇੱਥੇ ਵੀ ਸਾਨੂੰ ਜਾਗਰੂਕ ਹੋਣਾ ਪੈਣਾ। ਸਾਰੇ ਡਾਕਟਰ ਜਿਹੜੇ ਆ ਉਹ ਪਰਮਾਰਥੀ ਨਹੀਂ ਹੈਗੇ, ਉਹ ਡਾਕਟਰ ਕਈ ਸਾਰੇ ਜਿਹੜੇ ਆ ਉਹ ਭਲਾ ਨਹੀਂ ਚਾਹੁੰਦੇ, ਉਹ ਤਾਂ ਆਪਣੀ ਇਨਕਮ ਬਣਾਇਆ ਉਹਨਾਂ ਨੇ। ਬਿਲਕੁਲ, ਤਰ੍ਹਾਂ ਤਰ੍ਹਾਂ ਦੀ ਦੁਨੀਆ, ਹਰ ਕਿਸੇ ਨੂੰ ਇੰਨਾ ਗਿਆਨ ਨਹੀਂ ਹੁੰਦਾ ਜਾਂ ਹਰ ਕਿਸੇ ਦੇ ਮਨ ਦੇ ਵਿੱਚ ਇੰਨੀ ਸੋਝੀ ਜਾਂ ਇੰਨਾ ਪਿਆਰ ਹੋਣਾ, ਇਹ ਬੜੇ ਵੱਡੇ ਭਾਗਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਜੇ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਬਾਬਾ ਜੀ ਅਤੇ ਹੋਰ ਸਾਰੀਆਂ ਸੰਗਤਾਂ ਹੈ, ਇਹਨਾਂ ਦਾ ਸਾਰਾ ਜਿਹੜਾ ਯੂਨਿਟ ਇੱਥੇ ਜੋ ਚੈਰੀਟੇਬਲ ਹੋਸਪਿਟਲ ਹੈ ਉਹਦੇ ਰਾਹੀਂ ਇਹ ਸਾਰੇ ਕਾਰਜ ਕੀਤੇ ਜਾ ਰਹੇ ਨੇ। ਸੋ ਇਹ ਗੱਲਾਂ ਜਿਹੜੀਆਂ ਨੇ ਸਾਡਾ ਜਿੱਥੇ ਧਿਆਨ ਖਿੱਚਦੀਆਂ ਨੇ, ਉੱਥੇ ਜਿਹੜੇ ਜ਼ਰੂਰਤਮੰਦ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਇੱਥੇ ਹੁਣ ਆਉਂਦੇ ਦਿਨਾਂ ਦੇ ਵਿੱਚ ਇੱਥੇ ਕੈਂਪ ਲੱਗਣਾ, ਕਿਉਂਕਿ ਜਦੋਂ ਪਿਛਲੀ ਵਾਰੀ ਅਸੀਂ ਕੈਂਪ ਦੀ ਸਮਾਪਤੀ ਹੋਈ ਸੀ ਉਦੋਂ ਹੀ ਨਾਲ ਹੀ ਇਹ ਵੀ ਕਹਿ ਦਿੱਤਾ ਸੀ ਕਿ ਅਗਲਾ ਕੈਂਪ ਵੀ ਜੋ ਹੈ ਉਹ ਕਰੀਬ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਹੈ ਅਖੀਰ 'ਚ ਲੱਗੇਗਾ। ਸੋ ਹੁਣ ਉਹਦੇ ਵਾਸਤੇ ਵੀ, ਕਿਉਂਕਿ ਜਦੋਂ ਕੋਈ ਇੱਕ ਸੈਟਿਸਫਾਈਡ ਪੇਸ਼ੈਂਟ ਹੁੰਦਾ ਉਹ ਫਿਰ ਆਪਣੇ ਹੋਰ ਕਿਸੇ ਦੁਖੀ ਦਰਦੀ ਜਿਹੜਾ ਉਹਨੂੰ ਵੀ ਸੁਨੇਹਾ ਪਹੁੰਚਾਉਂਦਾ। ਸੋ ਇਸ ਢੰਗ ਦੇ ਨਾਲ ਇੱਕ ਲੜੀ ਚੱਲਦੀ ਪਈ ਹੈ। ਸੋ ਇਸ ਲੜੀ ਦੇ ਨਾਲ ਅਸੀਂ ਵੀ ਹੋਰ ਅੱਗੇ ਵਧਣਾ। ਇੱਥੇ ਇੱਕ ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ। ਸੰਗਤ ਟੀਵੀ ਦੇ ਰਾਹੀਂ ਅੱਜ ਦਾ ਇਹ ਖਾਸ ਪ੍ਰੋਗਰਾਮ ਦੇਖ ਰਹੀ ਸਾਰੀ ਸੰਗਤ ਨੂੰ ਅਸੀਂ ਇੱਕ ਵਾਰੀ ਫੇਰ ਪਿਆਰ ਸਹਿਤ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਬਾਬਾ ਨਿਰਮਲ ਦਾਸ ਜੀ, ਬਾਬਾ ਜੋੜੇ ਵਾਲੇ, ਜਿਨ੍ਹਾਂ ਦਾ ਕਿ ਬੜਾ ਪ੍ਰਤਾਪ, ਆਪਾਂ ਸਾਰੇ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਨੂੰ ਲਗਾਤਾਰ ਸਰਵਣ ਵੀ ਕਰਦੇ ਹਾਂ, ਵੱਖ ਵੱਖ ਜਿੱਥੇ ਵੀ ਆਈ ਕੈਂਪ ਲੱਗਦੇ ਨੇ ਉੱਥੇ ਬਾਬਾ ਜੀ ਸਾਡੇ ਨਾਲ ਪਹੁੰਚ ਕੇ ਸੇਵਾ ਕਰਦੇ ਨੇ। ਸੋ ਸੰਗਤ ਏਡ ਦੇ ਨਾਲ ਇੱਕ ਮੁਹਿੰਮ ਜਿਹੜੀ ਬਣੀ ਇਸ ਪਰਉਪਕਾਰ ਦੇ ਕਾਰਜ ਦੀ 550 ਸਾਲਾਂ ਦੇ ਮੌਕੇ 'ਤੇ, ਸੋ ਚੌਥਾ ਕੈਂਪ ਜੋ ਹੈ ਉਹ ਲੱਗਣ ਜਾ ਰਿਹਾ। 5 ਕੈਂਪਾਂ ਦਾ ਵਿਚਾਰ ਬਣਿਆ ਸੀ। ਸੋ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਆਪ ਸੰਗਤਾਂ ਨੂੰ ਹੋਰ ਉਤਸ਼ਾਹ ਬਖਸ਼ਣ ਅਤੇ ਸ਼ਾਇਦ ਹੋਰ ਅਗਾਂਹ ਇਹ ਕਾਰਜ ਜਿਹੜੇ ਨੇ ਅੱਗੇ ਵਧਣਗੇ। ਸੋ ਕਿਉਂਕਿ ਜਿਨ੍ਹਾਂ ਦੇ ਦੁਖੀਆਂ ਦੇ ਦੁੱਖ ਦੂਰ ਹੁੰਦੇ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ,
ਖੇਡ ਤਾਂ ਮੈਂ ਸਮਝਦਾ ਕਿ ਉਸ ਮਾਲਕ ਦੀ ਹੈ, ਪਰ ਕਿਸੇ ਦੇ ਰਾਹੀਂ ਵਰਤ ਜਾਂਦਾ ਅਤੇ ਕਿਸੇ ਨੂੰ ਉਹਨੇ ਰਾਜ਼ੀ ਕਰਨਾ ਹੁੰਦਾ ਅਤੇ ਕਿਸੇ ਦਿਆਲੂ ਕਿਰਪਾਲੂ ਦੇ ਮਨ ਦੇ ਉੱਤੇ ਵੱਸ ਕੇ ਉਹਦੇ ਰਾਹੀਂ ਉਹ ਸੇਵਾ ਲੈ ਲੈਂਦਾ। ਸੋ ਸੰਗਤ ਏਡ ਇੱਕ ਜ਼ਰੀਆ ਬਣਿਆ ਆਪ ਦੇ ਵਿੱਚ ਅਤੇ ਜਿਹੜੇ ਮਰੀਜ਼ ਨੇ, ਸੋ ਉਹਦੇ ਵਿੱਚ ਬਾਬਾ ਜੀ ਸਾਡਾ ਇੱਕ ਬਹੁਤ ਵੱਡਾ ਸਹਿਯੋਗ ਕਰਦੇ ਪਏ ਨੇ। ਇਹਨਾਂ ਦੇ ਸਾਰਾ ਜੋ ਚੈਰੀਟੇਬਲ ਹੋਸਪਿਟਲ ਹੈ ਬਾਬਾ ਪ੍ਰੀਤਮ ਦਾਸ ਜੀ ਦਾ, ਉਹਦੇ ਰਾਹੀਂ ਜਿਹੜੀਆਂ ਸੇਵਾਵਾਂ ਇਹ ਅੱਗੇ ਪਹੁੰਚ ਰਹੀਆਂ ਨੇ। ਸੋ ਬਾਬਾ ਜੀ, ਜੋ ਟ੍ਰੀਟਮੈਂਟ ਅਤੇ ਜੋ ਮੈਡੀਸਨ ਜਿਹੜੀਆਂ ਇੱਥੇ ਤੁਸੀਂ ਪ੍ਰੋਵਾਈਡ ਕਰਦੇ ਹੋ, ਟ੍ਰੀਟਮੈਂਟ ਦਾ ਜਿਹੜਾ ਸਰਕਲ ਬਣਦਾ, ਉਹਦੇ ਬਾਰੇ ਵੀ ਥੋੜ੍ਹੀ ਜਿਹੀ ਸੰਗਤਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਜੀ। ਹਾਂ, ਮੈਂ ਸਾਰੇ ਦਰਸ਼ਕਾਂ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਵੀ ਆਪਣਾ ਇੱਥੇ ਮਰੀਜ਼, ਕਿਸੇ ਕੋਈ ਲੋੜਵੰਦ ਹੋਵੇ, ਕੋਈ ਰਿਸ਼ਤੇਦਾਰੀ 'ਚ ਹੋਵੇ ਜਾਂ ਕੋਈ ਤੁਹਾਡਾ ਪਿਆਰਾ ਹੋਵੇ, ਉਹਨੂੰ ਇੱਕ ਜ਼ਰੂਰ ਗੱਲ ਕਹਿਣੀ ਕਿ ਜਿਸ ਵੇਲੇ ਆਪਾਂ ਇਹ ਟ੍ਰੀਟਮੈਂਟ ਕਰਾਉਂਦੇ ਹਾਂ, ਲੈਂਸ ਵਗੈਰਾ ਪਵਾਉਂਦੇ ਹਾਂ, ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹੋਸਪਿਟਲ ਵਿੱਚ ਕੈਂਪ ਕਿਤੇ ਵੀ ਲੱਗੇ, ਇਹ ਇੱਥੇ ਟ੍ਰੀਟਮੈਂਟ ਸਾਡੇ ਇਸ ਹੋਸਪਿਟਲ ਵਿੱਚ ਹੀ ਹੋਣਾ। ਸੰਗਤ ਏਡ ਦੇ ਜਿੰਨੇ ਵੀ ਕੈਂਪ ਲੱਗੇ ਆ, ਹੋਰ ਵੀ ਕੈਂਪ ਕਿਤੇ ਆਪਾਂ ਲਗਾ ਸਕਦੇ ਬਾਹਰ, ਲੇਕਿਨ ਜਦੋਂ ਟ੍ਰੀਟਮੈਂਟ ਆ, ਲੈਂਸ ਵਗੈਰਾ ਪਾਉਣੇ ਆ, ਉਹ ਅਸੀਂ ਇਸੇ ਹੀ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹੋਸਪਿਟਲ ਦੇ ਜੋ ਡਾਕਟਰ ਹੈ, ਜੋ ਸਟਾਫ ਹੈ, ਉਹੀ ਸੇਵਾ ਨਿਭਾਉਂਦਾ। ਅਤੇ ਇਹ ਜਿਹੜੀ ਦਵਾਈਆਂ ਦੇ ਬਾਰੇ ਆਪ ਜੀ ਨੇ ਕਿਰਪਾ ਕੀਤੀ, ਦਵਾਈਆਂ ਜੋ ਹੈ ਦੋ ਤਰ੍ਹਾਂ ਦੀਆਂ, ਇੱਕ ਦਵਾਈ ਜਿਹੜੇ ਕੈਂਪ ਲਗਾਉਂਦੇ ਆ ਖੁੱਲ੍ਹੀ ਦਵਾਈ ਦਿੰਦੇ ਆ, ਤੋ ਖੁੱਲ੍ਹੀ ਦਵਾਈ ਦਾ ਨੁਕਸਾਨ ਹੋ ਸਕਦਾ ਸਾਡੇ ਨੇਤਰਾਂ 'ਤੇ ਵੀ ਹੋ ਸਕਦਾ, ਸਾਡੇ ਸਰੀਰ 'ਤੇ ਵੀ ਹੋ ਸਕਦਾ, ਕਿਉਂਕਿ ਉਹ ਮਾਨਤਾ ਪ੍ਰਾਪਤ ਨਹੀਂ ਹੁੰਦੀਆਂ। ਉਹ ਜਿੱਦਾਂ ਨਾ ਇਕੱਠਾ ਲੈ ਲਓ ਅਤੇ ਉਹ ਖੁੱਲ੍ਹੀਆਂ ਦਵਾਈਆਂ ਹੁੰਦੀਆਂ, ਉਹ ਪ੍ਰਦੂਸ਼ਣ ਵੀ ਆ ਜਾਂਦਾ ਉਹਦੇ 'ਚ, ਇਹ ਵੀ ਨਹੀਂ ਪਤਾ ਹੁੰਦਾ ਵੀ ਇਹਦਾ ਟਾਈਮ ਲੰਘ ਗਿਆ ਜਾਂ ਨਹੀਂ। ਇੱਕ ਦਵਾਈ ਪੈਕਿੰਗ ਆ, ਅਤੇ ਤੁਸੀਂ ਸਾਰੇ ਮੈਂ ਦਰਸ਼ਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਕਿਸੇ ਨੇ ਵੀ ਦਵਾਈ ਖਾਣੀ ਆ, ਉਹਨਾਂ ਨੂੰ ਇਹ ਪਹਿਲਾਂ ਜ਼ਰੂਰ ਦੱਸੋ ਵੀ ਜਦੋਂ ਦਵਾਈ ਹੋਸਪਿਟਲ ਤੋਂ ਮਿਲਦੀ ਆ ਜਾਂ ਡਾਕਟਰ ਸਾਨੂੰ ਦਿੰਦਾ ਆ, ਉਹਨੂੰ ਪਹਿਲਾਂ ਉਹਦੀ ਡੇਟ ਜ਼ਰੂਰ ਦੇਖਣੀ, ਅਤੇ ਵੀ ਦੂਸਰਾ ਉਹ ਪੈਕਿੰਗ ਹੋਵੇ ਦਵਾਈ, ਖੁੱਲ੍ਹੀ ਨਹੀਂ ਖਾਣੀ, ਆਪ ਤੁਸੀਂ ਉਹ ਪੱਤੇ ਤੋਂ ਲਾਓ, ਉਹਦੇ ਵਿੱਚੋਂ ਕੱਢ ਕੇ ਦਵਾਈ ਖਾਓ, ਪਰ ਉਹ ਪੱਤੇ ਦੇ ਉੱਤੇ ਡੇਟ ਲਿਖੀ ਹੁੰਦੀ ਆ ਕਿ ਇਸ ਤਰੀਕ ਤੱਕ ਆ ਜਿਹੜੀ ਤੁਸੀਂ ਅੱਖਾਂ 'ਚ ਦਵਾਈ ਪਾਉਂਦੇ ਆ, ਉਹਦੀ ਉਹ ਪੈਕਿੰਗ ਆ। ਵੈਸੇ ਕਈ ਵਾਰੀ ਖੁੱਲ੍ਹੀਆਂ ਹੁੰਦੀਆਂ, ਉਹ ਲੋਕਾਂ ਦੀਆਂ ਬੱਚੀਆਂ ਹੁੰਦੀਆਂ, ਕਹਿਣਾ ਚਲੋ ਦੇਖ ਲਓ ਇਹਨਾਂ ਨੂੰ ਦੇ ਦਿਓ, ਅਤੇ ਕਿਉਂ ਡਾਕਟਰਾਂ ਤਾਂ ਪਾਉਣਾ ਹੁੰਦਾ, ਅਤੇ ਉਹ ਜਿਹੜੀ ਦਵਾਈ ਤੁਸੀਂ ਅੱਖਾਂ ਦੇ ਵਿੱਚ ਦਵਾਈ ਪਾਉਂਦੇ ਆ, ਤੁਹਾਨੂੰ ਇੱਕ ਕਿਤੋਂ ਮਿਲਦੀ ਆ, ਡਾਕਟਰ ਦਿੰਦਾ ਆ ਵੀ ਇਹ ਘੰਟੇ ਘੰਟੇ ਬਾਅਦ ਪਾਉਣੀ ਆ, ਅਤੇ ਉਹਦੇ ਵਿੱਚ ਸਾਰੇ ਤੱਤ ਹੁੰਦੇ ਆ, ਜੇ ਅਸੀਂ ਉਹ ਟਾਈਮ ਲੰਘ ਜਾਵੇ ਤਾਂ ਉਹਦਾ ਕੋਈ ਅਸਰ ਨਹੀਂ ਹੋਣਾ। ਇਸ ਕਰਕੇ ਸਾਰੇ ਦਰਸ਼ਕਾਂ ਨੂੰ ਔਰ ਸਾਰੇ ਹੀ ਮਰੀਜ਼ ਜਿਹੜੇ ਇੱਥੇ ਟ੍ਰੀਟਮੈਂਟ ਕਰਾਉਣ ਆਉਂਦੇ ਆ, ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਦੋਵਾਂ ਚੀਜ਼ਾਂ ਦਾ ਖਿਆਲ ਰੱਖਣ, ਇੱਕ ਤਾਂ ਜਿਹੜੀ ਪੈਕਿੰਗ ਤੁਹਾਨੂੰ ਦਵਾਈ ਮਿਲਦੀ ਉਹ ਖਾਣੀ ਆ, ਔਰ ਉਹਦੀ ਡੇਟ ਦੇਖਣੀ ਆ, ਜਿਹੜੀ ਦਵਾਈ ਤੁਸੀਂ ਅੱਖਾਂ ਦੇ ਵਿੱਚ ਪਾਉਂਦੇ ਆ ਦਵਾਈ, ਉਹ ਜਿਹੜੀ ਹੈ ਉਹਦੀ ਡੇਟ ਦੇਖ ਕੇ ਉਹਨੂੰ ਚੰਗੀ ਤਰ੍ਹਾਂ, ਆਪ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਹੈਗੇ ਉਹਨਾਂ ਨੂੰ ਦਿਖਾਓ ਵੀ ਇਹਦੀ ਡੇਟ ਤਾਂ ਨਹੀਂ ਲੰਘੀ, ਅਤੇ ਇਹ ਚੀਜ਼ਾਂ ਦਾ ਖਿਆਲ ਰੱਖਣਾ ਜ਼ਰੂਰੀ ਆ। ਅਤੇ ਜੇ ਅਸੀਂ ਇੱਥੋਂ ਮਾੜਾ ਮੋਟਾ ਵੈਸੇ ਉਹ ਦਵਾਈ ਪਾਉਣੀ ਸ਼ੁਰੂ ਕਰਤੀ ਜਾਂ ਖਾਣੀ ਸ਼ੁਰੂ ਕਰ ਦਿੱਤੀ, ਹੋ ਸਕਦਾ ਉਹਦੀ ਡੇਟ ਲੰਘੀ ਹੋਵੇ ਅਤੇ ਤੁਹਾਡੇ ਉਸ ਸਰੀਰ 'ਤੇ ਵੀ ਨੁਕਸਾਨ ਹੋਏਗਾ ਔਰ ਅੱਖਾਂ ਦਾ ਵੀ ਨੁਕਸਾਨ ਹੋਏਗਾ। ਅਤੇ ਸਾਡੇ ਡਾਕਟਰ ਸਾਹਿਬਾਨ ਪਹਿਲਾਂ ਉਹ 5 ਦਿਨ ਦੀ ਦਵਾਈ ਦਿੰਦੇ ਆ, ਜਿਸ ਵੇਲੇ ਆਪਰੇਸ਼ਨ ਕਰਕੇ ਲੈਂਸ ਪਾ ਕੇ ਅਸੀਂ ਉਹਨੂੰ ਆਪਰੇਸ਼ਨ ਥੀਏਟਰ 'ਚੋਂ ਲਿਆਉਂਦੇ ਹਾਂ, ਅਤੇ ਉਹ 5 ਦਿਨ ਦੀ ਦਵਾਈ ਉਹਨੂੰ ਦਿੱਤੀ ਜਾਂਦੀ ਆ, ਔਰ 5 ਦਿਨਾਂ ਬਾਅਦ ਫਿਰ ਉਹਨਾਂ ਨੂੰ ਦੇਖ ਕੇ ਦੁਬਾਰਾ ਫਿਰ ਉਹਨਾਂ ਦਾ ਆਪਣਾ ਡਾਕਟਰ ਚੈੱਕ ਕਰਦਾ, ਅਤੇ ਉਹਦੇ ਵਿੱਚ ਕੋਈ ਅੱਖਾਂ ਦੇ ਵਿੱਚ ਲਾਲੀ ਤਾਂ ਨਹੀਂ ਆਈ ਜਾਂ ਪਾਣੀ ਤਾਂ ਨਹੀਂ ਆਇਆ ਜਾਂ ਦਰਦ ਤਾਂ ਨਹੀਂ ਹੋਈ, ਉਹ ਫਿਰ 5 ਦਿਨਾਂ ਬਾਅਦ ਫਿਰ ਦਵਾਈ ਉਹ ਬਦਲਦੇ ਆ, ਤੋ ਫਿਰ ਨੋਰਮਲ ਜਿਹੜੀ ਦਵਾਈ ਆ ਉਹ ਫਿਰ ਅਸੀਂ ਮਤਲਬ 15 ਦਿਨਾਂ ਦੀ ਦਵਾਈ ਖਾਣ ਤੋਂ ਬਾਅਦ ਅਸੀਂ ਉਹਨਾਂ ਨੂੰ ਨੋਰਮਲ ਕਰਦੇ ਹਾਂ। 15 ਦਿਨ ਅਸੀਂ ਉਹਦੇ ਨਜ਼ਰ ਰੱਖਦੇ ਉਸ ਮਰੀਜ਼ ਦਾ, ਵੀ ਪਹਿਲਾਂ 5 ਦਿਨ ਡਾਕਟਰ ਦੀ ਉਸ ਪ੍ਰੈਸ਼ਰ ਨਿਕਲਦੇ ਨੇ, ਜਿਸ ਪ੍ਰੈਸ਼ਰ ਕਰਕੇ ਨਿਕਲਦੇ ਆ, ਦੂਸਰੀ ਵਾਰ ਜਦੋਂ ਉਹਨਾਂ ਨੂੰ ਚੈੱਕਅਪ ਕਰਨਾ, 5 ਦਿਨ ਦੀ ਫਿਰ ਦੇਣੀ ਔਰ 5 ਦਿਨ ਦੀ ਫਿਰ ਆਪਣੇ ਵੱਲੋਂ ਦੇਣੀ ਆ, ਅਤੇ 15 ਦਿਨਾਂ ਦੀ ਦਵਾਈ ਜਿਹੜੀ ਆ ਇਹਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਮਰੀਜ਼ ਦੇ ਕੋਲੋਂ, ਔਰ ਦਵਾਈ ਜਿਹੜੀ ਆ ਉਹ ਅਸੀਂ ਜੇ ਉਹਨਾਂ ਦੀ ਰਹਿ ਗਈ ਦਵਾਈ 5 ਦਿਨਾਂ ਤੱਕ ਖਾਣ ਤੋਂ ਰਹਿ ਗਈ ਆ, ਉਹ ਸਿੱਟ ਦੇਣੀ ਵਾਪਸ, ਉਹਨਾਂ ਨੂੰ ਇਹ ਵੀ ਕਹਿਣਾ ਵੀ ਇਹੋ ਹੀ ਖਾਓ, ਅਤੇ ਉਹ ਜੇ ਉਹਨਾਂ 5 ਦਿਨਾਂ ਦੇ ਖਾ ਲਈ ਤਾਂ ਬਹੁਤ ਵਧੀਆ। ਕਈ ਲੋਕ ਜਿਹੜੇ ਨਹੀਂ ਖਾਂਦੇ, ਚੇਤਾ ਭੁੱਲ ਜਾਂਦਾ ਪਰ ਹੱਥ ਲੱਗ ਜਾਂਦੇ ਆ, ਅਤੇ ਉਹ ਦਵਾਈਆਂ ਅਸੀਂ ਸਿੱਟ ਦਿੰਦੇ, ਫਿਰ ਨਵੀਆਂ ਦਵਾਈਆਂ ਦਿੰਦੇ ਆ, ਅਤੇ 15 ਦਿਨਾਂ ਦੀ ਦਵਾਈ ਜੋ ਹੈ ਇਹ ਸਾਡੇ ਡਾਕਟਰ ਸਾਹਿਬਾਨ ਉਸ ਮਰੀਜ਼ ਨੂੰ ਦਿੰਦੇ ਆ, ਅਤੇ ਉਹਦੇ ਵਿੱਚ ਫਿਰ ਕੋਈ ਇੱਦਾਂ ਦੀ ਗੁੰਜਾਇਸ਼ ਨਹੀਂ ਹੁੰਦੀ, ਕੋਈ ਅੱਖ ਦਾ ਨੁਕਸਾਨ ਹੋਵੇ ਜਾਂ ਕੋਈ ਪਰੇਸ਼ਾਨੀ ਹੋਵੇ। ਸਾਡਾ ਵੱਧ ਤੋਂ ਵੱਧ ਇਹੋ ਹੀ ਹੁੰਦਾ ਕਿ ਅਸੀਂ ਵਧੀਆ ਦਵਾਈ ਦਈਏ ਔਰ ਵਧੀਆ ਟ੍ਰੀਟਮੈਂਟ ਹੋਵੇ ਔਰ ਵਧੀਆ ਚੈੱਕਅਪ ਕੀਤਾ ਜਾਵੇ, ਕਿਸੇ ਨੂੰ ਵੀ ਕੋਈ ਪ੍ਰੈਸ਼ਨ ਕਰਨਾ ਭਾਵੇਂ ਦੂਰ ਦਾ ਹੋਵੇ ਚਾਹੇ ਨੇੜੇ ਦਾ ਹੋਵੇ, ਉਹਨੂੰ 5 ਦਿਨਾਂ ਬਾਅਦ ਚੈੱਕਅਪ ਕਰਨਾ ਔਰ ਦਵਾਈਆਂ ਬਦਲਣੀਆਂ ਦੇਖਣਾ, ਇਹ ਸਾਡੇ ਡਾਕਟਰ ਸਾਹਿਬਾਨ ਦਾ ਇੱਕ ਨਿਯਮ ਆ ਔਰ ਇਹ ਇੱਕ ਡਿਸਿਪਲਿਨ ਵੀ ਹੈ, ਜਿਸ ਤਰ੍ਹਾਂ ਅਸੀਂ ਇਲਾਜ ਕਰਦੇ ਹਾਂ ਵਾਰ ਵਾਰ ਦਿਖਾਉਣਾ ਚਾਹੀਦਾ।
ਇਹ ਨਾ ਕੋਈ ਪ੍ਰਸ਼ਨ ਕਰਾ ਲਿਆ ਤੇ ਮੁੜ ਕੇ ਕੋਈ ਆਵੇ ਹੀ ਨਾ। ਟ੍ਰੀਟਮੈਂਟ ਜਿਹੜਾ ਸਹੀ ਦਿਸ਼ਾ ਵਿੱਚ ਗਿਆ ਤੇ ਉਹ ਤੰਦਰੁਸਤੀ ਉਹਨੂੰ ਨਸੀਬ ਹੋਈ ਹੈ। ਸੋ ਭਾਈਜੀਤ ਸਿੰਘ ਜੀ, ਇਹ ਜੋ ਹੁਣ ਚੌਥਾ ਕੈਂਪ ਲੱਗਣ ਜਾ ਰਿਹਾ, ਇਹਦੇ ਬਾਰੇ ਕਿਵੇਂ ਦਾ ਲੱਗਦਾ ਤੁਹਾਨੂੰ ਕਿ ਕਿੰਨੀ ਕੁ ਸੰਗਤ ਉਸ ਖੇਤਰ ਦੇ ਵਿੱਚ ਜੁੜੇਗੀ ਅਤੇ ਕਿੱਦਾਂ ਦਾ ਸਾਡਾ ਇੱਥੇ ਕਿੰਨੇ ਕੁ ਪੇਸ਼ੈਂਟਸ ਆ ਜਿਹਨਾਂ ਦੇ ਕਿ ਓਪਰੇਸ਼ਨ ਜਿਹੜੇ ਕੀਤੇ ਜਾਣਗੇ? ਗੁਰਪ੍ਰੀਤ ਜੀ, ਬਾਬਾ ਜੀ ਦਾ ਪਹਿਲਾਂ ਹੀ ਦੱਸ ਹਟੇ ਆਪੇ ਕੰਢੀ ਦੇ ਇਲਾਕੇ ਬਹੁਤ ਗਰੀਬੀ ਦਾ ਇਲਾਕਾ ਆ। ਅਸੀਂ ਵੀ ਕੁਛ ਸਾਲ ਪਹਿਲਾਂ ਇੱਥੇ ਕੈਂਪ ਆਪਣੇ ਲਵਾਇਆ ਸੀਗਾ ਅਤੇ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਆਉਣਾ ਹੈਗਾ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਅਤੇ ਉਹ ਵਿਚਾਰੇ ਇੰਨੇ ਗਰੀਬ ਆ, ਕਈ ਤਾਂ ਕਈ ਦਿਖਾਲ ਵੀ ਨਹੀਂ ਸਕਦੇ ਕਿਤੇ ਆਪਣੀਆਂ ਅੱਖਾਂ। ਲਾਸਟ ਟਾਈਮ ਐਕਸਪੀਰੀਅੰਸ ਇਹ ਕੀਤਾ ਸੀ, ਇੱਕ ਬੱਚੀ ਦੇ ਡੱਖਾ ਲਗਾਇਆ ਸੀ ਅੱਖ ਦੇ ਵਿੱਚ, ਉਹ ਲੈ ਕੇ ਨਹੀਂ ਗਏ ਡਾਕਟਰ ਨੂੰ, ਪਤਾ ਹੀ ਨਹੀਂ। ਇੱਥੇ ਬਾਬਾ ਜੀ ਨੇ ਇੱਕਦਮ ਦੇਖਿਆ, ਕਹਿੰਦੇ ਤਾਂ ਇਨਫੈਕਸ਼ਨ ਹੋ ਚਲਿਆ, ਨਹੀਂ ਨੱਠ ਭੱਜ ਕਰਕੇ ਬੱਚੀ ਨੂੰ ਬਚਾਇਆ ਉਸ ਵੇਲੇ, ਉਹਦੀ ਅੱਖ ਬਚਾਈ ਉਸ ਵੇਲੇ। ਸੋ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਓ ਪੀ ਡੀ ਤਾਂ ਹੋਊਗੀ, ਦੇਖੋ 300-400 ਕਿੰਨੇ ਓਪਰੇਸ਼ਨ ਹੁੰਦੇ ਆ, ਅਤੇ ਉਹ ਸੰਗਤ ਏਡ ਜਿੰਨੇ ਵੀ ਹੋਊਗੇ, ਉਹ ਜਿਸ ਤਰ੍ਹਾਂ ਦਾ ਬਈ ਮਰੀਜ਼ ਹੋਊਗਾ ਉਹਦਾ ਸੰਗਤ ਏਡ ਵੱਲੋਂ ਇਲਾਜ ਕੀਤਾ ਜਾਏਗਾ। ਭਾਵੇਂ ਆਪਾਂ ਸੰਗਤਾਂ ਨੂੰ ਕਹਿੰਦੇ ਹਾਂ ਵੀ ਅੱਖਾਂ ਦੇ ਓਪਰੇਸ਼ਨ ਲਈ 80-90 ਪਾਉਣ ਲੱਗਦੇ ਆ, ਪਰ ਜਿੱਦਾਂ ਬਾਬਾ ਜੀ ਨੇ ਪਹਿਲਾਂ ਵੀ ਦੱਸਿਆ ਵੀ ਪਿਛਲੀ ਵਾਰੀ ਇੱਕ ਆ ਗਿਆ ਸੀ ਇਹਦੇ ਅੱਖੇ ਹੀ ਪਾਈ ਆ, ਉਹ 'ਤੇ 80-90 ਹਜ਼ਾਰ ਰੁਪਈਆ ਲੱਗ ਗਿਆ। ਸੋ ਸੰਗਤ ਏਡ ਵੱਲੋਂ ਹਰ ਇੱਕ ਦਾ ਇਲਾਜ ਕੀਤਾ ਜਾਊਗਾ, ਮਾਈਨਰ ਹੋਵੇ ਔਰ ਜਿੰਨਾ ਸੀਰੀਅਸ ਹੋਵੇ, ਜਿੱਥੇ ਤੱਕ ਅਸੀਂ ਕਰ ਸਕਾਂਗੇ ਉਹ ਪੂਰਾ ਕੀਤਾ ਜਾਊਗਾ। ਅਤੇ ਸੰਗਤਾਂ ਲਈ ਇੱਕ ਇਹ ਬਹੁਤ ਸੁਨਹਿਰੀ ਮੌਕਾ ਆ ਆਪਣਾ ਦਸਵੰਧ ਪਾਉਣ ਲਈ, ਕਿਉਂਕਿ ਅਸੀਂ ਵਾਰ ਵਾਰ ਦੇਖ ਚੁੱਕੇ ਹਾਂ ਇੱਥੇ ਕਿੱਦਾਂ ਦੇ ਇਲਾਜ ਹੁੰਦੇ ਆ। ਪਿਛਲੇ 3 ਕੈਂਪਾਂ 'ਚ ਹੀ ਆਪਾਂ ਦੇਖ ਲਿਆ ਕਿੱਦਾਂ ਦੇ ਮਰੀਜ਼ ਆਏ ਆ, ਕਿ ਕਿਸੇ ਨੂੰ 18 ਸਾਲੀ ਦਿਸਿਆ, ਇੱਕ ਵਿਚਾਰੀ ਰੋਈ ਜਾਵੇ ਕਹਿੰਦੀ ਮੈਂ ਤਾਂ ਰੋਸ਼ਨੀ ਪਹਿਲੀ ਵਾਰ ਦੇਖੀ ਆ, ਉਹ ਕਿੱਦਾਂ ਦੀਆਂ ਅਸੀਸਾਂ ਦਿੰਦੇ ਹੋਊਗੇ। ਹੈ ਇੱਕ ਇੱਕ ਉਹ ਰੱਬ ਵੱਲੋਂ ਅਸੀਸ ਉਹਨਾਂ ਨੂੰ ਮਿਲ ਰਹੀ ਹੈ ਇੱਕ ਕਿਸਮ ਦੀ, ਹੈ ਨਾ। ਜਿਹਦੇ ਕੋਲ ਰੋਸ਼ਨੀ ਹੈ ਨਹੀਂ ਅਤੇ ਉਹਨੂੰ ਰੋਸ਼ਨੀ ਇੰਨੇ ਚਿਰ ਹੀ ਆਈ ਹੈ, ਉਹ ਜਿਹਨ ਜਿੱਥੇ ਕਿਸੇ ਦਾ ਉਹਦੇ ਵਿੱਚ ਦਸਵੰਧ ਪਿਆ ਹੈਗਾ ਆ, ਉਹਦੇ ਤਾਂ ਬਿਲਕੁਲ ਕਰਦੇ ਆ ਜੀ। ਬਿਲਕੁਲ ਜੀ, ਬਿਲਕੁਲ ਉਹਨਾਂ ਲਈ ਅਰਦਾਸ ਵੀ ਕਰਦੇ ਕਿ ਜਿਹਨਾਂ ਦੀ ਕਮਾਈਆਂ ਵਿੱਚੋਂ ਸਾਡੇ ਤੇ ਜਿਹਨਾਂ ਪੈਸਾ ਖਰਚਿਆ ਸੀ ਉਹਨਾਂ ਲਈ ਅਰਦਾਸ ਕਰਦੇ, ਉਹਨਾਂ ਪਰਿਵਾਰ ਦਾ ਭਲਾ ਹੋਵੇ, ਬਿਲਕੁਲ ਕਾਰੋਬਾਰ ਦੁੱਗਣੇ ਤਿੱਗਣੇ ਹੋਣ, ਔਰ ਅਰਦਾਸ ਦੇ ਔਰ ਅਰਦਾਸ ਦੇ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਇੱਕ ਮਾਰਗ ਬਣ ਜਾਂਦਾ। ਬਿਲਕੁਲ ਜੀ, ਨਾਲੇ ਉਹ ਅਰਦਾਸ ਦਿਲ ਤੋਂ ਆਉਂਦੀ ਬਾਬਾ ਜੀ। ਕਈ ਵਾਰੀ ਟੈਲੀਫੋਨ ਆਏ ਉਧਰੋਂ ਵੀ ਸਾਡੇ ਦਾ ਮਰੀਜ਼ ਉੱਥੇ ਸੀਗੇ ਰਿਸ਼ਤੇਦਾਰ, ਉਹਨਾਂ ਨੂੰ ਰੋਸ਼ਨੀ ਆਈ ਆ, ਔਰ ਇਹ ਨਹੀਂ ਕਿ ਗਰੀਬ ਸੀਗੇ, ਬੜੇ ਜੇ ਵਧੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਨਾ ਉਹਦੇ ਵਿੱਚ, ਇਹ ਨਹੀਂ ਕਿ ਕੋਈ ਗਰੀਬ ਆ ਜਾਂ ਕੋਈ ਉਹ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਕਿਸ ਤਰ੍ਹਾਂ ਦਾ ਵੀ ਹੈਗਾ। ਜਿਸ ਵੇਲੇ ਟ੍ਰੀਟਮੈਂਟ ਕੀਤਾ ਜਾਂਦਾ ਉਹਦੇ ਵਿੱਚ ਅਰਦਾਸ ਸਾਰਿਆਂ ਲਈ ਸਾਂਝੀ ਹੁੰਦੀ ਆ। ਬਿਲਕੁਲ, ਅਸੀਂ ਇਹ ਨਹੀਂ ਕਹਿੰਦੇ ਫਲਾਣੇ ਦੀ ਅਰਦਾਸ ਨਹੀਂ ਕਰਨੀ ਜਾਂ ਉਹਦੀ ਨਹੀਂ ਕਰਨੀ, ਇਸੇ ਤਰ੍ਹਾਂ ਡਾਕਟਰ ਸਾਹਿਬਾਨ ਦਾ ਸਾਡੇ ਕੋਈ ਮਹਾਂਪੁਰਸ਼ਾਂ ਦਾ ਵੀ ਇਹੋ ਹੀ ਆ ਕਿ ਜੋ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚੇਤਾ ਆਵੇ। ਅਸੀਂ ਤਾਂ ਇਹੋ ਅਰਦਾਸ ਕਰਦੇ ਹਾਂ ਕਿ ਜਿਹੜਾ ਵੀ ਕੋਈ ਮਾਲਕ ਇੱਥੇ ਜੇ ਉਹਦੀ ਪ੍ਰੇਰਣਾ ਨਾਲ ਕੋਈ ਆਉਂਦਾ ਆ ਤੇ ਅਸੀਂ ਸਾਡੇ ਦਿਲ 'ਚ ਨਹੀਂ ਹੋਣੀ ਚਾਹੀਦੀ ਭਾਈ ਤੇਰਾ ਮਗਰੋਂ ਟਾਈਮ ਆਉਣਾ, ਤੂੰ ਤੂੰ ਨਹੀਂ ਇੱਥੇ ਕਰਾ ਸਕਦਾ, ਗੁਜਰ ਆ ਤੂੰ ਮੁਸਲਮਾਨ ਆ ਤੂੰ ਉਹ ਹੈਗਾ, ਤੇ ਉਹਨਾਂ ਨੂੰ ਸਮਾਂ ਕੇ ਪਹਿਲੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਮੋਹਰੇ ਲਿਆਈਦਾ ਕਿ ਰੱਖਦੇ ਸਾਡੀ ਵਾਰੀ ਨਹੀਂ ਖਲਿਆ। ਇਸ ਕਰਕੇ ਉਹਨਾਂ ਲੋਕਾਂ ਨੂੰ ਸਹੂਲਤਾਂ ਮਿਲੀਆਂ ਜਿਹੜੇ ਲੋਕ ਗਰੀਬ ਸੀਗੇ, ਔਰ ਜਿਹੜੇ ਲੋਕ ਨਹੀਂ ਸੀ ਕਰਵਾ ਸਕਦੇ ਜਿਹੜਿਆਂ ਨੂੰ ਜਾ ਕੇ ਉਹਨਾਂ ਨੂੰ ਜਵਾਬ ਦਿੱਤਾ ਗਿਆ। ਉਹਨਾਂ ਜਿਹੜੀ 17 ਸਾਲਾਂ ਬਾਅਦ ਇਹਨੂੰ ਨਜ਼ਰ ਆਈ ਆ ਉਹ ਕਿੰਨੇ ਕੈਂਪਾਂ 'ਚ ਗਿਆ। ਬਿਲਕੁਲ ਜੀ, ਬਿਲਕੁਲ, ਇੱਥੇ ਲੜਕਾ ਸੀ ਇੱਕ 3 ਸਾਲ ਬਾਅਦ ਜਿਹੜੇ ਸਾਡੇ ਇੱਥੋਂ ਇੰਗਲੈਂਡ 'ਚ ਹੀ ਤੁਹਾਡੇ ਦੂਸਰੇ ਚੈਨਲ ਆ ਉਹਨਾਂ ਦੇ, ਉਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਦੇ ਪਿੰਡੋਂ, ਉਸ ਲੜਕੇ ਨੂੰ 3 ਸਾਲ ਬਾਅਦ ਉਹ ਜਾਂਦਾ ਹੀ ਨਹੀਂ ਸੀ, ਅੱਕ ਗਿਆ ਵਿਚਾਰਾ, ਤੇ ਉਹਨੂੰ ਜ਼ੋਰ ਨਾਲ ਲੈ ਕੇ ਆਇਆ ਵੀ ਤੂੰ ਇੱਕ ਵਾਰੀ ਤਾਂ ਜਾਇਆ, ਪਰ 3 ਸਾਲ ਬਾਅਦ ਉਹਨੂੰ ਲਾਈਟ ਆਈ ਤੇ ਉਹ ਦੌਲਤਪੁਰ ਪਿੰਡ ਆ ਉਹਦਾ, ਤੇ 3 ਸਾਲਾਂ ਬਾਅਦ ਉਹਦੀ ਟ੍ਰੀਟਮੈਂਟ, ਪਿੱਛੇ ਮੈਂ ਸਟੇਟਮੈਂਟ ਵੀ ਦਵਾਈ ਸੀ ਉਹਨਾਂ ਦੀ, ਦੇਖੋ ਇਹਨੂੰ 3 ਸਾਲ ਬਾਅਦ ਆਈ, 17 ਸਾਲਾਂ ਬਾਅਦ ਆਈ ਆ। ਤੇ ਇੱਕ ਮਾਤਾ ਸੀ ਉਹਨੂੰ ਮੈਂ ਡਾਕਟਰ ਸਾਹਿਬ ਪੁੱਛਿਆ, ਮੈਂ ਕਿਹਾ ਇਹਨਾਂ ਦਾ, ਕਹਿੰਦੇ ਇਹਦੇ ਨਜ਼ਰ ਪਿੱਛੇ ਹੈਗੀ ਆ ਤੇ ਆਪਾਂ ਟ੍ਰੀਟਮੈਂਟ ਕਰਦੇ ਹਾਂ ਇਹ ਆ ਜਾਏਗੀ। ਤੇ ਜਿਹੜੇ ਜਿਹਨਾਂ ਤੇ ਮਾਲਕ ਦੀ ਕਿਰਪਾ, ਉਹ ਲਿਆ ਜਿਸ ਵੇਲੇ ਕੋਈ ਆਉਂਦਾ ਆ ਤੇ ਉਹ ਮਾਲਕ ਉਹਨਾਂ ਨੂੰ ਸਾਡੇ ਕੋਲ ਭੇਜਦਾ ਆ, ਉਹ ਇੱਕ ਮਾਲਕ ਦੀ ਪ੍ਰੇਰਣਾ ਹੀ ਆ। ਬਿਲਕੁਲ ਜੀ, ਉਹ ਦਾਨੀ ਸੱਜਣ ਵੀ ਹੈਗੇ ਜਿਹਨਾਂ ਦੀ ਕਮਾਈ ਲੱਗਦੀ ਤੇ ਫਿਰ ਉਹ ਅਰਦਾਸ ਕਰਦੇ ਆ ਵੀ ਤੇਰਾ ਭਲਾ ਹੋਵੇ, ਤੇਰੇ ਪਰਿਵਾਰ ਦਾ ਭਲਾ ਹੋਵੇ, ਤੇ ਜਿਹੜੀਆਂ ਕਮਾਈਆਂ ਚੋਂ ਤੂੰ ਪੈਸੇ ਭੇਜੇ ਸਾਡੇ ਲਈ, ਉਹ 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 ਤੇਰੀਆਂ ਕਮਾਈਆਂ ਚ ਵਾਧਾ ਹੋਵੇ, ਉਹ ਲੋਕ ਅਰਦਾਸ ਕਰਦੇ ਆ ਜੀ। ਬਿਲਕੁਲ, ਅਸੀਂ ਆਪ ਖੁਦ ਸੁਣੇ ਆ। ਹਾਂਜੀ ਬਿਲਕੁਲ, ਤੁਸੀਂ ਟ੍ਰੀਟਮੈਂਟ ਵੀ ਉਹਨਾਂ ਦਾ ਦੇਖਿਓ ਕਿ ਸਾਡੇ ਜੀ
ਸਾਰਾ ਕੁਝ ਸਾਨੂੰ ਮਿਲ ਗਿਆ। ਪਟਿਆਲੇ ਤੋਂ ਆਇਆ ਜੀ, ਜੀ ਪਟਿਆਲੇ ਤੋਂ ਸਭ ਤੋਂ ਵਧੀਆ ਉੱਥੇ ਟ੍ਰੀਟਮੈਂਟ ਹੈ ਜੀ ਅੱਖਾਂ ਦਾ। ਹਾਂਜੀ ਬਿਲਕੁਲ, ਪਟਿਆਲੇ ਸ਼ਹਿਰ ਦੇ ਵਿੱਚ ਅਸੀਂ ਲੈ ਕੇ ਜਾਂਦੇ ਰਹੇ ਇੱਕ ਮਹਾਂਪੁਰਸ਼ਾਂ ਦੀ ਅੱਖਾਂ ਵਿੱਚ ਤੇਜ਼ਾਬ ਪੈ ਗਿਆ ਸੀ, ਅਸੀਂ ਉੱਥੋਂ ਅੱਖਾਂ ਬਦਲਾ ਕੇ ਲੈ ਕੇ ਆਏ ਤੇ ਅੰਮ੍ਰਿਤਸਰ ਸਭ ਤੋਂ ਵਧੀਆ। ਹੁਣ ਅੰਮ੍ਰਿਤਸਰ ਦੇ ਇਲਾਕੇ ਚੋਂ ਵੀ ਦੇਖ ਲਓ ਬਾਰਡਰ ਏਰੀਏ ਤੋਂ ਆਏ ਆ ਤੇ ਪਟਿਆਲੇ ਚੋਂ ਜਿਹਨਾਂ ਨੂੰ ਉਹਨਾਂ ਨੇ ਡਾਕਟਰ ਸਾਡੇ ਡਾਕਟਰਾਂ ਨੇ ਕਹਿ ਦਿੱਤਾ ਸੀਗਾ ਵੀ ਸਾਨੂੰ ਅਸੀਂ ਕਰ ਰਹੇ ਹਾਂ ਲੇਕਿਨ ਸਾਨੂੰ ਪੂਰੀ ਉਮੀਦ ਨਹੀਂ ਕਿ ਇਹਦੀ ਲਾਈਟ ਆਏਗੀ ਤੇ ਜਿਸ ਵੇਲੇ ਡਾਕਟਰ ਸਾਹਿਬ ਨੇ ਉਹਦੀ ਲਾਈਟ ਤਿਆਰ ਕੀਤੀ ਪਿਛਲੀ ਤੁਸੀਂ ਤੇ ਉਹ ਕਹਿੰਦਾ ਮੈਨੂੰ ਇਹਦੇ ਨਾਲ ਵੀ ਜ਼ਿਆਦਾ ਦਿਸਦਾ ਉਹ ਡਾਕਟਰ ਸਾਹਿਬ ਕਹਿ ਰਹੇ ਵੀ ਸਾਨੂੰ ਇੰਨੀ ਉਮੀਦ ਹੀ ਨਹੀਂ ਸੀਗੀ ਕਿ ਇਹਦੇ ਅੰਦਰ ਵਾਪਸ ਮਾਲਕ ਇੰਨੀ ਕਿਰਪਾ ਕਰੇਗਾ ਤੇ ਉਹ ਉੱਥੇ ਮਾਲਕ ਨੇ ਮਹਾਰਾਜ ਕਹਿੰਦਾ ਵੀ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਕੀਤਾ ਅੰਦਰੇ ਤ੍ਰੈ ਭਵਨ ਪੂਜਿਆ ਅਗਲੇ ਅੰਦਰੇ ਤ੍ਰੈ ਭਵਨ ਸੂਜਿਆ ਗੁਰ ਭੇਟ ਪੁਨੀਤਾ ਨੀਤਾ ਹੈ ਗੁਰੂ ਦੀ ਕਿਰਪਾ ਬਿਲਕੁਲ ਤਦੀ ਸੀਸਾ ਮਿਲਦੀਆਂ ਬਿਲਕੁਲ ਜੀ ਇਹ ਤਾਂ ਜੀ ਗਵਾਈਆਂ ਵਿੱਚੋਂ ਇਹ ਤਾਂ ਬਾਬਾ ਜੀ ਜਿਹੜੀ ਸੇਵਾ ਦੇ ਇਹ ਤਾਂ ਦਰਗਾਹ ਦੇ ਵਿੱਚ ਜਮ੍ਹਾਂ ਹੋ ਰਹੀ ਹੈ ਹੁਣ ਜਾ ਕੇ ਬਿਲਕੁਲ ਜੀ ਮੈਨੂੰ ਬਾਬਾ ਜੀ ਵਚਨ ਸਾਂਝਾ ਕਰਦੇ ਪਏ ਸੀ ਮੇਰੇ ਮਨ ਚ ਇਕਦਮ ਆਇਆ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਬੜੀ ਗਹਿਰੀ ਜੀ ਪੰਕਤੀ ਹੈ ਇੱਕ ਰਾਮ ਨਾ ਛੋਡੂ ਗੁਰੇਗਾ ਭਗਤ ਪ੍ਰਹਲਾਦ ਜੀ ਦਾ ਵਚਨ ਹੈ ਉਹਨਾਂ ਨੂੰ ਪਾਂਧੇ ਕਹਿੰਦੇ ਆ ਨਾ ਜਿਹੜੇ ਪੜ੍ਹਾਉਣ ਵਾਲੇ ਸੀ ਵੀ ਤੂੰ ਰਾਮ ਨਾਮ ਨੂੰ ਲੈਣਾ ਛੱਡ ਦੇ ਤੇ ਤੂੰ ਆਪਣੇ ਹਤਾਕਸ਼ ਦਾ ਨਾਮ ਜਪਣ ਲੱਗ ਪਾ ਕਹਿੰਦੇ ਵੀ ਜੇ ਮੈਂ ਨਾਮ ਜਪਣਾ ਛੱਡ ਦਿੱਤਾ ਤੇ ਮੇਰੇ ਗੁਰੂ ਨੂੰ ਬੁਰਾ ਕਿਹਾ ਜਾਣਾ ਗਾਹ ਲੱਗਣੀ ਹੈ ਤੇ ਮੈਂ ਸਮਝਦਾ ਕਿ ਜੇ ਉਲਾਮਾ ਗੁਰੂ ਨੂੰ ਜਾਂਦਾ ਜੇ ਕੋਈ ਉਹਦਾ ਸ਼ਿਸ਼ ਜਾਂ ਸਿੱਖ ਜਿਹੜਾ ਹੈ ਜੇ ਕੁਝ ਗਲਤੀ ਕਰਦਾ ਤੇ ਜੇ ਕੋਈ ਐਸਾ ਪਰਉਪਕਾਰ ਦਾ ਕਾਰਜ ਕਰਦਾ ਤੇ ਉਹਦੇ ਨਾਲ ਗੁਰੂ ਦੀ ਵੀ ਸ਼ੋਭਾ ਤਾਂ ਉੱਚੀ ਹੁੰਦੀ ਹੈ। ਬਿਲਕੁਲ ਜੀ, ਹੁਣ ਅੱਜ ਜਿੱਥੇ ਜਿੱਥੇ ਵੀ ਇਹ ਸਾਰੀ ਸੇਵਾ ਪਹੁੰਚ ਰਹੀ ਹੈ ਹੁਣ ਜਿਹੜਾ ਵੀ ਉਹ ਸੇਵਾ ਨੂੰ ਪ੍ਰਾਪਤ ਕਰ ਰਿਹਾ ਉਹ ਧੰਨ ਗੁਰੂ ਨਾਨਕ ਤਾਂ ਕਹਿੰਦਾ ਹੋਏਗਾ ਬਾਬਾ ਨਾਨਕ ਤੇਰੀ ਮਿਹਰ ਦੇ ਨਾਲ ਤੇਰਾ 550 ਸਾਲ ਆਇਆ ਤੇ ਮੈਨੂੰ ਰੋਸ਼ਨੀ ਨਸੀਬ ਹੋਈ। ਬਿਲਕੁਲ, ਸੋ ਵੇਖੋ ਇਹ ਸੇਵਾ ਭਾਵੇਂ ਅਮਾਊਂਟ ਕੋਈ ਬਹੁਤ ਵੱਡਾ ਵੀ ਨਹੀਂ ਹੁੰਦਾ ਪਰ ਜਿਹੜੀ ਗੱਲ ਹੈ ਇਹਦੀ ਸ਼ੋਭਾ ਜਿਹੜੀ ਆਪ ਜੀ ਨੇ ਗੱਲ ਕੀਤੀ ਸਿੱਧੀ ਦਰਗਾਹ ਚ ਜਾਣੀ ਉਹ ਤਾਂ ਦਰਗਾਹ ਦੀ ਠਾ ਵੱਜਣੀ ਹੈ। ਬਿਲਕੁਲ ਜੀ, ਵੇਖੋ ਜਿਹੜੀਆਂ ਸੀ ਮੈਨੂੰ ਯਾਦ ਆਈ ਹੈ ਜੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਸਾਰਿਆਂ ਦੇ ਲੈਂਜ ਜਿਹੜੇ ਇੱਕੋ ਜਿਹੇ ਨਹੀਂ ਪੈ ਜਾਂਦੇ ਉਹਦੇ ਵਿੱਚ ਜਿਹੜੇ ਸਾਡੇ ਕੋਲ ਨੌਜਵਾਨ ਜਿਹਨਾਂ ਦੀ ਅੱਖਾਂ ਦੇ ਵਿੱਚ ਉਹਨਾਂ ਦੇ ਅਨੁਸਾਰ ਠੀਕ ਹੋ ਜਾਂਦਾ ਡਾਕਟਰ ਸਾਹਿਬ ਦੇ ਨਾਲ ਜਿਹਨਾਂ ਦੀ ਉਮਰ ਥੋੜੀ ਆ ਉਹਨਾਂ ਦੇ ਅਸੀਂ ਲੈਂਜ ਜਿਹੜੇ ਸਭ ਤੋਂ ਕੀਮਤੀ ਪਾਉਂਦੇ ਹਾਂ ਔਰ ਜਿਹੜੇ 60 ਸਾਲ ਤੋਂ ਉੱਪਰ ਆ ਉਹਨਾਂ ਦੇ ਨੋਰਮਲ ਲੈਂਸ ਪਾਏ ਜਾਂਦੇ ਆ ਤੇ ਤੁਸੀਂ ਦੇਖਿਆ ਹੋਣਾ ਜਿਹੜੀ ਉਹ ਜਿਹੜੇ ਗੁੜੇ ਲੱਗਿਆ ਸੀ ਕੈਂਪ ਉਹਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਵੀ ਕੀਤਾ ਗਿਆ ਟੀਕੇ ਲਗਾਏ ਗਏ ਅੱਖਾਂ ਦੇ ਵਿੱਚ ਤੇ ਜਿਹੜਾ ਪਟਿਆਲੇ ਤੋਂ ਮਰੀਜ਼ ਆ ਔਰ ਲੈਂਸ ਵਧੀਆ ਪਾਏ ਗਏ ਉਹਦਾ ਇਹਨੂੰ 4 ਗੁਣਾ ਜ਼ਿਆਦਾ ਖਰਚਾ ਆ ਇਹ ਨਹੀਂ ਕਿ ਇੱਕੋ ਜਿਹਾ ਹੈਗਾ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਕਿ ਇਹਨਾਂ ਦੇ ਖਰਚਾ ਕਿੰਨਾ ਆਉਂਦਾ ਉਹਨਾਂ ਤੇ ਕਿੰਨਾ ਆਉਂਦਾ ਜਿਹੜਾ ਨੌਜਵਾਨ ਬੱਚਾ ਆ ਜਿਹਦੀ ਜਵਾਨ ਅਜੇ ਉਮਰ ਹੈ ਉਹਦੇ ਲਈ ਅਸੀਂ ਇਹ ਨਹੀਂ ਕਿ 50 ਤੋਂ ਲੈ ਕੇ 75 ਸਾਲ ਤੱਕ ਉਹਦਾ ਲੈਂਸ ਪਾਇਆ ਜਾਂਦਾ ਤੇ ਇਹ ਜਿਹੜੇ ਹੁਣ ਨੋਰਮਲ ਹੈਗੇ ਆ ਇਹ 20-25 ਸਾਲ ਤੱਕ ਪਾਇਆ ਜਾਂਦਾ ਤੇ ਉਮਰ ਉਹਨਾਂ ਦੀ ਮਤਲਬ 60 ਸਾਲ ਤੋਂ ਜਿਹੜੇ ਉੱਪਰ ਆ ਜਾਂ 70 ਸਾਲ ਤੋਂ ਉੱਪਰ ਆ ਉਹਨਾਂ ਦੇ 60 ਸਾਲ ਦੇ ਕਰੀਬ ਉਹ ਲੈਂਸ ਪਾਏ ਜਾਂਦੇ ਆ ਤੇ ਅਸੀਂ ਡਾਕਟਰ ਨੂੰ ਕਹਿੰਦੇ ਜਿਹੜੀ ਜਿਹਦੀ ਉਮਰ ਥੋੜੀ ਆ ਕੋਈ 40-45 ਤੋਂ ਥੱਲੇ 35 ਸਾਲ ਦੀ ਆ ਤੇ ਉਹ ਫਿਰ ਉਹਨਾਂ ਦਾ ਕੋਈ 70-75 ਸਾਲ ਤੱਕ ਉਹਨਾਂ ਦੇ ਲੈਂਸ ਪਾਏ ਜਾਂਦੇ ਆ ਪਰ ਮਹਿੰਗੇ ਇਹਨਾਂ ਨਾਲੋਂ ਤੇ ਮੈਂ ਵੀ ਸੰਗਤ ਨੂੰ ਦੱਸਣਾ ਵੀ ਇੱਕੋ ਜਿਹਾ ਨਹੀਂ ਸਾਰਿਆਂ ਨੂੰ ਪਾਏ ਜਾਂਦੇ ਇਹਦੇ ਵਿੱਚ ਵੀ ਕਈ ਫਰਕ ਹੈਗੇ ਆ ਜਿੱਦਾਂ ਜਿੱਦਾਂ ਦਾ ਜਿਵੇਂ ਦੀ ਜ਼ਰੂਰਤ ਹੋਵੇ ਜਿੱਦਾਂ ਜ਼ਰੂਰਤ ਹੋਵੇ ਉਹਦੇ ਹਿਸਾਬ ਨਾਲ ਪਾਏ ਜਾਂਦੇ ਆ। ਬਿਲਕੁਲ, ਸੋ ਸੰਗਤ ਏਡ ਨੂੰ ਆਪ ਜੀ ਬਹੁਤ ਵੱਡਾ ਸਹਿਯੋਗ ਇਸ ਦੇ ਰਾਹੀਂ ਦੇ ਰਹੇ ਹੋ ਤੇ ਆਪ ਜੀ ਦੀ ਸੇਵਾ ਜਿਹੜੀ ਹੈ ਉਹ ਥਾਂ ਪਰ ਥਾਂ ਲੱਗ ਰਹੀ ਹੈ ਤੇ ਹੁਣ ਇੱਕ ਹੋਰ ਇਹ ਸੇਵਾ ਦਾ ਮਹਾਂਕੁੰਭ ਮੈਂ ਸਮਝਦਾ ਕਿ ਉਹਨਾਂ ਗਰੀਬੜਿਆਂ ਤੱਕ ਗੁਰੂ ਸਾਹਿਬ ਜੀ ਦੀ ਉਹ ਮਿਹਰ ਪਹੁੰਚਣੀ ਹੈ ਜਿੱਥੇ ਤੱਕ ਕਿ ਆਮ ਤੌਰ 'ਤੇ ਇਹ ਸਹੂਲਤਾਂ ਨਹੀਂ ਪਹੁੰਚਦੀਆਂ ਸੋ ਉੱਥੋਂ ਵੀ ਅਸੀਸਾਂ ਜਿੱਥੇ ਆਪ ਜੀ ਤੱਕ ਪਹੁੰਚਣੀਆਂ ਨੇ ਉੱਥੇ ਮੈਂ ਸਮਝਦਾ ਸਾ ਕਿ ਗੁਰੂ ਸਾਹਿਬ ਜੀ ਦੀ ਸ਼ੋਭਾ ਹੋਰ ਉੱਚੀ ਹੋਏਗੀ। ਵੈਸੇ ਤਾਂ ਦੁਨਿਆਵੀ ਸ਼ੋਭਾ ਦੇ ਨਾਲ ਉਹਨਾਂ ਨੂੰ ਫਰਕ ਤਾਂ ਕੋਈ ਨਹੀਂ ਪੈਂਦਾ ਪਰ ਇੰਨਾ ਜ਼ਰੂਰ ਹੈ ਕਿ ਜੇ ਕਿਸੇ ਕਰਕੇ ਗੁਰੂ ਦੀ ਸ਼ੋਭਾ ਵੱਡੀ ਹੁੰਦੀ ਹੈ ਤਾਂ ਉਹਦੇ 'ਤੇ ਮੇਰਾ ਹੋਣੀ ਹੈ ਉਹ ਕੁਦਰਤੀ ਹੈ। ਸੋ ਆਪਾਂ ਗੁਰੂ ਸਾਹਿਬ ਜੀ ਦੀ ਮਿਹਰ ਰਹਿਮਤ 550 ਸਾਲਾਂ ਦੇ ਮੌਕੇ 'ਤੇ ਪ੍ਰਾਪਤ ਕਰੀਏ। ਬੜਾ ਗੁਰੂ ਸਾਹਿਬ ਦੀਆਂ ਰਹਿਮਤਾਂ ਦਾ ਭਰਿਆ ਸਮਾਂ ਅਤੇ ਇਸ ਮੁਹਿੰਮ ਨੂੰ ਮੈਨੂੰ ਲੱਗਦਾ ਕਿ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਰ ਅੱਗੇ ਤੱਕ ਲੈ ਕੇ ਜਾਈਏ ਤਾਂ ਕਿ ਸੇਵਾ ਸਿਮਰਨ ਅਤੇ ਪਰਉਪਕਾਰ ਦਾ ਜਿਹੜਾ ਸੰਦੇਸ਼ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰੈਕਟੀਕਲੀ ਆਪਾਂ ਕਰਕੇ ਦੁਨੀਆਂ ਤੱਕ ਦਿਖਾ ਸਕੀਏ। ਜੀ ਭਾਈ ਜੀ ਸਿੰਘ ਜੀ। ਹਾਂਜੀ, ਦੇਖੋ ਜੀ, ਜਿੱਦਾਂ ਤੁਸੀਂ ਦੱਸਿਆ ਸੀ ਹਟਿਆ ਸਾਧ ਸੰਗਤ ਨੂੰ ਵੀ ਇਹ ਇੱਕ ਬਹੁਤ ਸੁਨਹਿਰੀ ਮੌਕਾ ਆ ਆਪਣਾ ਦਸਵੰਧ ਪਾਉਣ ਦੇ ਲਈ, ਕਿਉਂਕਿ ਇਹ ਜੋ
ਆਪਰੇਸ਼ਨ ਹੋਣੇ ਆ, ਇਕੱਲੀ ਇਕੱਲੀ ਚੀਜ਼ ਸੰਗਤ ਟੀ ਵੀ ਦੇ ਰਾਹੀਂ ਦਿਖਾਈ ਜਾਣੀ ਆ ਉੱਥੋਂ, ਜੋ ਓ ਪੀ ਡੀ ਹੁੰਦੀ ਆ ਉਹ ਤੋਂ ਬਾਅਦ ਓਪਰੇਸ਼ਨ ਹੁੰਦੇ ਆ, ਜਦ ਜਦ ਪੇਸ਼ੈਂਟ ਆਪਾਂ ਘਰ ਨੂੰ ਵੀ ਭੇਜਦੇ ਹਾਂ ਉਹ ਸਾਰੀ ਰਿਕੋਰਡਿੰਗ ਹੁੰਦੀ ਆ ਜਿੱਦਾਂ, ਬਿਲਕੁਲ ਜੀ, ਹਾਂਜੀ, ਟਰਾਂਸਪੋਰਟ ਵੀ ਪੂਰਾ ਪ੍ਰੋਵਾਈਡ ਕੀਤਾ ਜਾਂਦਾ ਆ, ਔਰ ਰਾਤ ਦੀ ਰਿਹਾਇਸ਼ ਵੀ ਇੱਥੇ ਦਿੱਤੀ ਜਾਂਦੀ ਹੈ, ਲੰਗਰ ਪਾਣੀ ਵੀ ਨਾਲ ਹੁੰਦਾ ਆ, ਇਹ ਇਕੱਲਾ ਇਹ ਅੱਖਾਂ ਦੇ ਓਪਰੇਸ਼ਨ ਦੀ ਗੱਲ ਨਹੀਂ ਹੁੰਦੀ ਹੈਗੀ। ਸੋ ਸਾਰੀਆਂ ਫੈਸਿਲਿਟੀਜ਼ ਬਾਬਾ ਜੀ ਪ੍ਰੋਵਾਈਡ ਕਰਦੇ ਆ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਇਹ ਇਹ ਤੁਹਾਡਾ ਪੌਣ ਸਵਾ ਪੌਣ ਤਾਂ ਸੌਖਾ ਹੀ ਬਣ ਜਾਂਦਾ ਹੈ, ਇਹ ਕੋਈ ਗਿਣਤੀ 'ਚ ਨਹੀਂ ਆਉਣੀਆਂ ਇਹ ਚੀਜ਼ਾਂ, ਲੰਗਰ ਦੇਣਾ, ਰਾਤ ਦੀ ਰਿਹਾਇਸ਼, ਸਵੇਰ ਨੂੰ ਫਿਰ ਬ੍ਰੈਕਫਾਸਟ, ਅਤੇ ਟਰਾਂਸਪੋਰਟ ਪ੍ਰੋਵਾਈਡ ਕੀਤਾ ਜਾਂਦਾ ਆ, ਅਤੇ ਉਹ ਬਾਬਾ ਜੀ ਔਰ ਹਰ ਇੱਕ ਚੀਜ਼ ਨਾਲ ਰਹਿ ਕੇ ਕਰਾਉਂਦੇ ਆ। ਡਿਸਪੈਚ ਹੋਣਾ ਉਦਣ ਵੀ ਬਾਬਾ ਜੀ ਨੇ ਨਾਲ ਉੱਥੇ ਹੋਣਾ ਆ, ਅਤੇ ਪੈਰ ਪੈਰ 'ਤੇ ਜਾਣੀ ਕਿ ਐਨ ਪਹਿਰਾਵਾ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਸਾਰਾ ਫਰਜ਼ ਨਿਭਾਉਂਦੇ ਆ। ਹੋਰ ਅਸੀਂ ਕਿਤੇ ਇੱਦਾਂ ਦੀ ਸੇਵਾ ਨਹੀਂ ਦੇਖੀ ਜਿੱਦਾਂ ਬਾਬਾ ਜੀ ਕਰਦੇ ਹੈਗੇ ਆ। ਅਤੇ ਬਿਲਕੁਲ ਬੜੇ ਉਦਮ ਦੇ ਨਾਲ ਬਾਬਾ ਜੀ ਆਪ ਅੱਗੇ ਹੋ ਕੇ ਜੋ ਸਾਰਾ ਪ੍ਰਬੰਧ ਵੀ ਦੇਖਦੇ ਨੇ ਅਤੇ ਇੱਕ ਇੱਕ ਚੀਜ਼ ਦਾ ਮੁਆਇਨਾ। ਸੋ ਉਹਦੇ ਨਾਲ ਇਹ ਹੁੰਦਾ ਕਿ ਜਿਹੜਾ ਵੀ ਸਟਾਫ ਜਾਂ ਸੇਵਾਦਾਰ ਜਿਹੜੇ ਬਾਕੀ ਸੇਵਾ 'ਚ ਲੱਗੇ ਹੁੰਦੇ ਨੇ, ਜਦੋਂ ਬਾਬਾ ਜੀ ਆਪ ਉੱਥੇ ਹਾਜ਼ਰ ਹੋ ਕੇ ਸਾਰਾ ਨਿਗਰਾਨੀ ਕਰ ਰਹੇ ਹੁੰਦੇ ਅਤੇ ਸਾਰੇ ਐਕਟਿਵ ਹੋ ਜਾਂਦੇ ਸਾਰੇ ਜੀ, ਬਿਲਕੁਲ, ਉਹਦੇ ਨਾਲ ਇੱਕ ਗੁੰਜਾਇਸ਼ ਜਿਹੜੀ ਢਿੱਲ ਮੱਠ ਦੀ, ਕਿਸੇ ਵੇਲੇ ਬੰਦਾ ਵੈਸੇ ਹੀ ਕੋਈ ਮਨ 'ਚ ਅਵੇਸਲਾ ਜਿਹਾ ਹੋ ਜਾਂਦਾ, ਉਹ ਵੇਸਲਾਪਨ ਵੀ ਨਹੀਂ ਆਉਂਦਾ। ਸੋ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ, ਕਿਉਂਕਿ ਕਾਰਜ ਬੜਾ ਵੱਡਾ ਹੁੰਦਾ ਹੈ, ਪਰਉਪਕਾਰ ਦਾ ਕਾਰਜ ਹੁੰਦਾ ਹੈ, ਉਹਦੇ ਨਾਲ ਹੀ ਨਾਲ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਕਿਉਂਕਿ ਅੱਖਾਂ ਦਾ ਮਸਲਾ ਹੈ, ਜੇ ਕਿਸੇ ਦੀ ਥੋੜ੍ਹੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਵੱਧ ਜਾਏ ਤਾਂ ਉਹ ਫਿਰ ਇੱਕ ਬੜਾ ਵੱਡਾ ਕਾਰਜ ਬਣ ਜਾਂਦਾ। ਸੋ ਗੁਰੂ ਸਾਹਿਬ ਜੀ ਦੀ ਬੜੀ ਮਿਹਰ ਹੈ, ਮੈਂ ਸਮਝਦਾ ਕਿ ਅਰਦਾਸ ਕਰਕੇ ਆਰੰਭ ਕੀਤੀ ਜਾਂਦੀ ਹੈ ਇਸ ਚੀਜ਼ ਦੀ, ਅਤੇ ਅਰਦਾਸ ਦੇ ਨਾਲ ਹੀ ਸਮਾਪਤੀ ਹੈ, ਕਿਉਂਕਿ ਮਿਹਰ ਦਇਆ ਜਿਹੜੀ ਹੈ ਗੁਰੂ ਸਾਹਿਬ ਦੀ, ਤਾਂ ਹੀ ਇਹ ਜਿਹੜੇ ਏਡੇ ਵੱਡੇ ਕਾਰਜ ਹੋ ਰਹੇ ਨੇ ਅਤੇ ਨਿਰੰਤਰ ਸਫਲਤਾਈਆਂ ਜਿਹੜੀਆਂ ਨੇ ਨਸੀਬ ਹੋ ਰਹੀਆਂ ਨੇ। ਸੋ ਮੈਂ ਸਮਝਦਾ ਬਾਬਾ ਜੀ ਆਪ ਜੀ ਹਰ ਵਾਰੀ ਸੰਗਤਾਂ ਨੂੰ ਜੋ ਅਪੀਲ ਕਰਦੇ ਹੋ ਕਿ ਜਿਹੜੇ ਸੇਵਾ ਨਹੀਂ ਪਾ ਸਕਦੇ ਉਹ ਅਰਦਾਸ ਜ਼ਰੂਰ ਕਰੋ, ਮੈਂ ਸਮਝਦਾ ਕਿ ਅੱਜ ਦੇ ਪ੍ਰੋਗਰਾਮ 'ਚ ਵੀ ਆਪ ਜੀ ਜ਼ਰੂਰ ਅਹਿਸਾਨ ਕਰੋ ਜੀ। ਮੈਂ ਤਾਂ ਬੇਨਤੀ ਕਰਾਂਗਾ ਜੀ, ਜਿੱਥੇ ਨੇਤਰ ਪ੍ਰਕਾਸ਼ ਕੀਆ ਗੁਰਦੇਵ, ਜਿੱਥੇ ਮਾਰਗ ਨੇ ਸਾਨੂੰ ਰੋਸ਼ਨੀ ਦਿੱਤੀ ਆ ਇਹ ਸੰਗਤ ਏਡ ਦੁਆਰਾ, ਉੱਥੇ ਮੈਂ ਇੱਕ ਹੋਰ ਬੇਨਤੀ ਕਰਾਂਗਾ ਕਿ ਐਜੂਕੇਸ਼ਨ ਵੀ ਐਸਾ ਇੱਕ ਨੇਤਰ ਆ ਜੀਵਨ ਦੇ ਵਿੱਚ, ਉਹ ਵੀ ਜ਼ਰੂਰੀ ਚਾਹੀਦਾ। ਤੋ ਮੈਂ ਸੰਗਤ ਏਡ ਦੁਆਰਾ ਬੇਨਤੀ ਕਰਾਂਗਾ ਕਿ ਆਪਾਂ ਸਾਰੀ ਸੰਗਤ ਰਲ ਮਿਲ ਕੇ, ਜਿਹੜੇ ਗਰੀਬ ਬੱਚੇ ਨਾ ਜਿਨ੍ਹਾਂ ਕੋਲ ਸਮਰੱਥਾ ਨਹੀਂ ਹੈ ਔਰ ਜਿਹਨਾਂ ਦੇ ਮਾਤਾ ਪਿਤਾ ਨਹੀਂ ਹੈ, ਉਹਨਾਂ ਲਈ ਵੀ ਕੋਈ ਵਿੱਦਿਆ ਦੇ ਪ੍ਰਤੀ ਆਪਾਂ ਐਜੂਕੇਸ਼ਨ ਬਾਰੇ ਵੀ ਸੋਚੀਏ, ਕਿਉਂਕਿ ਮੇਰੇ ਕੋਲ ਬੱਚੇ ਇਸ ਵੇਲੇ CBSE ਜੋ ਦਿੱਲੀ ਤੋਂ ਮਾਨਤਾ ਪ੍ਰਾਪਤ ਸਕੂਲ ਆ, ਸਾਨੂੰ ਪਤਾ ਕਿ ਉਹਦੇ ਵਿੱਚ ਬੱਚੇ ਕਿੰਨੇ ਗਰੀਬ ਆ ਔਰ ਕਈਆਂ ਉੱਥੇ ਵੀ ਅਸੀਂ ਉਹਨਾਂ ਨੂੰ ਚੈੱਕ ਕਰਾਉਂਦੇ ਬੱਚਿਆਂ ਦੀ, ਕਿਸੇ ਬੱਚੇ ਦੀ ਕੋਈ ਨਜ਼ਰ ਨਾ ਕਮਜ਼ੋਰ ਹੋਵੇ ਅਤੇ ਉਹ ਜੇ ਨਜ਼ਰ ਕਮਜ਼ੋਰ ਹੋ ਗਈ ਪੜ੍ਹ ਨਹੀਂ ਸਕਦਾ, ਜਦੋਂ ਦੂਰੋਂ ਉਹਨਾਂ ਨੂੰ ਦਿਸਦਾ ਨਹੀਂ ਕੁਛ ਅਤੇ ਫਿਰ ਪਰੇਸ਼ਾਨੀ ਉਹਦੇ ਜੀਵਨ 'ਚ ਕੁਛ ਆਉਂਦਾ ਨਹੀਂ। ਅਤੇ ਅਸੀਂ ਇਹ ਵੀ ਚਾਹੁੰਦੇ ਕਿ ਜੇ ਜਿਸ ਤਰ੍ਹਾਂ ਅੱਖਾਂ ਦਾ ਆਪਾਂ ਕੈਂਪ ਲਗਾਉਂਦੇ, ਇੱਦਾਂ ਕਿਤੇ ਐਜੂਕੇਸ਼ਨ ਦਾ ਵੀ ਥੋੜ੍ਹਾ ਬਹੁਤਾ ਆਪਾਂ ਸਾਰੇ ਰਲ ਮਿਲ ਕੇ ਹਮਲਾ ਬੋਲੀਏ, ਤਾਂ ਉਹ ਗਰੀਬਾਂ ਦਾ ਭਲਾ ਹੋ ਸਕਦਾ, ਗਰੀਬ ਪੜ੍ਹ ਸਕਦਾ, ਗਰੀਬ ਆਪਣੀ ਰੋਜ਼ੀ ਰੋਟੀ ਕਮਾ ਸਕਦਾ ਔਰ ਆਪਣੇ ਜੀਵਨ ਨੂੰ ਚੰਗਾ ਬਣਾ ਸਕਦਾ। ਅਤੇ ਜਿੱਥੇ ਇਹ ਮਾਲਕ ਦੀ ਕਿਰਪਾ ਦੇ ਨਾਲ ਜਿਹੜੇ ਹੁਣ ਇਸ ਵੇਲੇ ਕੈਂਪ ਲੱਗ ਰਹੇ ਆ, ਉਹਨਾਂ ਲਈ ਵੀ ਅਸੀਂ ਬੇਨਤੀ ਕਰਾਂਗੇ ਸੰਗਤ ਨੂੰ ਕਿ ਇਹ ਪਰਉਪਕਾਰ ਦਾ ਜੋ ਕਾਰਜ ਮਹਾਂਪੁਰਸ਼ਾਂ ਦੁਆਰਾ ਸੰਗਤ ਏਡ ਵੱਲੋਂ ਹੋ ਰਿਹਾ, ਇਹ ਉਦੋਂ ਤੱਕ ਹੀ ਹੋਏਗਾ ਜਦੋਂ ਤੱਕ ਤੁਹਾਡਾ ਸਹਿਯੋਗ ਹੋਏਗਾ। ਅਤੇ ਜਦੋਂ ਕਿਉਂਕਿ ਮੈਨੂੰ ਬਾਹਰੋਂ ਟੈਲੀਫੋਨ ਆਉਂਦੇ ਕਿ ਇਹ ਬਹੁਤ ਚੰਗਾ ਕਾਰਜ ਹੈ, ਅਤੇ ਚੰਗੇ ਕਾਰਜਾਂ ਵਾਸਤੇ ਟਾਈਮ ਵੀ ਚਾਹੀਦਾ, ਪੈਸਾ ਵੀ ਚਾਹੀਦਾ, ਅਤੇ ਸਾਰੀ ਸੰਗਤ ਦੇ ਕੋਲ ਕੋਈ ਕਮੀ ਨਹੀਂ ਹੈ ਔਰ ਦਾਨੀ ਸੱਜਣ ਜਿਹੜੇ ਆ ਉਹ ਇਕੱਲੇ ਇਕੱਲੇ ਮਤਲਬ ਐਡੇ ਐਡੇ ਕੈਂਪ ਲਗਾ ਸਕਦੇ ਆ ਔਰ ਉਹਨਾਂ ਕੋਲ ਪੈਸਾ ਵੀ ਹੈ, ਉਹਨਾਂ ਨੂੰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ, ਪਰ ਜੇ ਉਹ ਕਿਸੇ ਦੇ ਮਹਾਰਾਜ ਦੀ ਬਾਣੀ ਜਿਹੜੇ ਕੀਚੇ ਨੇ ਇੱਕ ਨਾਮੀ ਜੋ ਦੇਵੇ ਖੁਦਾਏ ਜੋ ਦੀਸੇ ਜ਼ਮੀਨ ਪਰ ਸੁਹੋਸੀ ਫਨਾਏ, ਦਾਇਮ ਬਦੌਲਤ ਕਸ਼ੇ ਬੇਸਮਾਰ ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ, ਦਮੜਾ ਤੇ ਸੀਗਾ ਮਾਇਆ ਉਹਦੀ ਆ ਜੋ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਆ, ਦਮੜਾ ਤੇ ਸੀਗਾ ਜੋ ਖਰਚੇ ਔਰ ਖਾਏ ਦੇਵੇ ਦਲਾਵੇ ਰਜਾਵੇ ਖੁਦਾਏ, ਤੇ ਲੋਕਾਂ ਨੂੰ ਦੇਵੇ ਔਰ ਦਾਨ ਵਿੱਚ ਲਗਾਵੇ, ਲੋਕਾਂ ਦੇ ਪਰਉਪਕਾਰ ਦੇ ਆਪਣਾ ਰੱਖ ਕੇ ਲੋਕਾਂ ਨੂੰ ਜਿਹੜਾ ਤੁਹਾਡੇ ਕੋਲ ਵਾਧੂ ਤੁਹਾਡੇ ਮਤਲਬ ਮਨ ਤੇ ਬੋਝ ਪਾ ਰਿਹਾ ਉਹ ਤੁਸੀਂ ਗਰੀਬਾਂ ਵਿੱਚ ਵੰਡਦੇ, ਤੁਹਾਨੂੰ ਤਸੱਲੀ ਆ ਜਾਏਗੀ ਮੈਂ ਚੰਗੇ ਪਾਸੇ ਲਗਾ ਦਿੱਤਾ। ਤੋ ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਾਂਗਾ ਕਿ ਸੰਗਤ ਏਡ ਦੁਆਰਾ ਔਰ ਮਹਾਂਪੁਰਸ਼ਾਂ ਦੁਆਰਾ ਜੋ ਪੰਜਾਬ ਦੇ ਵਿੱਚ ਪ੍ਰੋਜੈਕਟ ਚਲਾ ਰਿਹਾ, ਜਿਵੇਂ ਅੱਜ ਅਸੀਂ ਦੇਖਦੇ ਕਿ ਇੱਥੇ ਦੇ ਲੋਕ ਜਿਹੜੇ ਆ ਬਾਹਰ ਜਿਨ੍ਹਾਂ ਨੇ ਜਾ ਕੇ ਆਪਣਾ ਬਿਜ਼ਨਸ ਚਲਾਇਆ ਉਹ ਇੱਥੇ ਦੀਆਂ ਪ੍ਰੋਪਰਟੀਆਂ ਵੇਚ ਕੇ ਜਾ ਰਹੇ ਆ ਔਰ ਮਹਾਂਪੁਰਸ਼ ਔਰ ਸੰਗਤ ਏਡ ਉੱਥੋਂ ਲਿਆ ਕੇ ਇੱਥੇ ਸੰਗਤਾਂ ਦੇ ਵਿੱਚ ਵੰਡ ਰਹੇ ਆ, ਕਿੱਦਾਂ ਇੱਥੋਂ ਜਾ ਰਹੀ ਆ ਮਾਇਆ ਸਾਰਾ ਕੁਛ ਵੇਚ ਕੇ ਇੱਧਰੋਂ ਲੋਕੀ ਉੱਧਰ ਲਿਜਾ ਰਹੇ ਆ ਔਰ ਸੰਗਤ ਏਡ ਅਤੇ ਮਹਾਂਪੁਰਸ਼ ਜੋ ਹੈ ਉਹ ਸੋਚਦੇ ਕਿ ਸਾਡੇ ਪੰਜਾਬ ਦਾ ਕੁਛ ਨਾ ਕੁਛ ਬਣ ਜਾਵੇ,
ਜਿੱਥੇ ਸਰਕਾਰਾਂ ਨਹੀਂ ਕਰ ਸਕਦੀਆਂ, ਜਿਹੜੀਆਂ ਸਰਕਾਰਾਂ ਇੱਥੇ ਜੋ ਮਰਜ਼ੀ ਕਰ ਦੇਣ ਪਰ ਉਹ ਨਹੀਂ ਕਰ ਸਕਦੀਆਂ, ਉਹ ਮਹਾਂਪੁਰਸ਼ ਕਾਰਜ ਕਰਦੇ ਆ ਬੜੇ ਬੜੇ। ਮੂਲ ਮੰਤਰ ਦਾ ਦੇਖੋ ਕਿੰਨਾ ਸੁੰਦਰ ਸਥਾਨ ਬਣਾਇਆ, ਇਹ ਪੰਜਾਬ ਵਿੱਚ ਹੀ ਬਣਿਆ, ਪੰਜਾਂ ਤਖਤਾਂ ਦੀ ਸੇਵਾ ਹੋਈ ਹੈ, ਪੰਜਾਬ ਵਿੱਚ ਹੀ ਹੋਈ ਹੈ। ਜੇ ਕਿਸੇ ਨੂੰ ਟਰੈਕਟਰ ਹਾੜ ਦੇ ਸਮੇਂ ਕਿਸੇ ਕੋਲ ਨਹੀਂ ਰਿਹਾ ਖੇਤੀਬਾੜੀ ਕਰਨ ਵਾਸਤੇ, ਔਰ ਪਸ਼ੂ ਮੈਂ ਦੇਖਿਆ ਕਿ ਲੋਕਾਂ ਨੇ ਬੜੇ ਬੜੇ ਟਰੱਕ ਤੂੜੀ ਦੇ ਭਰ ਭਰ ਕੇ ਉੱਥੇ ਸੰਗਤ ਦੇ ਵਿੱਚ ਮਤਲਬ ਵੰਡ ਕੇ ਆਏ ਆ, ਜਿਹਨੂੰ ਲੋੜ ਸੀਗੀ। ਅਸੀਂ ਵੀ ਗਏ, ਜਿਸ ਵੇਲੇ ਅਸੀਂ ਟਰੱਕ ਭਰ ਕੇ ਰਸਤਾ ਵਾਸਤਾ ਦਾ ਲੈ ਕੇ ਗਏ ਤਾਂ ਉੱਥੇ ਬਹੁਤ ਲਾਈਨਾਂ ਲੱਗੀਆਂ ਹੋਈਆਂ, ਪਰ ਪਹੁੰਚਾਉਣ ਵਾਸਤੇ ਕੋਈ ਵੀ, ਉਹ ਕਿਸ਼ਤੀਆਂ ਜਾ ਰਹੀਆਂ ਸੀਗੀਆਂ, ਉਹਦੇ ਵਿੱਚ ਜੋ 20-25 ਕਿਲੋਮੀਟਰ ਅੰਦਰ ਲੋਕ ਸੀਗੇ, ਪਰ ਮਹਾਂਪੁਰਸ਼ਾਂ ਨੇ ਦੇਖਿਆ ਉਹ ਲਾਈਨਾਂ ਲਗਾ ਕੇ ਉਹਦੇ ਉਹਨਾਂ ਨੂੰ ਉਹ ਸਾਰੀਆਂ ਮੁਹੱਈਆ ਕੀਤੀਆਂ, ਔਰ ਉਹ ਲੋਕ ਸਾਡੇ ਬੱਚੇ ਪੰਜਾਬ ਦੇ ਵਿੱਚ ਹੀ ਉਹਨਾਂ ਨੇ ਕਿਰਪਾ ਕੀਤੀ ਇੰਗਲੈਂਡ ਤੋਂ ਲਿਆ ਕੇ, ਤੇ ਅਸੀਂ ਵੀ ਉਹ ਕੰਢੀ ਏਰੀਏ ਜਿੱਥੇ ਜਿੱਥੇ ਪਾਣੀ ਦਾ ਜ਼ਿਆਦਾ ਮਾਰ ਸੀਗੀ ਉੱਥੇ ਜਾ ਕੇ ਅਸੀਂ ਉਹ ਰਸਤਾ ਵਸਤਾ ਵੰਡ ਕੇ ਆਏ। ਬਿਲਕੁਲ, ਮਤਲਬ ਤਾਂ ਇਹ ਹੈ ਕਿ ਜਿਹੜੇ ਲੋਕ ਬਾਹਰ ਆ ਇੱਥੋਂ ਵੇਚ ਕੇ ਜਾ ਰਹੇ ਆ, ਤੇ ਜਿਹੜੀ ਸੰਗਤ ਏਰੀਆ ਜਾਂ ਮਹਾਂਪੁਰਸ਼ ਆ ਉਹ ਪੰਜਾਬ ਦੇ ਵਿੱਚ ਸੇਵਾ ਨਿਭਾ ਰਹੇ ਆ ਔਰ ਸੇਵਾ ਕਰ ਰਹੇ ਆ। ਤੁਹਾਡਾ ਇੱਕ ਇੱਕ ਪੈਸਾ ਜੋ ਹੈ ਉਹ ਸੰਗਤ ਦੇ ਕਾਰਜਾਂ ਵਿੱਚ ਔਰ ਗਰੀਬਾਂ ਲਈ ਆ, ਉਹ ਗਰੀਬਾਂ ਦੇ ਹਿੱਤ ਵਾਸਤੇ ਪੈਸਾ ਲੱਗ ਰਿਹਾ। ਤੁਸੀਂ ਜਿੰਨਾ ਵੀ ਭਾਵੇਂ 1 ਰੁਪਇਆ ਚਾਹੇ 2 ਰੁਪਏ ਜਿੱਥੇ ਤੁਹਾਡੇ ਲੱਗੇ ਆ ਤੁਸੀਂ ਪਤਾ ਕਰ ਸਕਦੇ ਆ ਵੀ ਤੁਹਾਡੀ ਮਾਇਆ ਕਿੱਥੇ ਲੱਗੀ, ਕਿਉਂਕਿ ਸਾਡੇ ਕੋਲ ਪੂਰਾ ਰਿਕਾਰਡ ਹੈ। ਅਸੀਂ ਜੇ ਕੈਂਪ ਲਾਉਂਦੇ ਹਾਂ ਤੇ ਸਾਡੇ ਕੋਲ ਸਾਰੇ ਕੈਂਪਾਂ ਦੇ ਜਿੰਨੇ ਮਰੀਜ਼ ਸਾਡੇ ਕੋਲ ਦਵਾਈ ਲੈ ਕੇ ਗਏ ਆ, ਦਵਾਈਆਂ ਤੋਂ ਲੈ ਕੇ ਦਵਾਈਆਂ ਵੱਖਰੀਆਂ ਦਿੱਤੀਆਂ ਜਾਂਦੀਆਂ, ਜਿਹੜੀ OPD ਹੈ ਨਾ ਉਹਨੂੰ ਦਵਾਈਆਂ ਵੰਡੀਆਂ ਜਾਂਦੀਆਂ, ਤੇ ਉਹਨਾਂ ਦੀ ਡਿਸਟਰੀ ਸਾਡੇ ਕੋਲ ਹੁੰਦੀ ਹੈ। ਜਿਹੜੇ ਲੈਂਜ਼ ਪਾਏ ਜਾਂਦੇ ਉਹਨਾਂ ਦੀ ਵੀ ਹੈ, ਜਿਹੜੇ ਨਕੂਨਾ ਮਤਲਬ ਅੱਖਾਂ ਸਾਫ਼ ਕਰਾਉਂਦੇ ਉਹ ਵੀ ਲੈਂਜ਼ ਸਾਡੇ ਕੋਲ ਹੈ, ਤੇ ਕੀਮਤ ਸਾਰਿਆਂ ਤੇ ਲੱਗਦੀ ਆ, ਪੈਸੇ ਸਾਰਿਆਂ ਤੇ ਖਰਚ ਆਉਂਦੇ ਆ, ਤੇ ਅਸੀਂ ਡਰਾਫਟ ਕੱਟ ਕੱਟ ਕੇ ਮਤਲਬ ਪੈਸੇ ਉਹਨਾਂ ਨੂੰ ਡਾਕਟਰਾਂ ਨੂੰ ਦਿੰਦੇ ਹਾਂ, ਸਾਡੇ ਕੋਲ ਸਾਰਾ ਰਿਕਾਰਡ ਹੈ। ਤੇ ਜਿਹੜਾ ਤੁਹਾਡਾ ਇੱਕ ਇੱਕ ਪੈਸਾ ਇਸ ਦੁਆਰਾ ਖਰਚਿਆ ਜਾਂਦਾ ਉਹ ਗਰੀਬਾਂ ਤੱਕ ਪਹੁੰਚਦਾ ਔਰ ਗਰੀਬਾਂ ਦਾ ਜੀਵਨ ਬਣਦਾ, ਗਰੀਬਾਂ ਨੂੰ ਕੋਈ ਨੀ ਪੁੱਛਦੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਸਤਿਗੁਰ ਸੰਗ ਕੀ ਰਹੇ ਹਮ ਥਾਪੇ। ਤੇ ਇਹ ਮਹਾਂਪੁਰਸ਼ਾਂ ਦਾ ਪਰਉਪਕਾਰ ਆ, ਇਹ ਮਹਾਂਪੁਰਸ਼ ਪਰਉਪਕਾਰ ਕਰ ਰਹੇ ਆ, ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਵੀ ਕਰਦੇ ਹਾਂ ਔਰ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਜਿੰਨਾ ਤੁਹਾਡੇ ਕੋਲ ਖਰਚਾ ਹੈ ਜੇ ਜੀਵਨ ਦਾ ਉਹ ਰੱਖ ਕੇ ਇੱਕ ਸਾਈਡ ਤੇ, ਜਿਹੜਾ ਤੁਹਾਡੇ ਜੀਵਨ ਨੂੰ ਮਹਿਸੂਸ ਹੁੰਦਾ ਕਿ ਅਸੀਂ ਆਹ ਕਿਸੇ ਪਾਸੇ ਲਗਾ ਦਈਏ, ਇਸ ਦੇ ਉੱਪਰ ਨਹੀਂ ਵਿਚਾਰ, ਇਹਦੇ ਉੱਪਰ ਕੋਈ ਹੋਰ ਵੱਡੀ ਵਿਚਾਰ ਨਹੀਂ ਹੈ ਕਿ ਹਾਂ ਤੁਹਾਨੂੰ ਹੋਰ ਵਿਚਾਰ ਦਈਏ, ਇਸ ਦੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ। ਬਿਲਕੁਲ, ਇਹ ਬੜੀ ਵੱਡੀ ਸੇਵਾ ਸੰਗਤ ਜੀ, ਜੇ ਆਪਾਂ ਇਸ ਚੀਜ਼ ਨੂੰ ਸਮਝ ਸਕੀਏ ਤੇ ਸਾਨੂੰ ਇਹ ਸੋਚੀ ਪ੍ਰਾਪਤ ਹੋਏ। ਸੋ ਮੈਂ ਸਮਝਦਾ ਕਿ ਜਿਵੇਂ ਬੈਂਕਾਂ ਦੇ ਵਿੱਚ FDs ਹੁੰਦੀਆਂ ਨੇ, ਰੱਬ ਦੀ ਦਰਗਾਹ ਦੇ ਵਿੱਚ FD ਹੋ ਜਾਂਦੀ ਸੇਵਾ। ਬਿਲਕੁਲ, ਸੋ ਜੇ ਉੱਦਾਂ ਆਪਾਂ ਬੱਚਿਆਂ ਲਈ ਇਕੱਠਾ ਕਰ ਦਾਂਗੇ ਤੇ ਹੋ ਸਕਦਾ ਬੱਚੇ ਆਲਸੀ ਹੋ ਜਾਣ, ਕਿਉਂਕਿ ਮੇਰਾ ਤਾਂ ਬੈਂਕ ਬੈਲੈਂਸ ਪਹਿਲਾਂ ਹੀ ਬੜਾ, ਪਰ ਕਿਉਂਕਿ ਉਹਨਾਂ ਨੂੰ ਵੀ ਸਾਰੀ ਜਿੱਥੇ ਆਪਾਂ ਐਜੂਕੇਸ਼ਨ ਦਿੱਤੀ, ਸਾਰਾ ਕੁਛ ਸੁੱਖ ਸਹੂਲਤਾਂ ਦਿੱਤੀਆਂ ਨੇ, ਉਹ ਆਪਣੀ ਅੱਗੋਂ ਖੁਦ ਵੀ ਕਮਾ ਸਕਦੇ ਨੇ। ਅਤੇ ਸੇਵਾ ਦਾ ਜਿਹੜਾ ਸਾਡਾ ਕੌਨਸੈਪਟ ਹੈ, ਜਿਹੜਾ ਸਿਧਾਂਤ ਹੈ, ਗੁਰੂ ਸਾਹਿਬ ਜੀ ਨੇ ਸਾਨੂੰ ਜੋ ਬਖਸ਼ਿਸ਼ ਕੀਤਾ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਸੋ ਇਹਨਾਂ 'ਤੇ ਪਹਿਰਾ ਦਿੰਦੇ ਹੋਏ ਆਪਾਂ ਐਸੇ ਜਿਹੜੇ ਪਰਉਪਕਾਰ ਦੇ ਕਾਰਜ ਨੇ ਉਹ ਹੋਰ ਅੱਗੇ ਲੈ ਕੇ ਜਾਈਏ। ਸੋ ਸੰਗਤ ਏਡ ਵੱਲੋਂ ਇਹ ਜੋ ਕਾਰਜ ਕੀਤੇ ਜਾ ਰਹੇ ਨੇ ਇਹਨਾਂ ਬਾਰੇ ਅਸੀਂ ਜਿੱਥੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਉੱਥੇ ਨਾਲ ਹੀ ਨਾਲ ਇਹਦਾ ਸਾਰਾ ਰਿਕਾਰਡ ਜੋ ਹੈ ਉਹ ਸਾਡੇ ਕੋਲ ਮੌਜੂਦ ਰਹਿੰਦਾ। ਸੋ ਮੈਂ ਚਾਹਾਂਗਾ ਕਿ ਭਾਈ ਜੀ ਸਿੰਘ ਜੀ ਥੋੜ੍ਹੇ ਜਿਹੇ ਲਫ਼ਜ਼ਾਂ ਦੇ ਵਿੱਚ ਸਾਡੇ ਕੋਲ ਸਮਾਂ ਥੋੜ੍ਹਾ ਸੀਮਤ ਹੈ, ਇਹ ਆਪ ਜੀ ਜ਼ਰੂਰ ਦੱਸ ਦਿਓ ਕਿ ਜਿਸ ਪਾਰਦਰਸ਼ਤਾ ਦੇ ਨਾਲ ਸੰਗਤ ਟਰੱਸਟ ਅਤੇ ਸੰਗਤ ਏਡ ਅਤੇ ਸੰਗਤ ਟੈਲੀਵਿਜ਼ਨ ਜੋ ਓਪਰੇਟ ਕਰ ਰਿਹਾ ਉਹਦੇ ਬਾਰੇ ਇੱਕ ਵਾਰੀ ਫਿਰ ਸੰਗਤਾਂ ਨਾਲ ਜਾਣਕਾਰੀ ਸਾਂਝੀ ਕਰ। ਬਿਲਕੁਲ ਜੀ ਗੁਰਪ੍ਰੀਤ ਜੀ, ਜੋ ਵੀ ਪੈਸਾ ਸੰਗਤ ਏਡ ਨੂੰ, ਸੰਗਤ ਟਰੱਸਟ ਨੂੰ, ਸੰਗਤ ਟੈਲੀਵਿਜ਼ਨ ਨੂੰ ਆਉਂਦਾ ਹੈਗਾ ਆ, ਉਹਦੇ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਹੈਗਾ ਆ ਸਾਡੇ ਕੋਲ, ਕੋਈ ਵੀ ਕਿਸੇ ਵੇਲੇ ਵੀ ਆ ਕੇ ਦੇਖ ਸਕਦਾ। ਜਿੱਦਾਂ ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ ਪੰਜਾਬ ਫਲੱਡਸ ਦੇ ਵਿੱਚ, ਅਤੇ ਈਵਨ ਜਿੱਥੇ ਘਰ ਦੇ ਵਿੱਚ ਖਾਦ ਦੀਆਂ ਬੋਰੀਆਂ ਵੀ ਡਿਲੀਵਰ ਕੀਤੀਆਂ, ਉਹ ਵੀ ਸਾਡੇ ਕੋਲ ਇਕੱਲੇ ਇਕੱਲੇ ਦਾ ਰੈਕੋਰਡ ਹੈਗਾ ਆ, ਸਾਈਨ ਹੋਏ ਆ। ਸੋ ਕਿਸੇ ਨੂੰ ਵੀ ਕਿਸ ਤਰ੍ਹਾਂ ਦੀ ਵੀ ਕੋਈ ਇਨਕੁਆਇਰੀ ਹੋਵੇ ਉਹ ਸਾਡੇ ਤੋਂ ਪਤਾ ਕਰ ਸਕਦਾ ਹੈਗਾ ਆ। ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਇੱਕ ਉੱਧਰ ਭਾਈ ਸਾਹਿਬ ਜੀ, ਭਾਈ ਮਹਿੰਦਰ ਸਿੰਘ ਜੀ ਸਾਡੇ ਮੁੱਖ ਚੇਅਰਮੈਨ ਆ, ਇੱਧਰ ਬਾਬਾ ਜੀ ਆ, ਔਰ ਸੰਗਤਾਂ ਨੂੰ ਇਹ ਤੋਂ ਵੱਡਾ ਵਿਸ਼ਵਾਸ ਹੋਰ ਕੋਈ ਨਹੀਂ ਹੋ ਸਕਦਾ। ਅਤੇ ਉਹ ਅਸੀਂ ਤਾਂ ਇਹੀ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਆਪਣਾ ਦਸਵੰਧ ਪਾਉਣਾ ਆ, ਤੁਸੀਂ ਅੱਖਾਂ ਬੰਦ ਕਰਕੇ ਇੱਥੇ ਆਪਣੇ ਦਾਨ ਦੇ ਸਕਦੇ ਹਾਂ, ਉਹ ਜਿਸ ਕਾਰਜ ਲਈ ਤੁਸੀਂ ਦਊਂਗੇ ਉਹ ਉੱਥੇ ਹੀ ਲੱਗਣਾ ਹੈਗਾ ਆ। ਸੋ ਬਿਲਕੁਲ, ਤੁਹਾਡੇ ਉਸ ਭਰੋਸੇ ਦੇ ਨਾਲ ਕਿਸੇ ਹੋਰ ਦੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਪ੍ਰਗਟ ਹੋ ਸਕਦੀ ਹੈ, ਜਿਹੜਾ ਹੋ ਸਕਦਾ ਕਈ ਸਾਲਾਂ ਤੋਂ ਮਰਹੂਮ ਹੋਇਆ ਬੈਠਾ ਹੋਏ, ਇੱਕ ਛੋਟੇ ਜਿਹੇ ਇਲਾਜ ਦੇ ਵਾਸਤੇ ਹੀ ਤੜਫਦਾ ਹੋਏ, ਅਤੇ ਜੇ ਉਹਦਾ ਇਲਾਜ ਹੋ ਜਾਏ ਸੋ ਮੈਨੂੰ ਲੱਗਦਾ ਉਹਦੇ ਦਿਲੋਂ ਹੀ ਅਸੀਸਾਂ ਨਿਕਲਦੀਆਂ। ਸੋ ਐਸੀਆਂ ਅਸੀਸਾਂ ਸਾਨੂੰ ਨਸੀਬ ਹੋਣ। ਸੋ ਇੱਥੇ ਹੀ ਆਪ ਸੰਗਤਾਂ ਪਾਸੋਂ ਵਿਦਾ ਲੈਂਦੇ ਹਾਂ। ਬਾਬਾ ਜੀ ਆਪ ਜੀਆਂ ਦਾ, ਅਜੀਤ ਸਿੰਘ ਜੀ ਆਪ ਜੀ ਦਾ ਧੰਨਵਾਦ ਕਰਦੇ ਹਾਂ, ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।